ਫਸਟ ਈਅਰ ਵਾਲੇ ਤਿਆਰ ਤਾਂ ਐ ਹੋ ਕੇ ਆਇਆ ਜਿਵੇਂ ਭੂਆ ਦੇ ਪਿੰਡ ਆਏ ਹੋਣ। ਹਾਂ, ਇੱਕ ਤਾਂ ਟਾਈ ਲਾਈ ਫਿਰਦਾ। ਫਸਟ ਈਅਰ, ਕੀ ਨਾਂ ਹੈ ਤੇਰਾ? ਸੰਗੀਦਾਨੀ ਰਾਜੇ ਇੰਟਰੋ ਦੇ ਸੰਜੀਵ ਕੁਮਾਰ ਜੈਤੋ ਤੋਂ, ਤੇ ਮੈਂ ਗੱਬਰ ਰਾਮਗੜ ਦੀਆਂ ਪਹਾੜੀਆਂ ਤੋਂ। ਜੈਤੋ ਕੀ ਕਰਦਾ ਸੀ ਓਏ? 5 ਸਾਲ ਟੋਨੀ ਬਾਤਸ਼ੋਰਾ ਨਾਲ ਡਰਾਮੇ ਕਰਦਾ ਰਿਹਾ ਜੀ। ਡਰਾਮੇ ਨਹੀਂ ਬੇਟਾ, ਥੀਏਟਰ, ਥੀਏਟਰ। ਫਿਲਹਾਲ ਨੋ ਡਰਾਮੇਬਾਜ਼ੀ, ਜਾ ਕੇ ਬੈਠੋ ਤੁਸੀਂ, ਜਾਓ। ਇਹਨਾਂ ਅੱਗੇ ਕਿਉਂ ਬੋਲਣ ਲੱਗ ਰਿਹਾ? ਥਮਾ ਪਤਾ ਨਹੀਂ ਇਹ ਸੀਨੀਅਰ ਆਏ ਥਾ ਕੇ। ਇਹ ਕੌਣ ਹੈ? ਆਪਣੀ ਕਲਾਸ ਚ ਹੈਲੋ, ਹਾਈ, ਨਿਊ ਐਡਮਿਸ਼ਨ? ਯੈਸ, ਮੇਰੀ ਵੀ ਸਹਿਜ, ਸਹਿਜ ਪਾ ਨਵਦੀਪ। ਗਾਰਗੀ ਸਾਹਿਬ ਕਿਆ ਕਰਦੇ ਸੀ, ਕੀ ਕਿਆ ਕਰਦੇ ਸੀ ਇਹ ਤੇ ਖੈਰ ਮੈਨੂੰ ਨਹੀਂ ਪਤਾ, ਪਰ ਮੇਰੀ ਗੱਲ ਵੱਲ ਜਿਹੜਾ ਧਿਆਨ ਦੇਣਾ। ਪੁਰਾਣੇ ਵਿਦਿਆਰਥੀ ਮੇਰੇ ਨਾਮ ਤੇ ਕਿਰਦਾਰ ਤੋਂ ਚੰਗੀ ਤਰ੍ਹਾਂ ਵਾਕਿਫ ਨੇ, ਪਰ ਨਵਿਆਂ ਨੂੰ ਮੈਂ ਦੱਸ ਦੇਣਾ ਵਾਜਿਬ ਸਮਝਾਂਗਾ ਕਿ ਮੀ ਮਾਇਸੈਲ ਪ੍ਰੋਫੈਸਰ ਦੀਵਾ ਦੱਦੇ ਨੂੰ ਬਿਹਾਰੀ ਤੇ ਵਾਵੇ ਨੂੰ ਕੰਨਾ। ਐਮ ਆਈ ਰਾਈਟ ਸਰ? ਯੈਸ ਪਰਮ ਬੇਟਾ, ਇਹ ਤੁਸੀਂ ਨਹੀਂ ਬੋਲ ਰਹੇ, ਤੁਹਾਡੇ ਮੋਢੇ ਤੇ ਬੈਠਿਆ ਰਾਹੂ ਬੋਲ ਰਿਹਾ। ਹਾਂ, ਮੈਂ ਕਹਿ ਰਿਹਾ ਸੀ ਕਿ ਤੁਸੀਂ ਤੇ ਖੁਦ ਨਹੀਂ ਚੱਲ ਕੇ, ਤੁਹਾਡੇ ਹੱਥ ਦੀਆਂ ਲਕੀਰਾਂ ਤੁਹਾਨੂੰ ਇੱਥੇ ਲੈ ਕੇ ਆਈਆਂ। ਸ਼ੁਕਰ ਨੂੰ ਕਲਾ ਦਾ ਗ੍ਰਹਿ ਮੰਨਿਆ ਗਿਆ, ਸੋ ਸ਼ੁਕਰ ਤੁਹਾਡੇ ਤੇ ਮਿਹਰਬਾਨ ਰਹੇ। ਓਏ ਪ੍ਰੋਫੈਸਰ ਗਿੱਲ, ਓਏ ਗੋਹਿਲ, ਓਏ ਰੋਸ਼ਨੀ। ਲਓ ਜੀ, ਆ ਗਿਆ ਦੀਵਾ ਆਪਣੀ ਰੋਸ਼ਨੀ ਕੋਲ। ਦੀਵਿਆ, ਸਪੋਟਲਾਈਟ ਬੰਦ ਦੀ ਕੋਸ਼ਿਸ਼ ਨਾ ਕਰਿਆ ਕਰੋ। ਓ ਤੇਰੀ, ਇਹ ਤਾਂ ਸਟੂਡੈਂਟ ਬੋਲਣ ਲੱਗ ਰਿਹਾ ਤਾ। ਜ਼ਰਾ ਧਿਆਨ ਦੇਣਾ, ਪੁਰਾਣੇ ਵਿਦਿਆਰਥੀ ਮੇਰੇ ਨਾਂ ਤੇ ਕਰੈਕਟਰ ਤੋਂ ਬੜੀ ਚੰਗੀ ਤਰ੍ਹਾਂ ਵਾਕਿਫ ਨੇ, ਤੇ ਨਵੇਂ ਵਿਦਿਆਰਥੀਆਂ ਨੂੰ ਮੈਂ ਦੱਸ ਦੇਣਾ ਵਾਜਬ ਸਮਝਾਂਗਾ ਕਿ ਮੀ ਮਾਈਸੈਲਫ ਪ੍ਰੋਫੈਸਰ ਗਿੱਲ। ਸ਼ੇਮ ਡਾਇਲੌਗ ਯਾਰ। ਸੋ ਮਾਈ ਡੀਅਰ ਸਟੂਡੈਂਟਸ, ਤੁਹਾਡਾ 2010 ਦੇ ਨਵੇਂ ਵਿਦਿਅਕ ਸੈਸ਼ਨ ਵਿੱਚ ਸਵਾਗਤ ਹੈ। ਮੈਂ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਦੇ ਪੂਰੇ ਸਟਾਫ ਵੱਲੋਂ ਤੁਹਾਨੂੰ ਖੁਸ਼ਾਮਦੀਦ ਆਖਦਾ ਹਾਂ, ਖਾਸ ਤੌਰ ਤੇ ਨਵੇਂ ਵਿਦਿਆਰਥੀਆਂ ਨੂੰ। ਮੈਡਮ ਰਚਨਾ ਤੁਹਾਨੂੰ ਐਕਟਿੰਗ ਪੜਾਉਣਗੇ, ਤੇ ਮੈਂ ਲਿਟਰੇਚਰ ਦੇ ਨਾਲ ਨਾਲ ਤੁਹਾਨੂੰ ਡਾਇਰੈਕਸ਼ਨ ਬਾਰੇ ਵੀ ਪੜਾਵਾਂਗਾ। ਹੋਪ ਤਾਂ ਰਚਨਾ ਦੀ ਡਾਇਰੈਕਸ਼ਨ 'ਚ ਚੱਲਦਾ। ਸ਼ੇਕਸਪੀਅਰ ਨੇ ਕਿਹਾ ਸੀ, ਦੁਨੀਆ ਇੱਕ ਰੰਗ ਮੰਚ ਹੈ, ਰੰਗ ਮੰਚ ਜ਼ਿੰਦਗੀ ਦੇ ਦੁੱਖ ਸੁੱਖ ਦੇ ਰੰਗ ਤਮਾਸ਼ਿਆਂ ਦੀ ਤਸਵੀਰ ਹੈ, ਇੱਕ ਸ਼ੀਸ਼ਾ ਹੈ ਰੰਗ ਮੰਚ ਸਾਡੇ ਸਮਾਜ ਦਾ। ਸੋ ਅੱਜ ਤੋਂ ਸਟੇਜ ਹੀ ਤੁਹਾਡੇ ਲਈ ਸਭ ਕੁਝ ਹੈ, ਇਹੀ ਤੁਹਾਡੀ ਕਰਮ ਭੂਮੀ ਹੈ, ਇਹੀ ਧਰਮ ਭੂਮੀ। ਵਿਸ਼ ਯੂ ਆਲ ਦਾ ਬੈਸਟ। ਹੁਣ ਮੈਂ ਡਾਕਟਰ ਰਚਨਾ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਰੂਬਰੂ ਹੋਣ। ਥੈਂਕ ਯੂ ਪ੍ਰੋਫੈਸਰ ਜੀ। ਮੇਰੇ ਪਿਆਰੇ ਕਲਾਕਾਰੋ, ਇੱਕ ਆਵਾਜ਼ 'ਚ ਮੇਰੇ ਮਗਰ ਪੁਕਾਰੋ, ਅਸੀਂ ਕਲਾ ਲਈ, ਕਲਾ ਜੀਵਨ ਲਈ, ਕਲਾ ਨਾਲ ਜੀਵਨ ਸਵਾਰਾਂਗੇ। ਅਸੀਂ ਕਲਾ ਲਈ, ਕਲਾ ਜੀਵਨ ਲਈ, ਕਲਾ ਨਾਲ ਜੀਵਨ ਸਵਾਰਾਂਗੇ। ਗੁੱਡ। ਤੁਹਾਡੇ 'ਚੋਂ ਕੁਝ ਐਕਟਰ ਬਣਨਗੇ, ਕੁਝ ਡਾਇਰੈਕਟਰ, ਕੁਝ ਸਕ੍ਰਿਪਟ ਰਾਈਟਰ ਤੇ ਕੁਝ ਮੇਰੇ ਵਾਂਗ ਅਧਿਆਪਕ। ਕਲਾਕਾਰ ਸਟੇਜ ਦੇ ਉੱਤੇ ਜ਼ਿੰਦਗੀ ਦਾ ਹੂ ਬਹੂ ਭੁਲੇਖਾ ਸਿਰਜਦਾ। ਇਸ ਮੰਚ ਤੇ ਤੁਸੀਂ ਵੇਖੋਗੇ ਖੁਦ ਦੀ ਇੱਕ ਵੱਖਰੀ ਸਿਰਜਣਾ, ਕਿਉਂਕਿ ਇੱਥੋਂ ਦੇ ਐਟਮੋਸਫੀਅਰ ਵਿੱਚ ਨਾਟਕਕਾਰਾਂ ਤੇ ਕਲਾਕਾਰਾਂ ਦੀ ਆਵਾਜ਼ਾਂ ਦੀ ਗੂੰਜ ਹੈ। ਇੱਕ ਗੱਲ ਯਾਦ ਰੱਖਣਾ, ਥੀਏਟਰ ਮੰਗਦਾ ਹੈ ਲਗਨ, ਇੱਕ ਕਮਿਟਮੈਂਟ। ਅੰਡਰਸਟੈਂਡ? ਹੁਣ ਇੱਕ ਦੂਜੇ ਨੂੰ ਮਿਲੋ, ਜਾਣ ਪਛਾਣ ਵਧਾਓ ਤੇ ਕਰ ਜਾਓ ਪ੍ਰਵੇਸ਼ ਥੀਏਟਰ ਦੀ ਇਸ ਖੂਬਸੂਰਤ ਦੁਨੀਆ ਵਿੱਚ। ਉਹ ਬੜਾ ਕੈਂਟ ਬੋਲਦੀ ਹੈ ਯਾਰ, ਉਹ ਇੱਕ ਕੈਂਟ ਹੁੰਦਾ ਹੈ। ਨਵਾਂ ਸਟਾਫ ਗੱਲ ਏਦਾਂ ਬਰਨਾਲੀ, ਮੁੰਡੇ ਤਾਂ ਅੱਗੇ ਮੈਨੂੰ ਆੜ ਜੀਆਂ ਫਿਲਮਾਂ ਵਾਲੇ, ਪਰ ਕੁੜੀਆਂ ਕਮਰਸ਼ੀਅਲ ਸਿਨੇਮੇ ਦੀਆਂ ਆਈਟਮ ਗਰਲਜ਼ ਨੇ। ਉਹ ਪਰਮ ਸਿਆ, ਆਪਣੀ ਡਾਇਲੌਗ ਡਿਲੀਵਰੀ ਸੁਧਾਰ ਯਾਰ,
ਉਹ ਕੁੜੀਆਂ ਦੀ ਰਿਸਪੈਕਟ ਕਰੀਦੀ ਹੈ, ਨਾਲੇ ਜੇ ਤੂੰ ਕੰਨਿਆਂ ਦੀ ਇੱਜ਼ਤ ਕਰੇਗਾ ਤਾਂ ਸ਼ਨੀ ਦਾ ਪ੍ਰਕੋਪ ਵੀ ਟਲੂ। ਹੈ ਜੀ, ਮੈਂ ਕੋਈ ਗਲਤ ਕਿਹਾ? ਐਕਸਕਿਊਜ਼ ਮੀ ਮੈਡਮ। ਮੈਡਮ ਨਹੀਂ, ਮਿਸ। ਓਕੇ, ਹੈਲੋ ਮਿਸ। ਦੱਸੋ। ਨੋ 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 ਨੋ, ਦੱਸੋ ਨੀ, ਦੱਸੋ ਸਰ ਜੀ। ਸੀਨੀਅਰਸ ਨੂੰ ਰਿਸਪੈਕਟ ਦੇਈਦੀ ਹੈ। ਮੇਰਾ ਨਾਮ ਪਰਮ ਢਿੱਲੋਂ ਆ ਜੀ, ਮੈਂ ਤੁਹਾਡਾ ਸੀਨੀਅਰ ਹਾਂ, ਬਟ ਆਈ ਲਵ ਮਾਈ ਜੂਨੀਅਰਸ। ਤੁਹਾਡੀ ਤਾਰੀਫ? ਨਵਦੀਪ। ਨਵਦੀਪ ਨਾ, ਬਹੁਤ ਚੰਗਾ ਤੁਹਾਡਾ। ਇੰਨਾ ਚੰਗਾ ਲੱਗਿਆ ਤੂੰ ਰੱਖ ਲਾ ਨਵਦੀਪ ਢਿੱਲੋਂ। ਬਹੁਤੀ ਲੜਨਾ ਫੜਦੀ ਵਿਆ। ਮੈਂ ਜਾਵਾਂ। ਹਲੇ ਤਾਂ ਆਪਣੀ ਗੱਲ ਹੀ ਨੀ ਹੋਈ ਕੋਈ, ਨਾਲੇ ਜਿੰਨੀ ਜਲਦੀ ਇੱਕ ਦੂਜੇ ਨੂੰ ਜਾਣ ਪਛਾਣ ਲਾਂਗੇ ਓਨਾ ਹੀ ਚੰਗਾ। ਇੰਨੀ ਵੀ ਕਿਹੜੀ ਕਾਲੀ ਹੈ ਸਰ, ਸਾਰਾ ਸਾਲ ਤੁਹਾਡੇ ਨਾਲ ਹੀ ਆ। ਨਾ ਨਾ, ਕਾਲੀ ਕੁਲੀ ਕੋਈ ਨੀ, ਉਹ ਕਹਿੰਦੇ ਹੁੰਦੇ ਆ ਨਾ, ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ। ਸੋਰੀ ਬਾਈ ਜੀ, ਡਿਸਟਰਬ ਕਰ ਰਿਹਾ, ਇੱਕ ਜ਼ਰੂਰੀ ਗੱਲ ਕਰਨੀ ਸੀ ਮੈਂ। ਇੱਕ ਮਿੰਟ ਰਹੇ ਬਈ। ਖੇਡਿਆ ਤਾਂ ਤੂੰ ਚੰਗਾ ਸੀ ਪਰ ਗੋਲ ਉਹ ਕਰ ਗਿਆ। ਕਾਕਾ ਉਪਾ ਕਰਿਆ ਕਰ, ਤੜਕੇ ਉੱਠ ਕੇ ਸੂਰਜ ਨੂੰ ਪਾਣੀ ਦਿਆ ਕਰ, ਕੋਬਰਾ ਗ੍ਰਹਿ ਹੀ ਸਿੱਧੇ ਹੋ ਜਾਣ। ਉਹ ਪਹਿਲਾਂ ਆਪਣੇ ਤਾਂ ਗ੍ਰਹਿ ਸਿੱਧੇ ਕਰ ਲੈ, ਰੋਸ਼ਨੀ ਦਿਆ ਦੀਵਿਆ। ਛੋਟੇ, ਰੋਸ਼ਨੀ ਦਾ ਦੀਵਾ ਨੀ ਹੁੰਦਾ, ਦੀਵੇ ਦੀ ਰੋਸ਼ਨੀ ਹੁੰਦੀ ਹੈ, ਸਮਝਿਆ? ਹਾਂ ਦੱਸ ਕੀ ਗੱਲ ਹੈ? ਕੁਝ ਨੀ, ਮੈਨੂੰ ਲੱਗਾ ਤੈਨੂੰ ਤੰਗ ਕਰੀ ਜਾਂਦਾ, ਤੈਨੂੰ ਇੱਕ ਪਾਸੇ ਲੈ। ਵੈਰੀ ਸਮਾਰਟ, ਫਿਰ ਤਾਂ ਮੈਨੂੰ ਤੇਰਾ ਥੈਂਕਸ ਕਰਨਾ ਚਾਹੀਦਾ। ਉਹ ਤੇਰੀ ਮਰਜ਼ੀ ਹੈ। ਓਕੇ, ਥੈਂਕਸ। ਅੱਛਾ ਨਵਦੀਪ, ਕਿੱਥੋਂ ਬਿਲੋਂਗ ਕਰਦੇ ਤੁਸੀਂ? ਬਠਿੰਡੇ ਤੋਂ। ਓ, ਬਠਿੰਡੇ ਤੋਂ। ਇਹ ਬਠਿੰਡੇ ਵਾਲੇ ਥੀਏਟਰ ਵੱਲ ਕਿਵੇਂ ਆ ਗਏ ਅਚਾਨਕ? ਅਚਾਨਕ ਨਹੀਂ, ਪੂਰੇ ਠੋਸ ਇਰਾਦੇ ਨਾਲ। ਨਾਲੇ ਤੂੰ ਸਾਨੂੰ ਬਠਿੰਡੇ ਵਾਲਿਆਂ ਨੂੰ ਇੰਨਾ ਅੰਡਰ ਐਸਟੀਮੇਟ ਕਿਵੇਂ ਕਰ ਸਕਦਾ ਬਈ? ਤੈਨੂੰ ਪਤਾ ਪੰਜਾਬੀ ਨਾਟਕਕਾਰ ਬਲਵੰਤ ਗਾਰਗੀ ਬਠਿੰਡੇ ਦੇ ਰੇਤਲੇ ਟਿੱਬਿਆਂ ਦੀ ਪੈਦਾਇਸ਼ ਹੈ। ਜਗਦੀਸ਼ ਫਰਿਆਦੀ, ਟੋਨੀ ਬਾਤਿਸ਼ ਜੇ ਰੰਗਕਰਮੀ ਵੀ ਬਠਿੰਡੇ ਤੋਂ ਨੇ। ਮਿਸਟਰ ਸਹਿਜਪਾਲ, ਪੰਜਾਬੀ ਫਿਲਮਾਂ ਵਾਲਾ ਮੇਹਰ ਮਿੱਤਲ ਨਾਟਕ ਮਾਂ ਦਾ ਲਾਡਲਾ ਕਰਕੇ ਬਠਿੰਡੇ ਦੀ ਧਰਤੀ ਤੋਂ ਉਦੇ ਹੋਇਆ ਸੀ। ਗਿੱਦੜ ਬਾਹੇ ਦੇ ਗੁਰਦਾਸ ਮਾਨ ਨੇ ਵੀ ਥੀਏਟਰ ਦੀ ਦੁਨੀਆ ਰਾਹੀਂ ਆਪਣੀ ਸ਼ੁਰੂਆਤ ਕੀਤੀ ਸੀ। ਹੋਰ ਗਣਾਵਾ? ਉਹ ਰਹਿਣ ਦਿਓ ਮਹਾਰਾਜ, ਮੈਂ ਤੈਨੂੰ ਰੈਗਿੰਗ ਤੋਂ ਬਚਾ ਕੇ ਲਾਇਆ, ਤੂੰ ਉਲਟੀ ਮੇਰੀ ਰੈਗਿੰਗ ਸ਼ੁਰੂ ਕਰਤੀ। ਕੀ ਆਖਿਆ ਕਾਕਾ, ਰੈਗਿੰਗ? ਨਹੀਂ ਸਰ, ਅਸੀਂ ਤਾਂ ਵੈਸੇ ਗੱਲ ਕਰ ਰਹੇ ਸੀ। ਮੈਨੂੰ ਪਤਾ ਤੁਹਾਡੇ ਚ ਕੀ ਚੱਲ ਰਿਹਾ। ਗੁੱਡ ਗੁੱਡ, ਕਰੋ ਗੱਲ ਬਾਤ। ਇਸੇ ਤਰ੍ਹਾਂ ਹੀ ਜਾਣ ਪਹਿਚਾਣ ਵੱਧਦੀ ਹੈ, ਇਹ ਛੋਟੀ ਛੋਟੀ ਵਾਰਤਾ ਲਾ ਪੀ ਇੱਕ ਨਾਟਕ ਦਾ ਰੂਪ ਲੈ ਲੈਂਦੀ ਹੈ। ਪਰ ਇਹ ਕਾਰਗੀ ਸਾਹਿਬ ਨੀ, ਇਹ ਮੈਂ ਕਹਿ ਰਿਹਾ, ਚੱਲਣ ਦਿਓ। ਓ ਹੀਰੋ, ਹੋ ਗਈ ਫਿਰ ਐਮਰਜੈਂਸੀ ਟਾਕ? ਜੀ ਹੋ ਗਈ। ਬਹੁਤ ਹੀ ਕਾਲਾ ਵਗਦਾ ਮੱਖਣਾ। ਮੱਖਣੀ ਜੀ, ਸਹਿਜ ਨਾ ਹੈ ਮੇਰਾ, ਸਹਿਜ ਪਾਲ। ਸਹਿਜ, ਇੰਟਰੋ ਦੇ ਫਿਰ ਆਪਣੀ। ਤੇ ਕੁੜੀਆਂ ਨੂੰ ਸਾਈਡ ਤੇ ਲਿਜਾ ਕੇ ਗੱਲਾਂ ਕਰਨ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸ਼ੌਂਕ ਹੈ ਤੇਰੇ? ਲਿਟਰੇਚਰ ਪੜ੍ਹਨਾ, ਐਕਟਿੰਗ ਤੇ ਸਿੰਗਿੰਗ। ਵਾਹੋ, ਅੱਗੇ ਬੜੀ ਘਾਟ ਆ ਨਾ ਪੰਜਾਬ ਚ ਗਾਉਣ ਵਾਲਿਆਂ ਦੀ। ਬੁਲਾਓ ਇਹਨਾਂ ਨੂੰ ਸ਼ਾਮ ਨੂੰ ਕਾਮਨ ਰੂਮ ਚ, ਕਰਦੇ ਆ ਵਾਰਤਾਲਾਪ। ਅੱਜ ਹੀ ਸ਼ਾਮ ਨੂੰ ਯਾਦ ਕਰਕੇ। ਗੱਲ ਸੁਣ ਲੋ ਧਿਆਨ ਨਾਲ, ਮੇਰਾ ਨਾਂ ਹੈ ਸੰਗੀਤਾ ਸ਼ਰਮਾ। ਸ਼ਰਮਾਉਣਾ ਤੇ ਘਬਰਾਉਣਾ ਮੇਰੀ ਡਿਕਸ਼ਨਰੀ ਦੇ ਸ਼ਬਦ ਨਹੀਂ, ਕਿਉਂਕਿ ਜਿਹਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ। ਸ਼ੁਰੂ ਕਰਦੇ ਹਾਂ ਲਵਲੀਨ ਤੋਂ। ਕਿਹਦੇ ਲਵ ਚ ਲੀਨ ਹੈ ਤੂੰ ਮਿਸ ਲਵਲੀਨ? ਦੀਦੀ, ਮੈਂ ਤਾਂ ਉਸ ਪਰਮਾਤਮਾ ਦੇ ਪਿਆਰ ਚ ਲੀਨ ਹਾਂ ਜਿਸਨੇ ਮੈਨੂੰ ਇੰਨੀ ਖੂਬਸੂਰਤ ਦੁਨੀਆ ਤੇ ਭੇਜਿਆ। ਲਾਇਆ ਸੀ MTV, ਇਹ ਤਾਂ ਸ਼ਰਦਾ ਚੈਨਲ ਲਾ ਕੇ ਬਹਿ ਗਈ। ਹੁਣ ਤੂੰ ਦੱਸ ਗੁਰਮੀਤ ਕੁਰੇ, ਜੇ ਮੁੰਡਾ ਹੁੰਦੀ ਫਿਰ ਕੀ ਕਰਦੀ? ਭੈਣੇ, ਸਾਡੀ ਐਡੀ ਕਿਸਮਤ ਕਿੱਥੇ, ਅਸੀਂ ਤਾਂ ਪੰਜ ਭੈਣਾਂ। ਓ ਤੇਰੇ ਆਸੂਓ ਕੇ ਸਮੁੰਦਰ ਮੇ ਕਮ ਬਖਤ ਡੂਬ ਨਾ ਜਾਏ ਹਮ। ਗੁੱਡ ਡਾਇਲੋਗ ਅਗਨ। ਕਾਹਦੇ ਡਾਇਲੋਗ ਜੀ, ਜਿਸ ਤਰ੍ਹਾਂ ਲੱਗੇ ਸੋਈ ਜਾਣੇ। ਲੀਲੀ ਛਤਰੀ ਵਾਲੀ ਦੀ ਸੱਤ ਟਹਿ ਚੱਲੀ ਤੀ, ਜੇ ਮੈਨੂੰ ਮੁੰਡਾ ਬਣਾ ਕੇ ਭੇਜ ਦਿੰਦਾ ਤਾਂ ਸਭ ਤੋਂ ਛੋਟੀ ਆ ਮੈਂ। ਮੇਰੇ ਜੰਮਣ ਲੱਗੇ ਤਾਂ ਮੇਰਾ ਪਾਪਾ ਫਾਹ ਲੈ ਕੇ ਮਰ ਚੱਲਿਆ ਤੀ। ਹੈਲੋ, ਮੀਨਾ ਕੁਮਾਰੀ ਨਾ ਬਣ ਪਾਕੀਜ਼ਾ ਵਾਲੀ, ਬਸੰਤੀ ਬਣ ਸ਼ੋਲੇ ਵਾਲੀ। ਇਹਨੂੰ ਵੀ ਪੁੱਛ ਲੋ ਕੁਝ ਸੋਹਣੀ ਮੂਰਤ ਨੂੰ। ਆਏ ਹਾਏ, ਸੋਹਣੀ ਮੂਰਤ ਕਿੱਦਾਂ ਸੋਹਣਿਓ? ਕਿਰਪਾ ਮਾਲਕ ਦੀ। ਅੱਛਾ, ਆਹੋ ਪੇਂਡੂ ਹੈ,
दिल तो की है तेरे दिल च रीजा की दे ले खुद दी खुदारी नू कैम रखन ले पैर फड़ फड़ लेने जी एक ही है पैर फड़े ने आप दे नी एदे फड़ पैना ते एक दूजे ते गले लग दिया ने पैरी नहीं पेंदिया तू क्यों हस रही है काटो ओ मेनू ए समझ नहीं आउंदी रैगिंग तू ही एना दी कर दिया के ताड़ी करन रही हां हुन तक तो कोई गल थोड़ी सिद्धी नहीं पई गल सिद्धी है मित्रो आउंदा इत्थे हर कोई कैंट एक्टर बनना है पर लॉटरी किसे किसे दी निकलदी है भाई साहब आप तो पिक्चर शुरू होने से पहले दी एंड दिखाने लगे हो पहलवान जी ਤੁਸੀਂ ਭਲਵਾਨੀ ਕਰਦੇ ਕਰਦੇ ਇੱਥੇ ਐਕਟਰ ਬਣਨ ਆ ਗਏ ਚਲੋ ਤੁਹਾਡਾ ਭੁੱਖ ਦਿਖਾਉਣਾ ਤੁਹਾਨੂੰ ਹੱਥ ਕੱਢੋ ਬਾਹਰ ਲੱਕ ਲਾਈਨ ਟੁੱਟਦੀ ਆ ਮਿੱਤਰਾ ਇਸ ਲਾਈਨ ਦੇ ਵਿੱਚ ਲੱਕ ਹੀ ਕੰਮ ਆਉਂਦੀ ਆ ਤੂੰ ਆ ਕਾਲੇ ਜੇ ਕੱਪੜੇ ਪਾਉਣੇ ਛੱਡ ਦੇ ਤੇ ਵੀਰਵਾਰ ਨੂੰ ਪੀਲਾ ਕੱਪੜਾ ਪਾਇਆ ਕਰ ਤੇ ਕੇਲੇ ਦਾਨ ਕਰਿਆ ਕਰ ਕਿਸਨੇ ਭਾਈ ਓਏ ਇਸੇ ਨੂੰ ਹੀ ਪਾ ਲਿਆ ਕਰ ਖਬਰੇ ਭੋਰਾ ਕਦੀ ਵਾਜੇ ਇਸੇ ਕਦ ਨੂੰ ਸਲਾਮਾਂ ਆਉਣੀਆਂ ਕਿਸੇ ਦਿਨ ਜਦੋਂ ਮੈਂ ਸਟਾਰ ਬਣ ਕੇ ਕਾਰ ਚ ਉਤਰਿਆ ਕਰੂੰ ਨਾ ਤੇਰੇ ਵਰਗੇ ਨੇ ਕਿਆ ਕਰਨ ਦੀਵਾ ਬਾਈ ਮੈਂ ਪਰਮ ਤੁਹਾਡੇ ਨਾਲ ਪੜਦਾ ਹੁੰਦਾ ਜੀ ਵਾਹੋ ਯਸ ਚੁਪੜਾ ਤਾਂ ਤੇਰੀ ਡੀਕ ਕਰੀ ਜਾਂਦਾ ਚਲੋ ਮੁੰਡਿਓ ਸਲਾਮ ਕਰੋ ਤੁਹਾਡੇ ਸੀਨੀਅਰ ਆਏ ਨੇ ਓ ਹੀਰੋ ਤੂੰ ਨਹੀਂ ਸਲਾਮ ਕੀਤੀ ਓਏ ਤੇਰੇ ਲਈ ਕੋਈ ਸਪੈਸ਼ਲ ਮੂਹਰਤ ਕਢਾਈਏ ਤੂੰ ਦੀ ਛਟੀ ਵਾਲਾ ਹਿਸਾਬ ਆ ਬਾਈ ਪਿਆਰ ਨਾ ਜਿੰਨਾ ਮਰਜ਼ੀ ਚੁਕਾ ਲਓ ਅੱਛਾ ਤੂੰ ਦੀ ਛਟੀ ਹੈ ਚੱਲ ਫਿਰ ਲਿਖ ਜਾ ਤੇ ਕਰ ਝੁਕ ਝੁਕ ਕੇ ਸਲਾਮਾਂ ਲਓ ਜੀ ਕਰ ਦਿੰਦੇ ਫਿਰ ਹੇ ਮਹਾਮਾਈ ਹੇ ਮਹਾਲਕਸ਼ਮੀ ਇਹਨਾਂ ਡਰਾਮੇ ਵਾਲਿਆਂ ਦੀਆਂ ਜੇਬਾਂ ਭਰੀ ਰੱਖੀ ਨਹੀਂ ਤਾਂ ਕਿਸੇ ਦਿਨ ਮੇਰੀ ਘਰ ਵਾਲੀ ਨੇ ਮੈਨੂੰ ਸੇਲ ਤੇ ਲਾ ਦੇਣਾ ਨਾਗ ਦੇਵਤਾ ਮੇਰਾ ਮਤਲਬ ਮਾਮਾ ਜੀ ਜਲਦੀ ਤੋਂ ਪਹਿਲਾਂ ਤੇ ਛੇਤੀ ਦੇਣੇ ਅਮਰੀਕ ਗਿੱਲ ਵੱਲ ਮੇਰੇ 737 ਰੁਪਈਏ ਨਿਕਲਦੇ ਆ ਆਵੇ ਸਹੀ ਇੱਥੇ ਬੜੇ ਸਹੀ ਮੈਂ ਮੰਗਣੇ ਹੀ ਨੀ ਆਪਾਂ ਲੈਣੇ ਹੀ ਨੀ ਓਮੀ ਵੱਲ ਖੇਰੂ ਵੱਲ ਮੇਰੇ ਕਿੰਨੇ ਪੈਸੇ ਨਿਕਲਦੇ ਆ ਓਮੀ ਖੇਰੂ ਇਹ ਮੁੰਡੇ ਕੌਣ ਨੇ ਓਏ ਓਮੀ ਆਪਣਾ ਓਮਪੁਰੀ ਓ ਖੇਰੂ ਆਪਣਾ ਅਨੁਪਮ ਖੇਰ ਪਰ ਇੱਕ ਗੱਲ ਹੈ ਇਹਨਾਂ ਸਾਰਿਆਂ ਚੋਂ ਕਿੰਨੂ ਸਭ ਤੋਂ ਵਧੀਆ ਸੀ ਕਿੰਨੂ ਕੌਣ ਸੀ ਮਾਮਾ ਓਏ ਆਪਣੀ ਕਿਰਨ ਖੇਰ ਚਾਹ ਪੀਣੀ ਉਸੇ ਵੇਲੇ ਪੈਸੇ ਦੇ ਦੇਣੇ ਪਰ ਇੱਕੋ ਗੱਲ ਮਾੜੀ ਸੀ ਉਹਦੀ ਕੀ ਪੈਸੇ ਦੇਣ ਲੱਗਿਆ ਮਾਮਾ ਕਹਿ ਦਿੰਦੀ ਸੀ ਓ ਸ਼ੁਕਰ ਕਰ ਮਾਮਾ ਤੇਰੇ ਕੋਲ ਐਸ਼ ਨਹੀਂ ਵੜ ਕੇ ਗਈ ਇਹ ਐਸ਼ ਕੌਣ ਆ ਐਸ਼ਵਰਿਆ ਰਾਏ ਲੰਬੂ ਦੀ ਨੂੰ ਓਏ ਅੱਜ ਕੱਲ ਨਵੀਆਂ ਹੋਣਗੀਆਂ ਸਾਡਾ ਤਾਂ ਪੁਰਾਣੀਆਂ ਨਾਲ ਕਨੈਕਸ਼ਨ ਹੈ ਤਾਂ ਹੀ ਕਲਾਕਾਰ ਜੰਕਸ਼ਨ ਹੈ ਚਾਹ ਬਣਾਓ ਉਹ ਤੂੰ ਬਹੁਤ ਹੈ ਰੋਸ਼ਨੀ ਜੇ ਕਿਤੇ ਤੇਰੇ ਮੇਰੇ ਗ੍ਰਹਿ ਮਿਲ ਜਾਣ ਮਿਲੇ ਤਾਂ ਹੋਏ ਤੇਰੇ ਮੇਰੇ ਗ੍ਰਹਿ ਵੇਖ ਨੇ ਵਧੀਆ ਦੋਸਤ ਜੀ ਦੋਸਤ ਕੇਵਲ ਦੋਸਤੀ ਸਭ ਕੁਝ ਨਹੀਂ ਹੁੰਦੀ ਰੋਸ਼ਨੀ ਮੈਂ ਐਵਰੀ ਟਾਈਮ ਤੇਰੀ ਜ਼ਿੰਦਗੀ ਦੇ ਮਹਾਕਾਵ ਦਾ ਤੇਰੀ ਮੁਹੱਬਤ ਦਾ ਕਰੈਕਟਰ ਬਣ ਕੇ ਜ਼ਿੰਦਗੀ ਦਾ ਨਾਟਕ ਪਰਫਾਰਮ ਕਰਨਾ ਚਾਹੁੰਦਾ ਰੋਸ਼ਨੀ ਤੁਸੀਂ ਸਾਰਾ ਦਿਨ ਡਰਾਮੇ ਜੇ ਕਰਦੇ ਰਹਿੰਦੇ ਹੋ ਤੈਨੂੰ ਡਰਾਮਾ ਲੱਗਦਾ ਇਹ ਸਾਡੀ ਜਾਨ ਤੇ ਬਣੀ ਹੈ ਇਹਦਾ ਹਾਸਾ ਹੋ ਗਿਆ ਨੀ ਸਾਡੀ ਜਾਨ ਤੇ ਸੰਗੀਤਾ ਦੀਦੀ ਦੀਵੇ ਦੀ ਤੇ ਰੋਸ਼ਨੀ ਦੀ ਗੱਲਬਾਤ ਹੈ ਕੋਈ ਗੱਲਬਾਤ ਤਾਂ ਕੋਈ ਨਹੀਂ ਐਵੇਂ ਹੜ ਜੇ ਕੱਢੀ ਜਾਂਦਾ ਪਿਛਲੇ ਸਾਲ ਦਾ ਉਹ ਜੇ ਤਾਂ ਅਪਲਾਈਡ ਫਾਰ ਯਾ diva.com ਗਗਨ ਮਾਰ ਕੇ ਰਾ ਮਾਮੇ ਨੇ ਚਾਹ ਦਾ ਆਰਡਰ ਮਾਮਾ ਜੀ ਚਾਹ ਭੇਜਿਓ ਇੱਧਰ ਨਾ ਚਾਹ ਤਾਂ ਮੈਂ ਭੇਜ ਦੇਣਾ ਪਰ ਇੱਕ ਮੇਰੀ ਗੱਲ ਸੁਣ ਲਓ ਧਿਆਨ ਨਾਲ ਸੁਣ ਲੈਨੇ ਆ ਅਸੀਂ ਕਿਹੜਾ ਭੱਜੇ ਚੱਲੇ ਆ ਬਸ ਇੱਕੋ ਡਾਇਲੌਗ ਸਿੱਖਿਆ ਇਹ ਤੂੰ ਗਾਂ ਵੀ ਸਿੱਖ ਲਓ ਕੁਝ ਸੰਗੀਤਾ ਤੇਰੇ ਕੋਲ ਅਜਮੇਰ ਔਲਖ ਦਾ ਨਾਟਕ ਹੈਗਾ ਇੱਕ ਰਮਾਇਣ ਹੋਰ ਨਹੀਂ ਪਾਲੀ ਭਪਿੰਦਰ ਦਾ ਹੈਗਾ ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ ਉਹ ਟਿਕਟ ਮਾਨਸਾ ਦੀ ਮੰਗੀ ਆ ਤੂੰ ਮੋਗੇ ਤੁਰ ਜਾਨੀ ਆ ਹੈ ਓ ਹੀਰੋ ਕਿੱਧਰ ਮੂੰਹ ਚੱਕਿਆ ਓਏ ਮੂੰਹ ਤਾਂ ਧੜਤੇ ਆ ਜੀ ਕਿਤਾਬਾਂ ਚੱਕੀਆਂ ਬੋਲਦਾ ਕਿਵੇਂ ਉਹ ਤੂੰ ਨਾਟਕ ਕਰਦਾ ਜਿਹੋ ਜਿਹਾ ਡਾਇਲੌਗ ਉਹ ਜਿਹਾ ਰਿਸਪੌਂਸ ਬੜੀ ਛੇਤੀ ਪਰ ਲੱਗ ਗਿਆ ਤੇਰੇ
ਉੱਡਣਾ ਤਾਂ ਸਾਰੇ ਚਾਹੁੰਦੇ ਆ ਨਾ, ਤੇ ਅਸੀਂ ਫਿਰ ਪਿੰਜਰੇ ਚ ਪਾਉਣਾ ਵੀ ਜਾਣਦੇ ਆ, ਫਿਰ ਅਸੀਂ ਆਪਣੀ ਆਵਾਜ਼ ਨਾਲ ਸ਼ਿਕਾਰੀਆਂ ਦਾ ਮਨ ਮੋਹਣਾ ਵੀ ਜਾਣਦੇ ਆ। ਸਰ ਮੈਂ ਤੈਨੂੰ ਕਦੋਂ ਦੀ ਲੱਭੀ ਜਾ ਰਹੀ ਹਾਂ, ਤੂੰ ਇੱਥੇ ਖੜਾ, ਆਈ ਜਰਾ। ਇਹਨਾਂ ਦੋਨਾਂ ਦੀ ਬੜੀ ਬਣਦੀ ਲੱਗਦੀ ਹੈ। ਹਾਂ ਦੱਸ ਕੀ ਗੱਲ ਹੈ। ਕੁਝ ਨਹੀਂ, ਉਦਣ ਤੂੰ ਮੈਨੂੰ ਬਚਾਇਆ ਸੀ, ਅੱਜ ਮੈਂ ਤੈਨੂੰ ਬਚਾ ਲਿਆ, ਹਿਸਾਬ ਕਿਤਾਬ ਬਰਾਬਰ। ਨਾਲੇ ਆਪਾਂ ਕਦੇ ਕਿਸੇ ਦਾ ਅਹਿਸਾਨ ਨਹੀਂ ਰੱਖੀਦਾ। ਅਹਿਸਾਨ ਜਿਤਾਈਦਾ ਨਹੀਂ ਹੁੰਦਾ, ਕਿਹਦਾ ਕਿਹਦਾ ਅਹਿਸਾਨ ਉਤਾਰੇਂਗੀ, ਇਹ ਜ਼ਿੰਦਗੀ ਦਾ ਹਿਸਾਬ ਬੜਾ ਟੇਢਾ ਹੁੰਦਾ। ਟਾਈਮ ਆਉਣ ਦੇ, ਇਹ ਟੇਢੀ ਜ਼ਿੰਦਗੀ ਨੂੰ ਵੀ ਸਿੱਧੀ ਕਰਕੇ ਵਿਖਾਵਾਂਗੇ। ਨਾਲੇ ਕਈ ਵਾਰੀ ਅਹਿਸਾਨ ਜਿਤਾਉਣਾ ਵੀ ਪੈਂਦਾ, ਨਹੀਂ ਤਾਂ ਬੰਦਾ ਐਵੇਂ ਗਲਤ ਵਹਿਮੀ ਜੀ ਪਾਲ ਕੇ ਬਹਿ ਜਾਂਦਾ। ਮਾਮਾ ਜੀ, ਦੋ ਕੱਪ ਕੈਮ ਜੇ, ਮਿੱਠਾ ਰੋਕ ਕੇ ਤਾਂ ਪਤੀ ਠੋਕ ਕੇ। ਓਏ ਸਦਕੇ ਓਏ ਮਲਵੈਣ ਦੇ, ਚਾਹ ਵੀ ਕਰਾਰੀ ਬੋਲ ਵੀ ਕਰਾਰੇ, ਓਏ ਮਿੱਠਿਆ ਓ ਹਾਂਜੀ ਆਪਣਾ ਕੰਡੇ ਵਾਲੀ ਚਾਹ। ਅੱਛਾ ਇੱਕ ਅਹਿਸਾਨ ਹੋਰ ਕਰੋ, ਦੱਸੋ ਆਪਣੇ ਬਾਰੇ ਜਾਣਕਾਰੀ ਦਿਓ ਕੁਝ। ਨੋ, ਮੇਲ ਫਸਟ। ਓਕੇ, ਰਹਿੰਦੇ ਅਸੀਂ ਖੰਨੇ ਆ, ਪਿੰਡ ਸਾਡਾ ਨਸਰਾਲੀ ਹੈ, ਬੀਜੀ ਪਾਪਾ ਜੀ, ਵੀਰਾ ਭਾਬੀ ਤੇ ਇੱਕ ਪਿਆਰੀ ਜੀ ਭਤੀਜੀ ਹੈ। ਹੁਣ ਤੂੰ ਦੱਸ। ਸਿੱਧੂਆਂ ਦੀ ਧੀ ਆ, ਝੀਲਾਂ ਦੇ ਸ਼ਹਿਰ ਬਠਿੰਡੇ ਨੇੜੇ ਮੰਡੀ ਕਲਾਂ ਪਿੰਡ ਚ ਰਹਿੰਦੇ ਆ, ਘਰ ਚ ਮੰਮੀ ਪਾਪਾ ਤੇ ਮੈਂ। ਕੋਈ ਜੌਬ ਕਰਦੇ ਤੇਰੇ ਪਾਪਾ? ਨਹੀਂ, ਜੌਬ ਕਰਨ ਵਾਲਿਆਂ ਨੂੰ ਖਾਣਾ ਦਾਣਾ ਮੁਹੱਈਆ ਕਰਵਾਉਂਦੇ ਨੇ, ਖੇਤੀ ਕਰਦੇ ਨੇ ਤੇ ਉਹਨਾਂ ਦਾ ਹੱਥ ਵਟਾਉਂਦਾ ਉਹਨਾਂ ਦਾ ਸ਼ੇਰ ਪੁੱਤ ਨਵੂ ਪੁੱਤ। ਕਿਉਂ, ਧੀ ਪੁੱਤ ਨਹੀਂ ਬਣ ਸਕਦੀ? ਕਿਉਂ ਨਹੀਂ, ਕਿਉਂ ਨਹੀਂ ਬਣ ਸਕਦੀ ਹੈ, ਉਹ ਤਾਂ ਦੇਖੀ ਜਾਣਾ। ਅੱਛਾ ਤੂੰ ਥੀਏਟਰ ਚ ਕਿਵੇਂ ਆ ਗਈ? ਬੜੀ ਸੋਚ ਸਮਝ ਕੇ ਆਈ ਹੈ ਇੱਥੇ, ਮੈਂ ਪਿੰਡ ਪਿੰਡ ਸ਼ਹਿਰ ਸ਼ਹਿਰ ਨਾਟਕ ਕਰਕੇ ਇੱਕ ਨਵੀਂ ਸੋਚ ਦੀ ਲਾਟ ਜਗਾਉਣੀ ਹੈ। ਤੂੰ ਤਾਂ ਸਮਝ ਤੋਂ ਪਰੇ ਆ ਬਈ, ਨਵੀਂ ਸੋਚ ਦੀ ਲਾਟ, ਸ਼ੇਰ ਪੁੱਤ। ਜਦੋਂ ਸਮਾਜ ਤੋਂ ਥੋੜਾ ਅਲੱਗ ਹੋ ਕੇ ਸੋਚੇਗਾ ਨਾ ਤਾਂ ਸਭ ਸਮਝ ਆਜੂ। ਸਮਾਜ ਤੋਂ ਅਲੱਗ ਹੋ ਕੇ ਨਹੀਂ ਸੋਚਿਆ ਜਾ ਸਕਦਾ। ਕਿਉਂ ਨਹੀਂ ਸੋਚਿਆ ਜਾ ਸਕਦਾ? ਗੁੰਝਲਾਂ ਦੀ ਗੁੱਥੀ ਹੈ ਤੂੰ, ਇੱਕ ਬੁਝਾਰਤ ਹੈ ਮੇਰੇ ਹਿਸਾਬ ਨਾਲ। ਬਸ ਇੱਥੇ ਹੀ ਗੜਬੜ ਹੈ, ਅਸੀਂ ਆਪਣੇ ਹਿਸਾਬ ਨਾਲ ਵੇਖਣ ਲੱਗ ਪੈਂਦੇ ਹਾਂ, ਕਦੇ ਕਿਸੇ ਹੋਰ ਦੇ ਪੁਆਇੰਟ ਆਫ ਵਿਊ ਨਾਲ ਵੇਖੀਏ ਨਾ ਤਾਂ ਸਭ ਸਮਝ ਆਜੂ। ਮੇਰੇ ਖਾਤੇ ਚ ਲਿਖ ਦੇ। ਨਹੀਂ ਠੀਕ ਹੈ ਜੀ, ਮੇਰੇ ਖਾਤੇ ਚ। ਕਿਉਂ ਬਈ? ਮੈਂ ਤੈਨੂੰ ਖੁਦ ਲੈ ਕੇ ਆਈ ਹਾਂ ਨਾ ਤੇ ਬਿੱਲ ਵੀ ਮੈਂ ਹੀ ਦੇਵਾਂਗੀ। ਕਿਤੇ ਤੈਨੂੰ ਬੁਰਾ ਤਾਂ ਨਹੀਂ ਲੱਗਾ ਕਿ ਇੱਕ ਮੁੰਡੇ ਦੇ ਹੁੰਦਿਆਂ ਇੱਕ ਕੁੜੀ ਨੇ ਬਿੱਲ ਦਿੱਤਾ? ਅਕਸਰ ਮੁੰਡਿਆਂ ਨੂੰ ਬੁਰਾ ਲੱਗਦਾ ਹੈ ਨਾ, ਈਗੋ ਹਰਟ ਹੁੰਦੀ ਹੈ ਨਾ, ਹੈ ਨਾ? ਚੋਪੀ ਪੜੀ ਹੈ, ਕੁਝ ਹੋਰ ਸੁਣਾਏਗੀ? ਕੀ? ਕੁਝ ਨਹੀਂ। ਚੁੱਪ ਓਏ, ਸਾਡੇ ਨਾਲ ਦੁਸ਼ਮਣੀ ਮੁੱਲ ਲੈਣ ਲਈ ਤੈਨੂੰ ਇੱਕ ਵਾਰ ਫੇਰ ਜੰਮਣਾ ਪੈਣਾ ਪੈਣ ਦਿਆ ਵੀਰਾ। ਓਏ ਸੱਪ ਤੇ ਸ਼ੇਰ ਤਾਂ ਜੇ ਮਰੇ ਵੀ ਪਏ ਹੋਣ ਤਾਂ ਲੋਕੀ ਕੋਲ ਦੀ ਪਾਸਾ ਵੱਟ ਕੇ ਲੰਘਦੇ ਐ, ਤੇ ਤੂੰ ਸਾਡੀ ਪੂੰਛ ਤੇ ਪੈਰ ਧਰ ਰਿਹਾ ਮਿੱਟੀ ਦਿਆ ਬਾਵਿਆ। ਓ ਤੂੰ ਵੀ ਕੰਨ ਖੋਲ ਕੇ ਸੁਣ ਲੈ ਓਏ ਚੀਨਿਆ ਕਬੂਤਰਾ, ਓ ਅਸੀਂ ਤਾਂ ਜਿਹੜੀ ਗਲੀ ਚੋਂ ਲੰਘ ਜਾਈਏ ਨਾ ਉਥੋਂ ਦਾ ਚੌਂਕੀਦਾਰ ਵੀ ਜਾਗਦੇ ਰਹੋ ਕਹਿਣਾ ਭੁੱਲ ਜਾਂਦਾ ਤੇ ਤੂੰ ਆ ਉਂਗਲਾਂ ਜੀਆਂ ਕਰੀ ਜਾਣ। ਸੋਹਣਿਆ ਓਏ ਕੀ ਹੋ ਰਿਹਾ ਹੈ? ਸਰ ਰਿਹਰਸਲ ਹੋ ਰਹੀ ਹੈ ਜੀ। ਓਏ ਰਿਹਰਸਲ ਤੇ ਜ਼ਰੂਰ ਕਰੋ ਪਰ ਗੁੱਗੂ ਗਿੱਲ ਬਣਨ ਦੀ ਕੋਸ਼ਿਸ਼ ਨਾ ਕਰੋ ਮਿੱਟੀ ਦੇ ਬਾਵਿਓ, ਉਹਦੇ ਲਈ ਤੇ ਤੈਨੂੰ ਇੱਕ ਵਾਰ ਹੋਰ ਜੰਮਣਾ ਪਏਗਾ ਡੱਡੀਏ। ਅੰਡਰਸਟੈਂਡ? ਸਰ ਐ ਲੱਗਦਾ ਕਿ ਤੂੰ ਕਹਿੰਦੇ ਠੀਕ ਆਖਦਾ ਸੋਹਣਿਆ। ਭਰਤ ਮੁਨੀ ਤੇ ਸਟੈਨਿਸਲਾਵਸਕੀ ਦੇ ਗਏ ਨੇ ਸਾਨੂੰ ਇਹ ਨੌ ਸਿਧਾਂਤ, ਨੌ ਸਾਡੇ ਨੇ ਤੇ ਨੌ ਹੀ ਵੈਸੇ। ਦੈਟ ਮੀਨਸ ਦੈਟ ਥੀਏਟਰ ਇਜ਼ ਦ ਸੇਮ ਐਵਰੀਵੇਅਰ। ਵੈਸੇ ਤੁਸੀਂ ਲੋਕਾਂ ਨੇ ਕਦੀ ਇਹ ਦੋਨਾਂ ਸੁਣੇ ਆ? ਮੈਂ ਤਾਂ ਪਹਿਲੀ ਗੱਲ ਸੁਣਨ ਲੱਗ ਰਿਹਾ ਜੀ। ਹਰ ਐਕਟਰ ਲਈ ਬਹੁਤ ਜ਼ਰੂਰੀ ਹੈ ਕਿ ਉਹ ਇਹਨਾਂ ਨੂੰ ਪੜ੍ਹੇ ਤੇ ਸਮਝੇ। ਐਕਟਿੰਗ ਦੀ ABC ਦੀ ਅਸਲ ਸਮਝ ਇਹੀ ਸਾਨੂੰ ਕਰਾਉਂਦੇ ਨੇ। ਸਟੈਨਿਸਲਾਵਸਕੀ ਦੀ ਕਿਤਾਬ ਐਨ ਐਕਟਰ ਪ੍ਰਿਪੇਅਰਸ ਤੇ ਭਰਤ ਮੁਨੀ ਦਾ ਨਾਟਯ ਸ਼ਾਸਤਰ। ਮੈਡਮ ਜੀ ਦੁਬਾਰਾ ਬੋਲਿਓ ਜੀ, ਕਿਹੜੀਆਂ ਬੁੱਕਾਂ? ਬੁੱਕਾਂ ਨਹੀਂ, ਬੁੱਕਸ। ਮੈਂ ਦੇਖ ਰਹੀ ਹਾਂ ਤੁਸੀਂ ਸਭ ਕੁਝ ਲਿਖੀ ਜਾ ਰਹੇ ਹੋ, ਸਿਰਫ ਸੁਣੋ, ਲਿਖਵਾ ਮੈਂ ਬਾਅਦ ਚ ਦਵਾਂਗੀ। ਸੋ ਲੈਟਸ ਗੋ ਵਿਦ ਦ ਫਰਸਟ ਵਨ, ਦ ਮੈਜਿਕ ਇਫ। ਜੇ ਮੈਂ ਉਹ ਹੋਵਾਂ? ਰਾਈਟ,
ਦੂਜਾ ਹੈ ਗਿਵਨ ਸਰਕਮਸਟੈਂਸਸ, ਯਾਨੀ ਕਿ ਸਕ੍ਰਿਪਟ ਵਿੱਚ ਲਿਖੇ ਮੁਤਾਬਕ ਚੱਲਣਾ। ਗੁੱਡ ਡੀਅਰ। ਇਮੇਜਿਨੇਸ਼ਨ, ਕਲਪਨਾ ਹੀ ਤਾਂ ਕਾਇਆ ਕਲਪ ਕਰਦੀ ਹੈ ਕਲਾਕਾਰ ਦੀ। ਵਾਓ। ਆ ਮੈਡਮ ਜੀ, ਸਾਡੇ ਪਿੱਛੇ ਪਿੱਛੇ ਬੋਲੀ ਜਾਂਦੀ ਹੈ, ਜੇ ਐਡੀ ਹੁਸ਼ਿਆਰ ਹੈ ਤਾਂ ਇਹਦੇ ਕੋਲੇ ਪੁੱਛ ਲੈਂਦੇ ਆ। ਪਰ ਇਹ ਤਾਂ ਅੱਛੀ ਗੱਲ ਹੈ, ਇਸ ਤਰ੍ਹਾਂ ਤੁਸੀਂ ਬਿਹਤਰ ਸਿੱਖ ਸਕੋਗੇ। ਐਂਡ ਗੁਰਮੀਤ, ਤੈਨੂੰ ਆਪਣੇ ਪ੍ਰੋਨਾਂਸੀਏਸ਼ਨ ਮਤਲਬ ਉਚਾਰਨ ਤੇ ਕੰਮ ਕਰਨਾ ਪਏਗਾ। ਉਹ ਮੈਡਮ ਜੀ, ਇਹਦਾ ਉਹੀ ਹੋਈ ਹਿਸਾਬ ਹੈ ਬਈ, ਸ਼ਨਾਮ ਵਾਲੀ ਸੜਕ ਤੇ ਸ਼ਬ ਸ਼ੂਸ਼ੂ ਕਰਦਾ ਫਿਰਦਾ ਸੀ, ਛੋਟੀ ਲੈ ਕੇ ਛੁਣਕਤਾ। ਹੱਸਣ ਲਈ ਠੀਕ ਹੈ, ਲੇਕਿਨ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ। ਕਿਸੇ ਦੇ ਮਨ 'ਚ ਕੋਈ ਸਵਾਲ ਹੈ ਤਾਂ ਪਲੀਜ਼ ਪੁੱਛੋ, ਡੋਨਟ ਬੀ ਸ਼ਾਏ। ਯਾਰ ਮੈਂ ਤਾਂ ਲਾਈਟ ਹੀ ਲੈਂਦਾ ਸੀ ਸਬਜੈਕਟ ਨੂੰ, ਪਰ ਐਕਟਿੰਗ ਵਾਲਾ ਕੰਮ ਹੈ ਔਖਾ। ਬਹੁਤੇ ਲੋਕ ਇਹੀ ਸੋਚਦੇ ਆ, ਪਰ ਥੀਏਟਰ ਇੱਕ ਡੈਡੀਕੇਸ਼ਨ ਤੇ ਕਮਿਟਮੈਂਟ ਮੰਗਦਾ। ਪਰ ਹੈ ਇੰਟਰਸਟਿੰਗ। ਇਹ ਤਾਂ ਹੈ। ਅੱਛਾ, ਚਾਹ ਹੋ ਰਿਹਾ ਫਿਰ? ਬਿੱਲ ਮੈਂ ਦਊਂ। ਓਕੇ, ਹਿਸਾਬ ਕਿਤਾਬ ਬਰਾਬਰ ਰੱਖਣਾ ਚਾਹੀਦਾ। ਬਿਲਕੁਲ। ਚਾਹ ਪੀਣੀ ਹੈ ਗੁਰਮੀਤ ਕੋਲੇ? ਨਾ ਬਈ, ਮੈਂ ਤਾਂ ਰੋਟੀ ਸਕਣੀ ਹੈ ਮੈਸੇਜ ਆ ਕੇ। ਅਜੇ ਆਪਾਂ ਤਾਂ ਘਰੇ ਜਾ ਕੇ ਛਕਾਂਗੇ ਬਈ। ਮੇਰੀ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਚਿੱਤ ਕਰਦਾ। ਫੇਰ ਗੁਰਮੀਤ ਭੈਣ ਜੀ, ਮੇਰੇ ਨਾਲ ਹੀ ਚੱਲਿਓ ਕਾਰ 'ਚ, ਲਾ ਲਾਂਗੇ ਰਸਤੇ 'ਚ ਤੇਰੇ ਭਵਾਨੀ ਗੜ। ਚੱਲ ਠੀਕ ਹੈ, ਮੈਂ ਫਰੈਸ ਹੋ ਕੇ ਆਉਣੀ ਆ। ਇਹ ਬਠਿੰਡੇ ਤੂੰ ਕੱਲੀ ਜਾਏਗੀ ਕਾਰ ਲੈ ਕੇ? ਹੋਰ ਫੌਜ ਲੈ ਕੇ ਜਾਵਾਂ? ਜੇ ਮੁੰਡੇ ਜਾ ਸਕਦੇ ਆ ਨਾ, ਤਾਂ ਨਵਦੀਪ ਕੌਰ ਵੀ ਜਾ ਸਕਦੀ ਹੈ ਕੱਲੀ। ਚਲੀਏ। ਕਿੱਥੇ? ਬਠਿੰਡੇ? ਨਹੀਂ, ਚਾਹ ਪੀਣ ਲੱਗਦਾ ਬਠਿੰਡੇ ਦਾ। ਹੈਲੋ ਭਾਬੀ, ਹਾਉ ਆਰ ਯੂ? ਆਈ ਐਮ ਫਾਈਨ ਨਵੂ, ਹਾਊ ਇਜ਼ ਲਾਈਫ? ਲਾਈਫ ਇਜ਼ ਗੁੱਡ ਬਟ ਨਾਟ ਬੈਸਟ। ਇਹ ਤਾਂ ਤੂੰ ਆਪ ਹੀ ਬਣਾਈ ਹੈ ਭਾਬੀ। ਜੇ ਉਦੋਂ ਹੀ ਸਟੈਂਡ ਲੈ ਜਾਂਦੀ ਨਾ ਜਦੋਂ ਵਿਆਹ ਕੇ ਆਈ ਸੀ ਕਿ ਨੌਕਰੀ ਕਰਨੀ ਹੈ, ਤਾਂ ਲਾਈਫ ਬੈਟਰ ਬੈਸਟ ਹੋਣੀ ਸੀ। ਬੀਏ ਬੀਐਡ ਤਾਂ ਉਹੀ ਖੁੰਝਲਾਤੀ ਭਾਈ ਸਾਹਿਬ। ਇਟਸ ਆਲ ਲੱਕ ਨਵੂ। ਨਾਟ ਲੱਕ, ਇਹ ਤਾਂ ਤੇਰੇ ਆਪਣੇ ਫੈਸਲੇ ਦਾ ਨਤੀਜਾ ਹੈ। ਐਨੀਵੇ, ਸੀ ਯੂ ਭਾਬੀ, ਬਾਏ, ਟੇਕ ਕੇਅਰ। ਯੂ ਟੂ, ਬਾਏ। ਲੈ ਭਾਈ ਸਬਜ਼ੀ ਪਾ, ਗੋਭੀ ਕਿਵੇਂ ਲਾਈ ਹੈ? ਸਤਿ ਸ਼੍ਰੀ ਅਕਾਲ ਤਾਇਆ ਜੀ। ਉਹ ਜਿਉਂਦੀ ਰਹਤੀ ਏ, ਕੋਠੀ ਚ ਹੋ ਗਈ ਹੁਣ? 16ਵੀਂ ਕਲਾਸ ਚ ਆ ਮੈਂ। ਕਿਹੜੇ ਸਕੂਲ ਚ ਹੈ? ਸਕੂਲ ਨਹੀਂ, ਯੂਨੀਵਰਸਿਟੀ ਚ ਆ, ਚੰਡੀਗੜ੍ਹ ਯੂਨੀਵਰਸਿਟੀ। ਹਾਲਾ ਬਈ, ਕੱਲੀ ਜਾਨੀ ਇੰਨੀ ਦੂਰ? ਹੋਰ ਕੀ, ਤੁਸੀਂ ਕੈਮ ਹੋ? ਆਪਣੀ ਤਾਂ ਕਾਟੋ ਫੁੱਲਾਂ ਤੇ ਆ ਪੁੱਤ। ਉਹ ਆਹੋ, ਤਾਏ ਦੇ ਤਾਂ ਫੁੱਲ ਪੈਣ ਵਾਲੀ ਆ। ਓਏ ਕਾਲੂ, ਵੱਡਿਆਂ ਦੀ ਇੱਜ਼ਤ ਕਰੀਦੀ ਹੈ। ਉਹ ਮੈਂ ਕੀ ਗਲਤ ਕਹਿਤਾ ਭੈਣੇ? ਕੋਈ ਗੱਲ ਨੀ ਪੁੱਤ, ਐ ਨੀ ਮਰਦਾ, ਤੁਹਾਡੇ ਬੁੜੇ ਵਾਲੇ ਲੱਡੂ ਖਾ ਕੇ ਮਰੂ। ਅੱਛਾ, ਸਾਡਾ ਬੁੜਾ ਤੇਰੇ ਖਾਣ ਨੂੰ ਫਿਰਦਾ? ਕੋਈ ਗੱਲ ਨੀ ਕਾਲਿਆ, ਇਹ ਤਾਂ ਟਾਈਮ ਹੀ ਦੱਸੋ ਪੁੱਤ ਵੀ ਕਿਹੜਾ ਕਿਹਦੇ ਲੱਡੂ ਖਾਂਦਾ ਹੈ। ਓ ਮੈਂ ਕਿਹਾ ਜੀ, ਸਰਦਾਰ ਬਹਾਦਰ ਸੁਖਦੇਵ ਸਿੰਘ ਸਿੱਧੂ ਜੀ ਘਰੇ ਨੇ ਜੀ। ਹਾਂ ਭਾਈ, ਘਰੇ ਨੇ। ਓ ਤੇਰਾ ਭਲਾ ਹੋ ਜੇ, ਮੈਂ ਕਿਹਾ ਪਤਾ ਨੀ ਕੌਣ ਹੈ, ਡਰਾਮੇਬਾਜ਼ੀ ਘੱਟ ਕਰਿਆ ਕਰ ਮੇਰਾ ਪੁੱਤਰ। ਤੂੰ ਕਿਵੇਂ ਆ ਅਚਾਨਕ? ਓ ਬੰਬ ਕਿਤੇ ਦੱਸ ਕੇ ਗਿਰਦਾ ਮਾਤਾ। ਆਈ ਲਵ ਯੂ, ਆਈ ਮਿਸ ਯੂ ਅ ਲੋਟ, ਇੰਨੀ ਯਾਦ ਆਉਂਦੀ ਸੀ ਤੁਹਾਡੀ। ਸੱਚੀ? ਮਾਂ ਸਦਕੇ, ਵਾਹਿਗੁਰੂ ਤੈਨੂੰ ਸਦਾ ਖੁਸ਼ ਰੱਖੇ, ਰੂਹ ਖਿੜ ਗਈ ਤੈਨੂੰ ਵੇਖ ਕੇ। ਤੇ ਮੈਂ ਵੀ ਤੇ ਸੂਰਜ ਦੀ ਪਹਿਲੀ ਕਿਰਨ ਦੇ ਹੱਥੀਂ ਇਹੀ ਸੁਨੇਹਾ ਭੇਜਦੀ ਸੀ। ਮੈਂ ਤੇਰੀ ਕੁੱਖੋਂ ਜਾਈ ਇਹ ਪੱਥਰਾਂ ਦੇ ਸ਼ਹਿਰ ਵਿੱਚ ਤੇਰੀ ਕੋਮਲਤਾ ਦਾ ਅਹਿਸਾਸ ਸਾਂਭ ਸਾਂਭ ਰੱਖਦੀ ਆ ਮਾਂ। ਮੈਨੂੰ ਨੀ ਚਾਹੀਦੇ ਹੋਸਟਲ, ਰੋਜ਼ ਗਾਰਡਨ, ਰੌਕ ਗਾਰਡਨ ਤੇ ਸਤਾਰਾਂ ਦੀ ਮਾਰਕੀਟ। ਮੈਨੂੰ ਤੇ ਚਾਹੀਦੀ ਹੈ ਬਸ ਮੇਰੀ ਮਾਂ। ਮੈਨੂੰ ਤੇ ਬਸ ਮੇਰੀ ਮਾਂ ਚਾਹੀਦੀ ਹੈ। ਕਿਉਂ ਮੇਰਾ ਘੁਗੜਾ, ਪਿਓ ਦਾ ਵੀ ਕੁਝ ਚੇਤਾ ਹੈ ਕਿ ਨਹੀਂ? ਪਾਪਾ ਜੁਦਾ ਰਬਰ। ਸਭ ਤੋਂ ਪਹਿਲਾਂ ਘਰ ਆ ਕੇ ਤੁਹਾਨੂੰ ਆਵਾਜ਼ ਮਾਰੀ ਤੁਹਾਡੇ ਪੁੱਤ ਨੇ, ਉਹ ਵੀ ਤੁਹਾਡਾ ਨਾਂ ਲੈ ਕੇ। ਡਰਾਮਾ ਚੰਗਾ ਕਰਨ ਲੱਗ ਪਿਆ ਘੁਗੜਾ ਹੈ। ਹੋਰ ਸੁਣਾ ਨਾ ਪੁੱਤ, ਕੀ ਹਾਲ ਹੈ ਤੇਰੀ ਯੂਨੀਵਰਸਿਟੀ ਦਾ? ਕੋਈ ਸਮੱਸਿਆ ਤਾਂ ਨਹੀਂ? ਅ ਸਮੱਸਿਆ ਗਈ ਮੱਸਿਆ ਨਾ ਹੁਣ, ਨਾਲੇ ਮੈਂ ਤਾਂ ਕਿਸੇ ਵੀ ਪ੍ਰੋਬਲਮ ਲਈ ਖੁਦ ਇੱਕ ਪ੍ਰੋਬਲਮ, ਤੁਸੀਂ ਮੇਰੀ ਚਿੰਤਾ ਨਾ ਕਰਿਆ। ਓਏ ਚਿੰਤਾ ਕਰਨ ਨੂੰ ਤਾਂ ਤੇਰੀ ਮਾਂ ਬਚਿੰਤ ਕੌਰੀ ਕਾਫੀ ਹੈ। ਤੂੰ ਤਾਂ ਮੇਰਾ ਸ਼ੇਰ ਪੁੱਤਰ ਹੈ, ਮਾਣਿਆ ਮੈਨੂੰ ਤੇਰੇ ਤੇ, ਮੇਰਿਆ ਜਰਨੈਲਾ, ਮੇਰਿਆ ਮਲਾਈ ਦਿਆ ਡੁਨਿਆ, ਮੇਰਿਆ ਕੋਕੜਾ, ਮੇਰਿਆ ਪ੍ਰਸਾਦ ਕੋਰੇ, ਮੇਰਿਆ ਮਿੱਠਾ ਪਰੌਂਠਿਆ। ਕੋਈ ਹੋਰ ਨਾ ਲੈਣਾ, ਬਾਕੀ ਤਾਂ ਨਹੀਂ ਰਹਿ ਗਿਆ। ਹੁਣ ਅੰਦਰ ਚੱਲ ਕੇ ਚਾਹ ਪੀਏ। ਜੋ ਹੁਕਮ ਮਾਤੇ, ਪਾਪਾ ਕਹਤੇ ਹੈ ਬੜਾ ਨਾਮ ਕਰੇਗਾ, ਨਵੂ ਹਮਾਰਾ ਐਸਾ ਕਾਮ ਕਰੇਗਾ। ਨਵੂ ਨਹੀਂ, ਕੋਕੜ। ਜੋ ਮਰਜ਼ੀ ਕਹਿ ਲੋ ਸਰਦਾਰ ਸਾਹਿਬ, ਕੀ ਫਰਕ ਪੈਂਦਾ?
चलो आओ थोनू चाह छकाइए। चलो जी आओ जी। हेलो कौन बोल रहे हो जी? मैं नीति दा बापू बोल रहे हैं जी, अजीत सिंह। नहीं जी, बापू जी ता तुसी डैडी ते सहज चाचू दे हो, नीति देता दादा जी हो। जी भैन जी। मैं किते भैन जी हां, मैं ता नीति हां। गल्ला पावे जिन्नियां मर्जी करा लो मैडम तो, ते तुसी भी न्याणे बन जाने हो इहदे नाल। ए कौन डिस्टर्ब कर रहे है? भैया तुहाडे घर दा थानेदार बोल रहा है। हां दादी मां तुहानूं थानेदार कहया? क्यों जी मैं कोई गलत किया? भाई थानेदार दा अपना रोब हुंदा है। बिल्कुल। हे ठीक ही क्या पापा, रोब ता मेरे बीजी दा पूरा है। ओ तू बिना खबर कीते? एक कारी ता है जिथे मैं बिना दसे कदे भी आ सकदा। एस कर दी दहलीज, मेरा इंतजार कर दी है हर दम, मेरा हर दम एदे नाल दम भरदा है। बादशाह सलामत। लग पे आंदे ड्रामेबाजी करन। नॉर्मल हो काका, ए घर है स्टेज नहीं है। तुसी ठीक हो ना बीजी? सैर करदे हो ना डेली? कमजोर जे होए लगदे हो। मैं बिल्कुल ठीक हां, मेनू तो तू लसा होया लगदा है। किथे, मैं तो होस्टल दियां खा खा के वेट गेन कर लिया। ओ बल्ले बल्ले बल्ले, किवें नीति पुत? पहले इन्ना नहीं मिल लो साडा की। ओ तेरा ही तय सब कुछ, नीति चाचे दी पुत्री, बई आसमानो उतरी परी कोई जापे, मैनू तरस दे चाचे तैनू। गुड गाने चाचू, ताड़ी सीडी कढवा दिए। बस कर चाचे रिये चमचिए, फूक कट छकाया कर। ससिका वीरे। ससिका ताड़े एकदम भाभी जी। जिउंदा रह। होर सुना की हाल है तेरे थिएटर दा? ओ थिएटर दी दुनिया ही लागा भाभी, बस मौजा ही मौजा। देखो जेड़ा थिएटर थुटर करना ना, होर 2 साल कर ला फिर अपना बिजनेस सांभो। लगदा है मौजा ही मौजा दा। रहन दियो हुन, आंदे ही बेचारे मुंडे नू लेक्चर देन लग पे, कुछ खा पी तो लैन दियो। मैं हुणे कॉफी बना के लियानी है। दादा जी ली फिक्की, नो शुगर। दीदी जी हुण तां कई फड़ा दो, सरदार जी डांटणगे मैनू। अच्छा चल ठीक है फिर। पापा आ नानक्यां वाली चोटी दा ख्याल रख्या करो, अग्गे नालों लिसी होई लगदी है। ओ पुत्तू एक काम कर, इनू होस्टल च लै जा, नाले दुध पीण दे काम आऊगी। ओ यस मिस्ट मिस। मिस नहीं बैंस। ओ जदो सेम ही है। हां सेम ही है। भाई लड़कदा ही नहीं कोई करियो। ले तेरा चाचा आ गया, आ चलिए आ जा। सत श्री अकाल चाचा जी। ज्योंदी रहती है, ज्योंदी रह। गुड मॉर्निंग चाची जान। ओ भाई चाची ता तेरी गुस्से है तेरे नाल। क्यों सारे पिंड नु मिल ले साडे आली गेड़ा नहीं मारिया, क्यों साडे कर्फ्यू लगा? कहन नु चाचा श्री चाची जान आ सी ता। मैं नवदीप कौर, पुत्र सरदार सुखदेव सिंह सिद्धू। खीमा दा चाचा का चाची जान। मैं बस आने लगी सी थोड़े, तुसी आ गए। अच्छा भाई असि हुन मुड़ जाने, तू आ जा। हासे वाले हूं, एडी गल ता है नहीं सी। गल्ला केड़ी आपा कितो लैन जानी है, आपा हुणे बना लेने हैं। ऐद की मैं चंडीगढ़ बाई दी मार्केट चो ना चाची लिए एक वधिया जी जीन लेके आनी है, ते एक चकवी जी चगी। ओ देखी भाई तू कितो उने मेरा चोगा चोड़ करवा दी। ओ भाई मेरी धी ने चंडीगढ़ जाना, तुर के चले जायो। क्यों तेरे कल्ले ही धी है, साडी नहीं कुछ लगदी? क्यों बे नबू धी नहीं चाचा जी पुत, तुसी भूल जाने हो। मामा चाचा चाची आए ने, चाह धरियो करा। आओ चाची जान। आवे चाचा जी, मैं डोली च बैन लगी हां, तुसी कोई गीत गाओ ना। अच्छा हुणे गा देने हां। साडे बागां दी कोयल किथे चली है, तरमी बाबल दे बोल फुगा चली है। चाचा जी मैं डोली च बैन लगी हां, तुसी हस के गा रहे हो, थोड़ी जी वीपिंग चाहिदी है, सीरियल देखदे हो? ओके चंगा तिये रानी है। नीति मैं अपने हथी पाल पोस के तेनू वड्डा कीता, पढ़ाया लिखाया, ते अज तू पराई होन लगी है। पराई मींस मतलब व्याह तो बाद तू साडा घर छड़ के अपने इनलाज दे घर चली जाएंगी, दूजे घर। वेरी बैड नो, दूजा घर मैं नहीं जाना, दूजे घर मेरा घर ता ए हुई है। ए सब की हो रहा है? हम सहज तू न्याणा भला। ओ भाभी न्याणिया ना न्याणे बन के रहो ना, ता सियाणप होर वध जांदी है। अच्छा जदों तू प्यो बनया ना फेर पुछो ना, तू अपने व्याह दी ता गल करदा नहीं। हां ओ पुछदी की है शैली, लिया दे फिर कोई पेकियां तो लब के, खटला ताई ते मासी बनदा डबल प्रॉफिट। मैं ता लब लेउंदी, पर यूनिवर्सिटी च पढ़न वाले दा की पता है,
ਖੌਰੇ ਕਿਤੇ ਹੋਰ ਸੈਟਿੰਗ ਕਰ ਰੱਖੀ ਹੋਵੇ। ਲੈ ਦੱਸ ਉਹ ਮੈਨੂੰ ਵਿਹਲਾ ਸਮਝਦੇ ਤੁਸੀਂ? ਆਪਣੇ ਕੋਲ ਹੈ ਨੀ ਟਾਈਮ ਇਹੋ ਜਿਹੇ ਕੰਮਾਂ ਲਈ, ਕੋਈ ਹੋਰ ਗੱਲ ਕਰੋ। ਲੈ ਸੁਣ ਲੈ, ਫਿਰ ਦੁਰਾਹੇ ਵਾਲੇ ਸੋਨੀ ਦੇ ਮੁੰਡਾ ਹੋਇਆ। ਅੱਛਾ, ਫਿਰ ਤਾਂ ਪਾਰਟੀ ਬਣ ਗਈ ਸੋਨੀ ਵੱਲ। ਤੇਰੇ ਨਾਲ ਪੜਦਾ ਸੀ, ਪਿਓ ਬਣ ਗਿਆ। ਐਤਕੀ ਸਾਲ ਤੇ ਮੈਂ ਤੇਰਾ ਵਿਆਹ ਕਰ ਹੀ ਦੇਣਾ। ਸੁਣ ਲਿਆ ਨਾ, ਅੱਜ ਤਾਂ ਸਾਰਾ ਟੱਬਰ ਮੇਰੇ ਵਟਾਂ ਵੱਲ ਨੂੰ ਤਿਆਰ ਲੱਗਦਾ। ਉਹ ਮੈਂ ਬੈਗ ਚੁੱਕ ਕੇ ਚੱਲਿਆ ਯੂਨੀਵਰਸਿਟੀ। ਉਹ ਯੂਨੀਵਰਸਿਟੀ ਜਾਣ ਨੂੰ ਬੜਾ ਕਾਹਲਾ ਬਈ, ਥੀਏਟਰ ਦੀ ਪੜ੍ਹਾਈ ਕੰਪਲਸਰੀ ਨਹੀਂ ਹੈ ਤੇਰੇ ਲਈ, ਤੇ ਆਪਣੇ ਭਰਾ ਤੋਂ ਬਿਜ਼ਨਸ ਦੀ ABC ਵੀ ਸਿੱਖਣੀ ਸ਼ੁਰੂ ਕਰ ਦੇ ਹੁਣ ਤੋਂ। ਉਹ ਪਾਪਾ, 2 ਸਾਲ ਦੀ ਤਾਂ ਗੱਲ ਹੈ, ਫਿਰ ਘਰੇ ਹੀ ਰਹਿਣਾ, ਬਿਜ਼ਨਸ ਵੀ ਕਰ ਲਾਂਗੇ। ਉਹ ਕਰ ਲਾਂਗੇ ਨਹੀਂ, ਕਰਨਾ ਹੀ ਕਰਨਾ ਹੈ। ਇਹ ਜਿਹੜਾ ਮੈਂ ਖੇਤੀ ਦੇ ਨਾਲ ਨਾਲ ਬਿਜ਼ਨਸ ਚਲਾਇਆ ਨਾ, ਉਹ ਤੁਸੀਂ ਦੋਵਾਂ ਨੇ ਮਿਲ ਕੇ ਅੱਗੇ ਲੈ ਕੇ ਜਾਣਾ ਹੈ, ਤੇ ਅੱਜ ਤੋਂ ਬਾਅਦ ਮੈਂ ਇਹ ਗੱਲ ਰਿਪੀਟ ਨਹੀਂ ਕਰਨੀ ਪੁੱਤਰਾ, ਸਮਝ ਗਿਆ ਨਾ? ਜੀ ਪਾਪਾ। ਸ਼ਾਬਾਸ਼। ਓਕੇ, ਤੇਰਾ ਉਹ ਡੋਲੀ ਵਾਲਾ ਕੀ ਸੁਣਾਵਾ? ਨਹੀਂ। ਕੀ ਹੋ ਗਿਆ ਸਾਰਿਆਂ ਨੂੰ ਅੱਜ? ਜ਼ਮੀਨ ਜੜ ਦੀ ਸਲਤਨਤ ਹੁੰਦੀ ਹੈ, ਇੱਕ ਪਹਿਚਾਣ, ਜਿਉਂ ਦਾ ਆਸਰਾ। ਮੇਰੇ ਦਾਦੇ ਦੀ ਜ਼ਮੀਨ ਮੇਰੇ ਬਾਪੂ ਨੇ ਸਾਂਭੀ, ਤੇ ਮੇਰੇ ਬਾਪੂ ਦੀ ਮੈਂ ਦਮਿੰਦਰ ਨੇ, ਪਰ ਮੇਰੀ ਜ਼ਮੀਨ ਕੌਣ ਸਾਂਭੋ? ਕੌਣ ਰਾਖੀ ਕਰੂਗਾ ਮੇਰੇ ਪੁਰਖਾਂ ਦੀ ਜ਼ਮੀਨ ਦੀ? ਸ਼ਾਇਦ ਇਸੇ ਕਰਕੇ ਜੱਟ ਪੋਤੀ ਆਸ ਰੱਖਦਾ। ਜੇ ਦਾਤਾ ਇੱਕ ਪੋਤੀ ਦਾਤੇ ਦਿੰਦਾ ਤਾਂ ਇਹੋ ਨਾ ਕਿਹਾ ਕਰੋ ਜੀ, ਕਿੰਨੀ ਚੰਗੀ ਤੇ ਲਾਇਕ ਧੀ ਦਿੱਤੀ ਹੈ ਰੱਬ ਨੇ। ਉਹ ਭਲੀਏ ਲੋਕੇ, ਇਸੇ ਕਰਕੇ ਤੇ ਦਿਨ ਰਾਤ ਰੱਬ ਦਾ ਸ਼ੁਕਰਾਨਾ ਕਰਦਾ। ਪਰ ਨਵੂ ਨੇ ਵੀ ਇੱਕ ਦਿਨ ਘਰ ਬਾਰ ਛੱਡ ਕੇ ਆਪਣੇ ਸਹੁਰੇ ਦੇ ਘਰ ਚਲੀ ਜਾਣਾ। ਨਵੂ ਪੁੱਤ, ਬਸ ਮੈਂ ਤੇ ਐਵੇਂ ਸਹਿਜ ਬਾਅਦ ਤੇਰੀ ਮਾਂ ਨਾਲ ਗੱਲ ਕਰ ਰਿਹਾ ਸੀ। ਮੇਰੀ ਗੱਲ ਤਾਂ ਬੁਰਾ ਨਾ ਮੰਨੀ ਪੁੱਤ। ਬੁਰਾ ਤਾਂ ਲੱਗਿਆ ਪਾਪਾ, ਤੁਸੀਂ ਅਜੇ ਤੱਕ ਮੈਨੂੰ ਆਪਣੀ ਬੇਟੀ ਹੀ ਸਮਝੀ ਜਾਂਦੇ ਹੋ, ਬੇਟਾ ਨਹੀਂ। ਓਹੋ, ਗਲਤੀ ਹੋ ਗਈ ਬੇਟਾ ਜੀ, ਅੱਗੇ ਤੋਂ ਨਹੀਂ ਕਹਿੰਦਾ। ਓਏ, ਤੇਰੇ ਵਰਗੀ ਧੀ ਤਾਂ 7 ਪੁੱਤਾਂ ਦੇ ਬਰਾਬਰ ਹੈ, ਹੈਂ? ਤੁਸੀਂ ਫਿਕਰ ਨਾ ਕਰਿਆ ਕਰੋ, ਮੈਂ ਸਭ ਸੋਚਿਆ ਹੋਇਆ, ਥੋਡੀਆਂ ਜ਼ਮੀਨਾਂ ਸਾਂਭ ਕੇ ਰੱਖੂਗਾ ਤੁਹਾਡਾ ਪੁੱਤ। ਜਦੋਂ ਟਾਈਮ ਆ ਗਿਆ ਨਾ, ਤਾਂ ਤੂੰ ਛੱਡ ਕੇ ਚਲੀ ਜਾਣਾ ਸਾਨੂੰ। ਦੇਖਦੇ ਆ ਉਹ ਟਾਈਮ ਕਦੋਂ ਆਉਂਦਾ, ਫਿਲਹਾਲ ਤਾਂ ਗਰਮਾ ਗਰਮ ਪ੍ਰਸ਼ਾਦੇ ਛਕਾਓ ਮਾਤਾ ਜੀ। ਲੱਗਦਾ ਹੋਸਟਲ ਦੀਆਂ ਮੰਨੀਆਂ ਖਾ ਖਾ ਕੇ ਅੱਕ ਗਿਆ ਮੇਰਾ ਘੋਗੜ। ਦੱਸ ਪੁੱਤ, ਕੀ ਚਾਹੀਦਾ? ਉਹ ਮਿਲੋ। ਬਸ ਸਾਰੀ ਉਮਰ ਤੁਹਾਡਾ ਪਿਆਰ ਚਾਹੀਦਾ, ਤੁਹਾਡੇ ਤੋਂ ਦੂਰੀ ਨਹੀਂ ਚਾਹੀਦੀ ਮੈਨੂੰ। ਤੂੰ ਕਿਤੇ ਵੀ ਹੋਵੇਂ, ਪਰ ਹੈ ਜ਼ਰੂਰ, ਮੈਂ ਪਹੁੰਚ ਹੀ ਜਾਵਾਂਗਾ ਤੇਰੇ ਤੱਕ ਸਫ਼ਰ ਕਰਦਾ ਕਰਦਾ। ਮੈਂ ਧਰਤੀ, ਤੂੰ ਬੱਦਲ, ਬੱਦਲਾਂ ਦਾ ਪਾਣੀ ਧਰਤੀ ਤੇ ਹੀ ਵਰੇਗਾ, ਇਸ ਤੋਂ ਬਿਨਾਂ ਹੋਰ ਕਿਸ ਨੂੰ ਸਿੱਲਾ ਕਰੇਗਾ? ਪਾਤਾਲ ਨੂੰ? ਪਾਤਾਲ 'ਚ ਮੇਰਾ ਇਸ਼ਕ ਹੈ, ਤੇ ਇਸ਼ਕ ਦਾ ਨਿੱਗ ਤੇਰੇ ਤੋਂ ਛੱਡ ਨਹੀਂ ਹੋਣਾ। ਕਮਾਲ ਦੀ ਐਕਟਿੰਗ ਕਰਨ ਲੱਗ ਰਿਹਾ ਯਾਰੇ ਤਾਂ। ਐਕਟਿੰਗ ਨਹੀਂ ਮਿੱਤਰਾ, ਇਹ ਮੇਰੇ ਅੰਦਰ ਦੀ ਮੁਹੱਬਤ ਦੇ ਬੋਲ ਨੇ। ਮੁਹੱਬਤ ਨਹੀਂ ਸਿਰਜਿਆ ਇਹ ਸਭ ਕੁਝ, ਇਹ ਮੁਹੱਬਤ ਨਾ ਹੁੰਦੀ ਤੂੰ ਨਾ ਹੁੰਦਾ, ਇਹ ਨਾ ਹੁੰਦਾ, ਹੁੰਦਾ ਨਾ ਮੈਂ ਤੇ ਹੁੰਦੀ ਨਾ ਉਹ। ਡਾਇਲੌਗ ਚੰਗਾ, ਰਿਪੀਟ ਕਰਿਓ, ਮੈਂ ਲਿਖ ਲੈਣਾ। ਬਸ ਲਿਖ ਲੈ ਕੇ ਵਰਕੇ ਕਾਲੇ ਕਰੀ ਜਾਇਓ। ਉਸ ਰੱਬ ਦੀ ਲਿਖੀ ਨੂੰ ਕਿਵੇਂ ਲਿਖੇਗਾ ਬੀਬਾ? ਕਹਿ ਸਕੇਗਾ ਦੁਨੀਆਂ ਦੇ ਉਸ ਸਭ ਤੋਂ ਵੱਡੇ ਸੂਤਰਧਾਰ ਨੂੰ ਕਿ ਰਿਪੀਟ ਕਰ? ਇੱਕ ਗੱਲ ਸਮਝ ਲੈ ਬੀਬਾ, ਕਿ ਜ਼ਿੰਦਗੀ 'ਚ ਰਿਪੀਟ ਕੁਝ ਨਹੀਂ ਹੁੰਦਾ। ਇਹ ਕੌਣ ਹੈ ਬਈ? ਗ੍ਰੈਂਡ ਸੀਨੀਅਰ ਆਪਣਾ ਲਾਲੀ ਬਾਬਾ। ਐਕਟਰ ਚੰਗਾ ਸੀ, ਪਰ ਰਾਹੂ ਦੀ ਮਹਾਂਦਸ਼ਾ ਨੇ ਦਿਸ਼ਾ ਬਦਲ ਕੇ ਰੱਖਤੀ। ਇੱਕ ਲਾਲੀ ਨਾਂ ਦੀ ਕੁੜੀ ਨੂੰ ਪਿਆਰ ਕਰਦਾ ਸੀ, ਲਾਲੀ ਜਹਾਜ਼ ਚੜ ਕੇ ਅਮਰੀਕਾ ਤੁਰ ਗਈ ਤੇ ਆਪ ਜੀ ਬਾਬੇ ਤੋਂ ਲਾਲੀ ਬਾਬਾ ਬਣ ਗਏ। ਉੱਚੀ ਬੋਲਦੀ ਪਿਆ, ਡਾਇਲੌਗ ਡਿਲੀਵਰੀ 'ਚ ਪ੍ਰੋਜੈਕਸ਼ਨ ਚਾਹੀਦੀ ਹੈ। ਕਲਾਕਾਰ ਦੀ ਆਵਾਜ਼ ਢਿੱਡ 'ਚੋਂ ਨਿਕਲੇ ਇੱਕ ਦੇ ਜ਼ੋਰ ਨਾਲ ਮੂੰਹ ਰਾਹੀਂ ਹੁੰਦੀ ਹੋਈ ਰੁੱਖਾਂ ਦੇ ਪੱਤਿਆਂ ਨੂੰ ਕੰਬੜੀ ਛੇੜਦਾ ਏ। ਕੀ ਬਾਤ ਹੈ ਉਸਤਾਦ ਜੀ। ਜੀ ਹੁਣ ਤਾਂ ਸਾਰੇ ਜੀ ਜੀ ਕਹਿਣ ਵਾਲੇ ਰਹਿ ਗਏ, ਤੂੰ ਕਹਿਣ ਵਾਲੀ ਤਾਂ ਚਲੀ ਗਈ।
ਧਿਆਨ ਦਿਓ ਬੀਬਾ, ਬਾਬੇ ਪਾਤਰ ਦੀ ਇੱਕ ਰਚਨਾ ਹੈ। ਰਚਨਾ ਦਾ ਪ੍ਰੋਫੈਸਰ ਗਿੱਲ ਦੀ ਉਸਤਾਦ ਜੀ ਸੁਣਿਆ ਕਰਦੀ ਪਿਆ। ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ। ਜਦੋਂ ਮਿਲਿਆ ਸੀ ਹਾਣ ਦਾ ਸੀ ਸਾਵਰਾ ਜਿਹਾ, ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ। ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ। ਆਵਾਜ਼ ਚੰਗੀ ਹੈ ਤੇਰੀ ਬੀਬਾ, ਮੁਹੱਬਤ ਦਾ ਬੀਜ ਫੁੱਟ ਰਿਹਾ ਤੇਰੇ ਅੰਦਰ। ਤੁਹਾਡੇ ਬੋਲਾਂ ਨੇ ਇੰਸਪਾਇਰ ਕਰਤਾ ਜੀ, ਬਸ ਰਹਿ ਨੀ ਹੋਇਆ। ਮੁਹੱਬਤ ਦੇ ਰਾਹ ਪੈਣਾ ਤੂੰ ਫਕੀਰਾਂ ਦੇ ਬੋਲ ਯਾਦ ਰੱਖੀ। ਕੀ ਨਾਂ ਹੈ ਤੇਰਾ? ਸਹਿਜ। ਸਹਿਜ ਤੁਰਿਆ ਚੱਲ, ਸਹਿਜੇ ਸਹਿਜੇ ਸਭ ਮਿਲੇਗਾ। ਇਹਦੀ ਗੱਡੀ ਤਾਂ ਇਸਕ ਦੇ ਟੇਸ਼ਨ ਤੇ ਆ ਕੇ ਰੁਕੀ ਲੱਗਦੀ ਹੈ। ਗੁਰਮੀਤ ਕੋਰੇ, ਆ ਮੁੰਡੇ ਕੋ ਢਿੰਡੋਰਾ ਪਿੱਟਦੇ ਇਸ਼ਕ ਮੁਹੱਬਤ ਦਾ, ਕੁੜੀਆਂ ਤਾਂ ਕਦੇ ਨੀ ਵੇਖੀਆ। ਬਾਬਾ ਜੀ ਸਾਨੂੰ ਵੀ ਕੋਈ ਗਿਆਨ ਬਖਸ਼ ਦਿਓ। ਕਲਾਕਾਰ ਬਣਨਾ ਹੈ ਤਾਂ ਮੁਹੱਬਤ ਕਰੋ, ਭੁੱਲ ਜਾਓ ਪ੍ਰੈਕਟੀਕਲ ਥਿਊਰੀਆਂ, ਬਸ ਮੁਹੱਬਤ ਦਾ ਸਬਜੈਕਟ ਪੜ੍ਹੋ। ਉਸਤਾਦ ਤੇਰਾ ਗੁਰਮੰਤਰ ਤਾਂ ਠੀਕ ਹੈ, ਪਰ ਮੁਹੱਬਤ ਤਾਂ ਹੀ ਹੋਊ ਜੇ ਅੱਗੋਂ ਹੰਗਾਰਾ ਮਿਲੂ, ਆ ਰੋਸ਼ਨੀ ਤਾਂ ਹੰਗਾਰਾ ਹੀ ਨੀ ਭਰਦੀ। ਦੀਵਿਆ ਮੁਹੱਬਤ ਕਰਦਾ ਕਿ ਚਿੜੀ ਛਿੱਕਾ ਖੇਲਦਾ, ਜਿਹੜਾ ਸਾਹਮਣੇ ਰਿਸਪਾਂਸ ਭਾਲਦਾ। ਕੱਲਾ ਖੇਡੀ ਜਾ, ਕਰ ਦਸਾਂ ਦੀ ਸੇਵਾ। ਬਾਹਰ ਪਿਆਰਾ ਸਿੰਘ ਖੜਾ ਡੀਕਦਾ, ਬਕੀਲੇ ਖੜਾ ਬਾਹਰ। ਤੇਰਾ ਹਿੱਸਾ ਦਾ ਉਸਤਾਦ ਤੜਕੇ ਜੇ ਚ ਪਾ ਲਈ ਦਾ ਲੈ। ਪੈੜਾਂ ਤੇਰੀਆਂ ਚ ਦੂਰ ਦੂਰ ਤੀਕ ਮੇਰੇ ਪੱਤੇ ਡਿੱਗੇ ਮੇਰੀਆਂ ਬਹਾਰ। ਬਾਲਾ ਪ੍ਰਭਾਵਤ ਨਾ ਹੀ ਬਾਬੇ ਤੋਂ, ਆਪ ਤਾਂ ਲਾਲੀ ਦੇ ਇਸ਼ਕ ਦਾ ਪੱਟਿਆ ਫਿਰਦਾ, ਤੈਨੂੰ ਵੀ ਪੱਟੂ ਕਿਸੇ ਦਿਨ। ਇਹ ਬਾਬਾ ਬੱਕੀ ਤੇ ਆਉਂਦਾ ਕਾ ਨੂੰ? ਰਿਕਸ਼ੇ ਤੇ ਆਉਂਦਾ, ਪਿਆਰਾ ਸੋ ਦਾ ਡਰਾਈਵਰ ਹੈ, ਉਹਦੇ ਲਈ 10 ਰੁਪਏ ਦੀ ਸੇਵਾ ਭਾਲਦਾ। ਤੇਰਾ ਨੰਬਰ ਵੀ ਆਊ ਕਿਸੇ ਦਿਨ, 10 ਰੁਪਏ ਤਿਆਰ ਰੱਖੀ। ਇਹ ਕੀ ਕਰ ਰਹੀ ਹੈ ਰਚਨਾ? ਇਹਨਾਂ ਮੁਖੌਟਿਆਂ ਦੇ ਪਿੱਛੇ ਛਿਪੇ ਹੋਏ ਚਿਹਰਿਆਂ ਨੂੰ ਪੜਨ ਦੀ ਕੋਸ਼ਿਸ਼ ਕਰ ਰਹੀ ਹਾਂ। ਸਾਡੇ ਚਿਹਰੇ ਤੇ ਤਾਂ ਕੋਈ ਮੁਖੌਟਾ ਨਹੀਂ, ਕਦੇ ਇਹਨੂੰ ਪੜਨ ਦੀ ਵੀ ਕੋਸ਼ਿਸ਼ ਕਰਿਆ ਕਰੋ। ਗਿੱਲ ਸਾਹਿਬ, ਤੁਸੀਂ ਨਾਟਕ ਕਰਾਉਂਦੇ ਕਰਾਉਂਦੇ ਖੁਦ ਨਾਟਕ ਦਾ ਇੱਕ ਪਾਤਰ ਬਣ ਕੇ ਰਹਿ ਗਏ ਹੋ। ਰਿਐਲਿਟੀ ਚ ਆਓ, ਯੋਗ ਸਾਧਨਾ ਕਰੋ। ਸਾਧਨਾ? ਫਿਰ ਸਾਧਨਾ? ਤੁਹਾਨੂੰ ਕਿੰਨੇ ਵਾਰੀ ਆਖਿਆ, ਮੇਰਾ ਸਾਧਨਾ ਨਾਲ ਕੋਈ ਚੱਕਰ ਨਹੀਂ। ਮੈਂ ਯੋਗ ਦੀ ਗੱਲ ਕਰ ਰਹੀ ਸੀ। ਯੋਗਿਤਾ? ਉਹ ਤਾਂ ਸਿਰਫ ਮੇਰੀ ਦੋਸਤ ਸੀ। ਕਰਗੀ ਸਭ ਸੱਚੀ ਕਿਆ ਕਰਦੇ ਸੀ ਕਿ ਮੁਹੱਬਤ ਵਿੱਚ ਹਿਸਾਬ ਕਿਤਾਬ ਕਰਦਾ ਬੰਦਾ ਮਹਿਬੂਬ ਦਾ ਕਲਰਕ ਜਿਹਾ ਹੀ ਬਣ ਜਾਂਦਾ। ਮੈਂ ਤਾਂ ਕਦੀ ਗਾਰਗੀ ਸਾਹਿਬ ਦੀ ਕੋਟੇਸ਼ਨ ਨਹੀਂ ਪੜ੍ਹੀ। ਦਰਸਲ ਕੁਝ ਗੱਲਾਂ ਗਾਰਗੀ ਸਾਹਿਬ ਸਿਰਫ ਮੇਰੇ ਨਾਲ ਹੀ ਕਰਿਆ ਕਰਦੇ ਸੀ। ਗੁੱਡ ਮਾਰਨਿੰਗ ਮੈਮ। ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ। ਆਓ ਬਈ, ਕਿਵੇਂ ਆਏ ਹੋ? ਇਹਨਾਂ ਨੂੰ ਮੈਂ ਬੁਲਾਇਆ, ਪਤਾ ਨਹੀਂ ਕਿਉਂ ਗਿੱਲ ਸਾਹਿਬ ਮੇਰੇ ਵਿਦਿਆਰਥੀ ਮੇਰੇ ਦੋਸਤ ਬਣ ਹੀ ਜਾਂਦੇ ਨੇ ਤੁਹਾਡੀ ਯੋਗਿਤਾ ਤੇ ਸਾਧਨਾ ਵਾਂ। ਅੰਡਰਸਟੈਂਡ ਸਰ, ਸਾਡੇ ਸੀਨੀਅਰ ਦੱਸਦੇ ਆ ਕਿ ਤੁਸੀਂ ਯੋਗਿਤਾ ਬਾਲੀ ਤੇ ਸਾਧਨਾ ਦੇ ਬੜੇ ਫੈਨ ਸੀ। ਝੂਠ, ਫੈਨ ਤਾਂ ਮੈਂ ਗਾਰਗੀ ਸਾਹਿਬ ਦਾ ਵੀ ਆ, ਉਹਨਾਂ ਦਾ ਤਾਂ ਕਦੇ ਕਿਸੇ ਨੇ ਨਹੀਂ ਜ਼ਿਕਰ ਕੀਤਾ। ਗਾਰਗੀ ਸਾਹਿਬ ਸੱਚੀ ਕਿਆ ਕਰਦੇ ਸੀ? ਕੀ ਕਿਆ ਕਰਦੇ ਸੀ ਸਰ? ਕਿ ਕਈ ਵਾਰੀ ਝੂਠ ਸੱਚ ਬਣ ਕੇ ਚਿਪਕ ਜਾਂਦਾ ਹੈ। ਅੰਡਰਸਟੈਂਡ? ਕਦੀ ਕਦੀ ਕਮਾਲ ਦੀ ਗੱਲ ਕਰਦੇ ਨੇ ਗਿੱਲ ਸਾਹਿਬ, ਤਾਰੀਫ ਹੀ ਕਰੀ ਜਾਇਓ, ਕਦਰ ਨਾ ਪਾਇਓ ਇਸ ਨਮਾਨੇ ਗਿੱਲ ਦੀ, ਹੱਦ ਹੋ ਗਈ ਯਾਰ। ਕਿਵੇਂ ਬੁਲਾਇਆ ਸੀ ਮੈਮ? ਅਸੀਂ ਡਿਸਾਈਡ ਕੀਤਾ ਹੈ ਕਿ ਇਸ ਵਾਰ ਸਟੂਡੈਂਟਸ ਖੁਦ ਹੀ ਪਲੇ ਲਿਖਣਗੇ ਤੇ ਉਹਨੂੰ ਤਿਆਰ ਕਰਨਗੇ। ਤੁਸੀਂ ਆਪਣੇ ਸੀਨੀਅਰਸ ਨਾਲ ਮਿਲ ਕੇ ਕੰਮ ਸ਼ੁਰੂ ਕਰ ਦਿਓ। ਜੀ ਮੈਮ। ਓ ਯਾਰ ਤੇਜੀ, ਨਾ ਤੇਰਾ ਤੇਜੀ ਆ ਹਿਸਾਬ ਕਿਤਾਬ ਕਰੇ, ਤੂੰ ਇੰਨਾ ਢਿੱਲਾ ਹੀ ਯਾਰ। ਉਹ ਕਰ ਦਿਆਂਗੇ ਮਾਮਾ ਸਾਹਿਬ ਹਿਸਾਬ ਕਿਤਾਬ, ਅਸੀਂ ਕਿਤੇ ਭੱਜੇ ਜਾਂਦੇ ਜੇ ਕੋਈ ਬੇਇੱਜ਼ਤੀ ਨਹੀਂ ਤਾਂ ਦੱਸ। ਓ ਯਾਰ, ਬੇਇੱਜ਼ਤੀ ਵਾਲੀ ਗੱਲ ਨਹੀਂ ਹੈਗੀ, ਮੈਂ ਸੌਦਾ ਪੱਤਾ ਲਿਆਉਣਾ, ਮੇਰੀ ਐਨਕ ਟੁੱਟੀ ਉਹਦੇ ਚ ਮੈਂ ਸ਼ੀਸ਼ਾ ਪਵਾਉਣਾ। ਯਾਰ ਕੁਝ ਕਰੋ, ਤੂੰ ਕੀ ਕਰੀਏ ਮੈਂ। ਓ ਛੱਡ ਯਾਰ ਮਾਮਾ, ਹਰ ਵੇਲੇ ਪੈਸਾ ਪੈਸਾ ਕਰਦਾ ਰਹਿਣਾ ਹੈ। ਹਰ ਵੇਲੇ ਪੈਸਾ ਪੈਸਾ ਕਰਦਾ ਰਹਿਣਾ ਹੈ? ਸੇਖੋ ਸਾਹਿਬ ਕੀ ਹਾਲ ਹੈ, ਘਰੇ ਜਾਏ ਸਭ ਸੁੱਖ ਸਾਂਦ ਹੈ ਨਾ? ਸਭ ਮੌਜਾਂ ਕਰਨ ਲੱਗ ਰਿਹਾ ਮਾਮਾ। ਬਹੁਤ ਵਧੀਆ ਗੱਲ ਹੈ, ਸਾਨੂੰ ਵੀ ਥੋੜਾ ਜਿਹਾ ਸੁਖਾਲਾ ਕਰ ਦਿਓ, ਤੇਰੀ ਮਾਮੀ ਬੜੀ ਔਖੀ ਹੈ। ਉਹ ਕਰਦਾਂਗੇ, ਭੱਜਣ ਲੱਗ ਰਹੇ ਆ ਕਿਤੇ। ਭੱਜੀ ਵੀ ਜਾਣਾ, ਭੱਜਣ ਲੱਗ ਰਹੇ ਵੀ ਕਈ ਜਾਣਾ, ਕੀ ਕਰਾਂ। ਭਲਵਾਨ ਜੀ, ਭਲਵਾਨ ਜੀ, ਤੁਸੀਂ ਥੋੜੀ ਕਿਤੇ ਭੱਜੇ ਜਾਂਦੇ ਹੋ, ਤੁਸੀਂ ਭੱਜ ਹੀ ਨਹੀਂ ਸਕਦੇ। ਤੁਸੀਂ ਬੈਠੋ, ਮੈਂ ਚਾਹ ਭਜਵਾਉਣਾ। ਬੈਠੋ ਬੈਠੋ, ਸਮੋਸਾ ਵੀ ਭਜਵਾਵਾਂ। ਓਏ ਮਿੱਠਿਆ, ਭਲਵਾਨ ਹੋਣਾ ਵਾਸਤੇ ਚਾਹ ਭੇਜ, ਪੱਤੀ ਚ ਦੁੱਧ ਚ ਪੱਤੀ ਪਾ ਕੇ। ਓ ਭਲਵਾਨ, ਤੂੰ ਕੋਈ ਡਾਇਲੋਗ ਡੂਲਗ ਵੀ ਯਾਦ ਕਰ ਲਿਆ ਕਰ, ਸਾਰਾ ਦਿਨ ਬੋਡੀ ਬਣਾਉਂਦਾ ਰਹਿਣਾ ਓਏ।
देख भाई साहब, एक्टर बनने के लिए सबसे जरूरी है मस्कुलर बॉडी। बॉडी शाडी के बिना तो ट्रक भी लंडा सा लागे है। गुड पॉइंट, लिखाई जरा। ओ कैसी गल्ला कर लग रहे हैं संजू, एदा ता लिख लिख के तू कापियां दे ढेर लगा देगा के। दार साहब, कापी इसकी, पेन इसकी, थ्योरी मारी, तन्ने के दर्द उठ रहा है। संजू तू मेरे कने आ भाई। जा पलवान के गैल, जाके एक्टिंग सीख ते लिख। ओ जे मगज कपाई खत्म हो गई वे, सीखो आपा प्ले डिस्कस कर लिए। ओ याद आया, मैं ता मैस दा बेल भरना था, मैं हुणे आया। कोई इन्हां नूं पुछण वाला होवे मैस जरूरी के डिस्कशन, बिल ता पिस्सों भी भरया जा सकदा। टाइम पास करदे सारे, पछताणगे पिस्सों। गुरमीत कौर जी, पछताणा ता आपां नूं पैणा है, मैस बंद होण च 15 मिंट रह गए ने। चंगा होया याद कराता, नहीं तो मर चले सी भुखे। चल नदीप, मेरी दोपहर के खाने ना कोई कमिटमेंट नहीं, तुसी जाओ। एज़ यू विश। लो जी, रह गए अपन दोवें, तू ते मैं। जी नहीं, तीन, मैं तू ते किताब। किताब नू कट देने विचों। एक किताब करके ही तो बैठे हैं अपन, नहीं तो इत्थे होना सी सिर्फ तू। हर गल दा जवाब हुंदा तेरे कोल। सवाल भी बहुत ने मेरे कोल। फिर तो तेनू गुरु धारना पैना, दियो एडमिशन ते बनाओ अपना चेला। हेलो, आज तू डायलॉग बोल रहे है ना बना बना के बिना आंखा चपके, एदा मतलब तू ही समझा दे। ना तेरा सहज, वेखण नु भी सहज, पर सहज है नहीं तू। अपनी इस बेचैनी नु कला दा राह विखाओ सहजपाल जी। ओके नवू, इन्ना फ्रैंक होने दी लोड़ नहीं, नवदीप ना है मेरा। जी गुरु जी। गुड बॉय, हुण पढ़ बैठ के। पढ़ी थी जाना। मैं सोनी सुरख सवेर जही, मैं सौकण नाटक शुरू करा। गुरमीत कौर जी अपनी बोली सही करो, सौकण नहीं हुंदा, शौकण हुंदा, एक बिंदी अर्थां दे अनर्थ कर दिंदी है। रोल चेंज कर दो फिर, रोशनी वाला दे दो। देखला दीदिया, रोशनी दी जगह लैण नूं फिरदी है। चंगा चंगा, पुआनी गाड़ वाले तुसीं अपने सस्से सस्से दे काम करो, सानूं रैसल करन दे। चलो परम तो इत्थे आ, नवदीप तू नाल आ जा। इहदे सहज कित्थे है? हां जी भाजी, सहज तू इत्थे खाणा डायगनल। ठीक है, ठीक है भाजी। ओ तीदा बाबल तो शुरू करदे आ। ओके चलो जी। मैं तीदा बाबल रजोई करा, तीदे दुख विच रोज मरा, तरस करो मेरी लाडो ते, तरस करो इस बाबल ते। मैं करके तरस व्याह लाया सी, इनू दिल दे तख्त बिठाया सी, पर कुखों हुण तक सखणी ए, मैं घर नहीं अपने रखणी ए। हाड़ा मेरे ते जुल्म ना टाओ, दौलत ओनी जिन्नी चाहो, दौलत मेरे कोल बथेरी, वारस नू रू तरसे मेरी। हाड़ा हाड़ा सिर दे साईया, पैर दी जुत्ती बनू मैं तेरी, पति है तू परमेश्वर मेरा। हस क्यों रही है नवदीप? नवदीप इन सीरियस सिचुएशन है। हसा ना तो होर की करा, आ डायलॉग ही बड़े अजीब लगदे मैनू, सिर दे असाइयां, पैर दी जुत्ती, पति परमेश्वर। ठीक तो लिखा मैं, आई हुंदा संजू जी? हुंदा होना कदे, हुण नहीं। मैं कदे इदा सोचे ही नहीं, नाले अज दी औरत कमजोर नहीं रही इन्नी। पर ये तो नाटक ही है। पर जाना तो लोका तक है ना, मैं नहीं कर सकदी। बिल्कुल, नाले नवदीप कदे गलत हो सकती है। आई एग्री। की यार एग्री डिसएग्री, चंगा बड़ा मूड सी, सारा ऑफ करके रखता। आए करो, छुट्टी करो, हुण जाओ, फेर करांगे रिहर्सल। चलिए। की करता यार प्रभदीप, एक तो किसी ब्लाइंड फेथ ना करया कर, बाकी सूरज तेरा उचदा, हवाई यात्रा लिखिए कुड़िए, कनेडा कनूडा जाएंगे, गोडा हाथ है। हेलो कुंडल वाली सरकार, एक बार साडे वाल भी जाती मार। मेन रोल देने वाले तो नवदीप दिंदी सी। वैसे दीप, जिन्ना टाइम तू मेरे ते वेस्ट करदा ना, जो ना टाइम आप दे किसी काम ते कंसंट्रेट करे, तो शायद कुछ बन जाए तेरा। जो मर्जी कही जा, आपा तेरी गल दा गुस्सा ही नहीं करदे। बस आही गल चंगी लगदी मैनू तेरी, तू कोई गल दिल नु नहीं लाउंदा। ना ना, मैं गल दिमाग नु नहीं लाउंदा, दिल नु तां तैनू लाई बैठा रोशनी। वैसे मैं अपनी कुंडली मिला के देखी है, 20 तो उत्ते गुण मिलदे आ, जेड़े बाकी नहीं मिलदे उन्हां दा की बणू? ओ भी मिला लांगे हौली हौली यतन करके। वैसे मैनू फोन करी, फोन ते तैनू सारा कुछ डिटेल समझा दूं, फोन नंबर तैनू पता ही है, 99 88 42 41 55। किन्नी बारी दसेगा? जिन्नी देर अपना नेटवर्क क्लियर नहीं हुंदा। ओ हीरो,
ਕਿੱਧਰ ਚੱਲਿਆ ਬਈ? ਆ ਹੀਰੋ ਹੀਰੋ ਕਹਿੰਦਾ, ਸਿੱਧੀ ਤਰ੍ਹਾਂ ਗੱਲ ਕਰਿਆ ਕਰ ਮੇਰੇ ਨਾਲ। ਜੇ ਨਾ ਕਰਾਂ ਫਿਰ? ਫਿਰ ਮੈਨੂੰ ਭੁੱਲਣਾ ਪੈਣਾ ਕਿ ਤੂੰ ਮੇਰਾ ਸੀਨੀਅਰ ਹੈ। ਚੱਲ ਛੱਡ ਸਹਿਜ, ਕਿਉਂ ਉਲਝਦਾ? ਆਏ ਹਾਏ, ਕਿਉਂ ਉਲਝਦਾ? ਸਾਨੂੰ ਵੀ ਤਾਂ ਪਤਾ ਲੱਗੇ ਨਾਟਕ ਦੇ ਬਹਾਨੇ ਕੀ ਖਿਚੜੀ ਪੱਕ ਰਹੀ ਆ। ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ। ਮੇਰਾ ਖਿਆਲ ਆ ਨਹੀਂ ਹੁੰਦੀ। ਕਾਸ਼ ਤੇਰੀ ਅਕਲ ਵੀ ਤੇਰੀ ਸ਼ਕਲ ਵਰਗੀ ਹੁੰਦੀ। ਚਲੋ, ਸ਼ਕਲ ਨੂੰ ਤਾਂ ਐਪਰੀਸ਼ੀਏਟ ਕੀਤਾ, ਮਤਲਬ ਫੇਰ ਆਪਣਾ ਮਾਮਲਾ ਫਿੱਟ ਸੀ। ਫੇਰ ਮੈਂ ਤੈਨੂੰ ਭਰਾ ਬਣਾਉਣ ਲੱਗਿਆ ਮਿੰਟ ਲਾਉਣਾ ਸੀ। ਹੁਣ ਬੋਲ। ਜੇ ਹੁਣ ਬੋਲਿਆ ਨਾ ਤਾਂ ਚੁੱਪ ਮੈਂ ਕਰਾਉਂ। May I come in? Gill sahab, tusi is department de chairperson ho. Tuhanu meri permission di lod nahi. Main manda ke sara department mere hi hai. Par tuhadi permission ta zaruri hai na. Vekho na, isse permission de chakkar vich ajj tak admission nahi mili tuhade kol. Balraj. Haaye. Bahut saalan baad na liya tu mera. Main ta socha bhul bhula gayi hovengi. Mainu sab kuch yaad hai Balraj. ਪਰ ਵਕਤ ਹੁਣ ਬਹੁਤ ਅੱਗੇ ਨਿਕਲ ਚੁੱਕਿਆ ਹੈ। ਹੁਣ ਤਾਂ ਆਪਾਂ ਦੋਨੋਂ ਵੀ ਬਹੁਤ ਮੈਚਿਓਰ ਹੋ ਗਏ ਆ। ਜਦ ਵਕਤ ਸੀ ਉਦ ਤਾਂ ਤੁਹਾਨੂੰ ਲੜਨ ਤੋਂ ਵਿਹਲ ਹੀ ਨਹੀਂ ਸੀ। ਲੜਾਈ ਤੇ ਮੈਂ? ਓ ਮੈਨੂੰ ਤਾਂ ਲੜਨਾ ਹੀ ਨਹੀਂ ਆਉਂਦਾ। ਆ ਪੁੱਛ ਲੈ ਕਿਸੇ ਤੋਂ ਵੀ। ਕਿਉਂ ਝੂਠ ਬੋਲ ਰਹੇ ਹੋ ਗਿੱਲ ਸਾਹਿਬ? ਗਾਰਗੀ ਸਾਹਿਬ ਸੱਚ ਹੀ ਕਿਹਾ ਕਰਦੇ ਸੀ ਕਿ ਔਰਤ ਉਹ ਕਿਤਾਬ ਹੈ। ਐਕਸਕਿਊਜ਼ ਮੀ, ਗਾਰਗੀ ਸਾਹਿਬ ਔਰਤਾਂ ਬਾਰੇ ਕੀ ਕਹਿੰਦੇ ਸੀ ਇਹ ਦੱਸਣ ਦੀ ਲੋੜ ਨਹੀਂ। ਅੰਡਰਸਟੈਂਡ? ਕਦੀ ਤਾਂ ਨਾਰਮਲ ਹੋ ਕੇ ਗੱਲ ਕਰਿਆ ਕਰੋ। ਕੀ ਮਤਲਬ ਹੈ ਤੁਹਾਡਾ? ਮੈਂ ਅਬਨਾਰਮਲ ਆ? ਡੂ ਯੂ ਥਿੰਕ ਆਈ ਐਮ ਮੈਡ ਰਚਨਾ? ਫਿਰ ਤਾਂ ਮੇਰੇ ਇੱਥੇ ਖਲੋਣ ਦਾ ਕੋਈ ਮਤਲਬ ਹੀ ਨਹੀਂ। ਹੱਦ ਹੁੰਦੀ ਹੈ ਯਾਰ ਕਿਸੇ ਗੱਲ ਦੀ। ਅੰਡਰਸਟੈਂਡ? ਬਲਰਾਜ, ਤੇਰੇ ਏਸੀ ਗੁੱਸੇ ਨੇ ਦੋ ਜ਼ਿੰਦਗੀਆਂ ਬਰਬਾਦ ਕਰਤੀਆਂ, ਇੱਕ ਤੇਰੀ ਤੇ ਇੱਕ ਮੇਰੀ। ਹੋਰ ਨਵਦੀਪ, ਮੇਰੇ ਬਾਰੇ ਕੀ ਅਬਜ਼ਰਵ ਕੀਤਾ ਤੂੰ? ਆਮ ਮੁੰਡਿਆਂ ਨਾਲੋਂ ਵੱਖਰਾ ਹੈ, ਭੀੜ ਦਾ ਹਿੱਸਾ ਨਹੀਂ ਲੱਗਦਾ ਤੂੰ। ਗੁੱਡ ਨੇਚਰਡ, ਸੈਲਫ ਰਿਸਪੈਕਟ ਵੀ ਬਹੁਤ ਹੈ, ਕੋਈ ਈਗੋ ਨਹੀਂ ਤੇਰੇ 'ਚ। ਗੁੱਡ ਫਰੈਂਡ? ਬਸ ਫਰੈਂਡ। ਮਤਲਬ? ਮਤਲਬ ਜੇ ਮੈਂ ਤੈਨੂੰ ਆਪਣੇ 'ਚ ਕੋਈ ਰਿਸ਼ਤਾ ਲੱਭਣ ਨੂੰ ਕਹਾਂ ਤਾਂ ਤੈਨੂੰ ਸਿਰਫ ਦੋਸਤੀ ਦਿਖਾਈ ਦੇਊਗੀ? ਦੋਸਤੀ ਬੜੀ ਵੱਡੀ ਚੀਜ਼ ਹੁੰਦੀ ਹੈ ਸਹਿਜ। ਮੈਂ ਮੰਨਦਾ, ਪਰ ਕਿਸੇ ਦੀ ਦੋਸਤੀ 'ਚ ਕੁਝ ਖਾਸ ਦਿਸੇ? ਕਦੇ ਲੱਗੇ ਕਿ ਦੋਸਤ ਦੋਸਤੋਂ ਵੱਧ ਕੇ ਕੁਝ ਹੋਰ ਵੀ ਹੋ ਸਕਦਾ? ਅੱਛਾ, ਮੈਰਿਜ ਬਾਰੇ ਕੀ ਖਿਆਲ ਤੇਰਾ? ਮੈਰਿਜ? ਨੋ, ਨੈਵਰ। ਮੈਰਿਜ ਆਪਾਂ ਕਦੇ ਕਰਾਉਣੀ ਨਹੀਂ। ਅੱਛਾ ਅੱਛਾ, ਓਕੇ, ਗੁੱਡ ਗੁੱਡ। ਉਹ ਚੱਲ ਛੱਡ ਵਿਆਹ ਸਾਨੂੰ, ਦੋਸਤੇ ਆਪਾਂ ਪੱਕੇ ਆ ਨਾ? ਬਿਲਕੁਲ। ਵੈਸੇ ਦੋਸਤੀ ਵੀ ਤਾਂ ਉਹਨਾਂ 'ਚ ਹੀ ਹੁੰਦੀ ਹੈ ਜਿਨ੍ਹਾਂ 'ਚ ਕੋਈ ਸਾਂਝ ਹੋਵੇ, ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਹੋਣ। ਠੀਕ ਹੈ, ਤਾਂ ਆਪਣੇ 'ਚ ਵੀ ਜ਼ਰੂਰ ਕੁਝ ਕਾਮਨ ਹੋਏਗਾ, ਤਾਂ ਹੀ ਤਾਂ ਆਪਾਂ ਦੋਸਤ ਬਣੇ ਹਾਂ, ਹੈ ਨਾ? ਦੇਖਦੇ ਕਿਉਂ ਸੰਧੂ ਸਾਹਿਬ, ਅੱਖਾਂ ਮੀਚ ਕੇ ਲੈ ਜਾਓ, ਇਹੋ ਜਿਹੀ ਗੱਡੀ ਤੁਹਾਨੂੰ ਪੂਰੀ ਮਾਰਕੀਟ 'ਚ ਨਹੀਂ ਮਿਲਣੀ ਕਿਤੇ। ਲੈ ਤਾਂ ਲਵਾਂਗੇ ਬਾਈ ਜੀ, ਛੱਡੋਗੇ ਕੀ? ਛੱਡੀਏ ਤਾਂ ਜੇ ਕੁਛ ਤੁਹਾਡੇ ਕੋਲੋਂ ਮੰਗਿਆ ਹੋਵੇ। ਸਤਿ ਸ਼੍ਰੀ ਅਕਾਲ ਵੀਰੇ। ਸਹਿਜ ਤੂੰ? ਹਰੇਸ਼, ਐਕਸਕਿਊਜ਼ ਮੀ ਬਾਈ, ਕਿਵੇਂ ਅਚਾਨਕ ਬਿਨਾਂ ਦੱਸੇ? ਉਹ ਮੈਂ ਕਿਹਾ ਮਿਲ ਕੇ ਆਉਂਦੇ ਵੀਰੇ ਨੂੰ। ਹੋਰ ਕੀ ਚੱਲਦਾ ਵੀਰੇ? ਚੱਲਣਾ ਕੀ ਹੈ, ਗੱਡੀਆਂ ਵੇਚੀ ਦੀਆਂ, ਜ਼ਮੀਨਾਂ ਖਰੀਦੀ ਦੀਆਂ, ਅੰਦਰ ਚੱਲਦੇ ਹਾਂ। ਕੀ ਖਾਏਗਾ? ਕੁਝ ਨਹੀਂ ਖਾਣਾ ਵੀਰੇ, ਵਾਪਸ ਜਾਣਾ ਜਲਦੀ, ਪਲੇ ਦੀ ਰਿਹਰਸਲ ਚੱਲਦੀ ਹੈ। ਅੱਛਾ ਅੱਛਾ, ਕੋਈ ਪੈਸੇ ਪੂਸੇ ਤਾਂ ਨਹੀਂ ਚਾਹੀਦੇ? ਉਹ ਨਹੀਂ ਨਹੀਂ ਵੀਰੇ, ਮੈਂ ਤਾਂ ਉਹੀ ਆਇਆ ਸੀ। ਉਹ ਆਉਣ ਵਾਲਾ ਤਾਂ ਤੂੰ ਹੈ ਨਹੀਂ, ਕੋਈ ਨਾ ਕੋਈ ਗੱਲ ਤਾਂ ਹੈ, ਦੱਸ ਦੇ ਫਿਰ ਹੁਣ। ਉਹ ਪਾਪਾ ਨਾਲ ਇੱਕ ਗੱਲ ਕਰੋਗੇ? ਬਈ ਤੂੰ ਦੱਸੇਂਗਾ ਤਾਂ ਜ਼ਰੂਰ ਕਰਾਂਗੇ। ਮੇਰੇ ਨਾਲ ਨਾ ਇੱਕ ਕੁੜੀ ਪੜ੍ਹਦੀ ਆ। ਅੱਛਾ, ਸਮਝ ਗਿਆ। ਕਿੱਥੋਂ ਦੀ ਹੈ? ਬਠਿੰਡੇ ਵੱਲ ਦੀ ਆ ਵੀਰੇ, ਮੰਡੀ ਕਲਾਂ। ਹੈ ਓਏ, ਪਿਓਰ ਮਲਵੈਣ ਜਾ ਲੱਭੀ ਓਏ। ਚੱਲ ਆ, ਕਰ ਲੈਣੇ ਪਾਪਾ ਨਾਲ ਗੱਲ। ਦੇਖਿਓ ਵੀਰੇ, ਜਿੱਥੇ ਆਈ ਨਾ ਪੈ ਜਾਣ। ਮੈਂ ਹੈਗਾ ਨਾ,
ਇਹੋ ਜਿਹੇ ਕੰਮਾਂ 'ਚ ਦੇਰ ਨਹੀਂ ਕਰੀਦੀ, ਆ ਚੱਲੀਏ ਹੁਣੀ। ਓਏ ਡਰੀ ਕੇ ਜਾਣਾ, ਆ ਆ ਚੱਲੀਏ। ਓ ਬੱਲੇ ਬਈ, ਇਹ ਤਾਂ ਕਮਾਲ ਕਰਤੀ ਸਹਿਜ ਨੇ। ਹਾਂ ਬਈ, ਸਾਡਾ ਤਾਂ ਕੰਮ ਹੀ ਆਸਾਨ ਕਰਤਾ। ਹਾਂ ਬਈ, ਤੇਰੀ ਪਸੰਦ ਸਾਡੀ ਪਸੰਦ ਹੈ, ਸਾਨੂੰ ਕੋਈ ਇਤਰਾਜ਼ ਨਹੀਂ। ਕੁੜੀ ਦੇ ਘਰਦਿਆਂ ਦਾ ਤਾਂ ਪਤਾ ਦੇ ਦੇ, ਘਰ ਬਾਰ ਦੇਖਾਂਦੇ ਆ। ਵੈਸੇ ਕਰਦੇ ਕੀ ਨੇ? ਸਧਾਰਨ ਪਰਿਵਾਰ ਹੈ ਪਾਪਾ, ਖੇਤੀ ਕਰਦੇ। ਓ ਚੰਗੀ ਗੱਲ ਹੈ, ਖੇਤੀ ਮਿਲਦੀ ਕਰਮਾ ਸੇਤੀ। ਮੈਂ ਤਾਂ ਚਾਹੁੰਦੀ ਹਾਂ ਜੀ ਬਸ ਵਿਆਹ ਛੇਤੀ ਹੋ ਜਾਏ। ਨਹੀਂ ਜਲਦੀ ਵਾਲੀ ਵੀ ਕੋਈ ਗੱਲ ਨੀ। ਓ ਜੇ ਤੈਨੂੰ ਜਲਦੀ ਨੀ, ਸਾਨੂੰ ਤਾਂ ਹੈ। ਆਹੋ, ਵਿਆਹ ਤੋਂ ਬਾਅਦ ਆਪਣੇ ਭਰਾ ਦਾ ਭਾਰ ਵੰਡਾਓ ਤੇ ਕੰਮ ਧੰਦੇ ਲੱਗੂ ਜਲਦੀ। ਮੈਂ ਤਾਂ ਅਜੇ ਕੁੜੀਆਂ ਲੱਭੀ ਜਾਂਦੀ ਸੀ ਤੇ ਮੇਰਾ ਦਿਲ ਮੇਰੇ ਤੋਂ ਵੀ ਕਾਲਾ ਨਿਕਲਿਆ। ਇਹ ਕੀ ਰੌਲਾ ਪੈ ਰਿਹਾ ਦਾਦਾ ਜੀ? ਕੁਝ ਨਹੀਂ ਕੁਝ ਨਹੀਂ ਬਈ, ਤੇਰੀ ਚਾਚੀ ਲਿਆਉਣ ਲੱਗੇ ਆ। ਅੱਛਾ, ਗੁੱਡ ਗੁੱਡ। ਚਾਚੂ ਚਾਚੀ ਸੋਹਣੀ ਵੀ ਹੈ? ਠੀਕ ਹੈ ਠੀਕ ਹੈ, ਫਿਰ ਰਹਿਣ ਦਿਓ। ਨਹੀਂ ਨਹੀਂ, ਸੋਹਣੀ ਹੈ ਸੋਹਣੀ ਹੈ, ਫਿਰ ਸੋਚ ਲੈਣੇ ਆ। ਸਿੱਧੂ ਸਾਹਿਬ, ਫਿਰ ਖੇਤੀਬਾੜੀ ਆਪ ਹੀ ਕਰਦੇ ਹੋ ਕਿ ਠੇਕੇ ਤੇ ਦਿੱਤੀ ਹੋਈ ਹੈ? ਰਾਮਪੁਰੇ ਵਾਲੀ ਜ਼ਮੀਨ ਤੇ ਠੇਕੇ ਦੇ ਆ ਜੀ, ਬਾਕੀ ਇੱਥੋਂ ਵਾਲੀ ਜ਼ਮੀਨ ਨਾਲ ਤੇ ਆਪ ਹੀ ਮਿੱਟੀ ਨਾ ਮਿੱਟੀ ਹੋਈ ਦਾ। ਹਲੋ ਨਾ। ਨਹੀਂ ਨਹੀਂ ਜੀ, ਬਸ ਅਸੀਂ ਤਾਂ ਕਦੋਂ ਦੇ ਸਹਿਜ ਨੂੰ ਵਿਆਹ ਲਈ ਜ਼ੋਰ ਪਾ ਰਹੇ ਸੀ, ਉਹ ਹਾਂ ਹੀ ਨਹੀਂ ਸੀ ਕਰਦਾ। ਫਿਰ ਗੱਲਾਂ ਗੱਲਾਂ ਵਿੱਚ ਉਹਨੇ ਨਵਦੀਪ ਦਾ ਜ਼ਿਕਰ ਕੀਤਾ। ਕਹਿੰਦਾ ਬੜੀ ਬੀਬੀ ਤੇ ਨੇਕ ਲੜਕੀ ਹੈ। ਬਸ ਜੀ, ਅਸੀਂ ਤਾਂ ਕੋਸ਼ਿਸ਼ ਕੀਤੀ ਹੈ ਬੇਟੀ ਨੂੰ ਚੰਗੇ ਸੰਸਕਾਰ ਦੇਣ ਦੀ। ਫਿਰ ਤੁਸੀਂ ਵੀ ਕਿਸੇ ਦਿਨ ਆ ਕੇ ਸਾਡਾ ਘਰ ਬਾਰ ਤੇ ਕਾਰੋਬਾਰ ਦੇਖ ਜਾਓ, ਫਿਰ ਜਿਵੇਂ ਤੁਹਾਨੂੰ ਠੀਕ ਲੱਗੇ। ਭਾਈ ਸਾਹਿਬ, ਮੇਰੀ ਇੱਕੋ ਇੱਕ ਕੁੜੀ ਹੈ, ਦਰਅਸਲ ਮੈਂ ਉਹਨੂੰ ਮੁੰਡਿਆਂ ਵਾਂਗੂ ਪਾਲਿਆ। ਮੈਂ ਜ਼ਿੰਦਗੀ 'ਚ ਕੋਈ ਵੀ ਫੈਸਲਾ ਉਹਨੂੰ ਪੁੱਛੇ ਤੋਂ ਬਗੈਰ ਨਹੀਂ ਕਰਦਾ। ਮੈਂ ਉਹਦੇ ਨਾਲ ਗੱਲ ਕਰੂੰਗਾ, ਜੇ ਉਹ ਮੰਨ ਗਈ ਤਾਂ ਮੈਂ ਤੁਹਾਡੇ ਘਰ ਆ ਜਾਊਂਗਾ। ਬਿਲਕੁਲ ਜੀ, ਇਹ ਜ਼ਰੂਰੀ ਹੈ, ਬੱਚਿਆਂ ਤੋਂ ਪੁੱਛ ਕੇ ਹੀ ਐਸੇ ਫੈਸਲੇ ਕਰਨੇ ਚਾਹੀਦੇ ਨੇ, ਐਸੇ 'ਚ ਸਾਰਿਆਂ ਦੀ ਭਲਾਈ ਹੈ। ਬਾਕੀ ਭਾਈ ਸਾਹਿਬ, ਸਾਰੀ ਜ਼ਮੀਨ ਜਾਇਦਾਦ ਦੀ ਮਾਲਕ ਉਹੀ ਹੈ। ਸਰਦਾਰ ਸਾਹਿਬ, ਕੁੜੀਆਂ ਦੀ ਸਭ ਤੋਂ ਵੱਡੀ ਮਲਕੀਅਤ ਹੁੰਦੀ ਹੈ ਉਹਨਾਂ ਦੀ ਐਜੂਕੇਸ਼ਨ ਤੇ ਲਿਆਕਤ। ਬਾਕੀ ਅਸੀਂ ਲੈਣ ਕੁਝ ਨਹੀਂ ਆਏ, ਵੱਡੇ ਬੇਟੇ ਦੇ ਵਿਆਹ ਵੇਲੇ ਵੀ ਕੁਝ ਨਹੀਂ ਲਿਆ, ਬਸ ਕੁਣੀ ਬੱਚਾ ਮਿਲ ਜਾਏ ਬਹੁਤ। ਇਸ ਗੱਲੋਂ ਮੇਰੀ ਧੀ ਬਹੁਤ ਅਮੀਰ ਹੈ, ਮੈਂ ਗੱਲ ਕਰਦਾ ਨਾ ਉਹਦੇ ਨਾਲ। ਬਿਲਕੁਲ ਜੀ। ਹੋਰ ਜੀ ਗੁਰਮੀਤ ਕੁਰੇ, ਸੈਟਿੰਗ ਸ਼ੂਟਿੰਗ ਹੋ ਗਈ ਜਾਂ ਨਹੀਂ? ਮੈਂ ਤਾਂ ਦੂਸਰੇ ਦਿਨ ਹੀ ਕਰ ਲਈ ਸੀ ਸ਼ੂਟਿੰਗ। ਅੱਛਾ, ਕਿਹਦੇ ਨਾਲ, ਕੌਣ ਹੈ, ਕਿਹੜੇ ਡਿਪਾਰਟਮੈਂਟ ਦਾ? ਫੋਟ। ਤੂੰ ਕਿਹੜੀ ਸ਼ੂਟਿੰਗ ਦੀ ਗੱਲ ਕਰਦੀ ਹੈ? ਮੈਂ ਤਾਂ ਕਮਰੇ ਦੀ ਸ਼ੂਟਿੰਗ ਦੀ ਗੱਲ ਕਰਦੀ ਸੀ। ਓਹੋ, ਨਵਦੀਪ ਤੂੰ ਵੀ ਦੇ ਦੇ ਕੋਈ ਰਿਪੋਰਟ। ਆਪਣੇ ਕੋਲ ਹੈ ਨੀ ਟਾਈਮ ਇਹਨਾਂ ਗੱਲਾਂ ਲਈ, ਪੜ੍ਹਾਈ ਕਰ ਲਈਏ, ਇੰਨਾ ਹੀ ਬਹੁਤ ਹੈ। ਕਹਿੰਦੀ ਟਾਈਮ ਹੈ ਨੀ, ਨਾਲ ਦੀ ਨਾਲ ਫੋਨ ਵੱਜ ਗਿਆ ਨਾ। ਹੈਲੋ। ਓਏ ਕੁਕੜਾ, ਸਾਨੂੰ ਯਾਦ ਕਰਦਾ ਵੀ ਹੈ ਕਿ ਨਹੀਂ? ਮੈਂ ਜਿਨ੍ਹਾਂ ਦੀ ਬਦੌਲਤ ਇਸ ਜਹਾਨ ਦੀਆਂ ਰੌਣਕਾਂ ਮਾਣ ਰਹੀ ਹਾਂ, ਉਹਨਾਂ ਨੂੰ ਕਦੇ ਭੁੱਲ ਸਕਦੀ ਹਾਂ? ਆਈ ਮਿਸ ਯੂ ਅ ਲੋਟ। ਵੇਖ ਲਿਆ, ਪੈਂਦੀਆਂ ਨਾ ਪਿੰਗਾਂ। ਪਹਿਲਾ ਚੱਕਰ ਇਸ਼ਕੇ ਦਾ ਜੋ ਸਭ ਨੂੰ ਨੱਚ ਨਚਾਵੇ। ਇੱਕ ਮਿੰਟ ਪਾਪਾ, ਹੋਲਡ ਕਰਨਾ। ਇੱਕ ਮਾਰਿਆ ਨਾ ਪੁੱਠੇ ਅੱਧਾ, ਲੋਟਣੀਆਂ ਖਾਂਦੀ ਸਿੱਧੀ ਰੌਕ ਗਾਰਡਨ ਜਾਏਗੀ। ਸੌਰੀ ਯਾਰ, ਇਹ ਤਾਂ ਪਾਪਾ ਨਾਲ ਗੱਲ ਕਰਦੀ ਪਈ ਸੀ। ਹਾਂਜੀ ਪਾਪਾ। ਪੁੱਤਰ, ਤੇਰੇ ਲਈ ਇੱਕ ਰਿਸ਼ਤਾ ਆਇਆ ਸੀ, ਮੈਂ ਸੋਚਿਆ ਤੇਰੇ ਨਾਲ ਗੱਲ ਹੀ ਕਰ ਲਾਂ। ਮੇਰੇ ਨਾਲ ਕੀ ਗੱਲ ਕਰਨੀ ਸੀ? ਨਾਲੇ ਤੁਹਾਨੂੰ ਪਤਾ ਤਾਂ ਹੈ, ਤੁਹਾਡੇ ਘੋਗੜ ਨੇ ਵਿਆਹ ਕਰਾਉਣਾ ਹੀ ਨਹੀਂ। ਨਹੀਂ ਪੁੱਤਰਾ, ਮੈਨੂੰ ਬੰਦੇ ਚੰਗੇ ਲੱਗੇ, ਘਰ ਬਾਰ ਵੀ ਚੰਗਾ। ਚੰਗੇ ਤੋਂ ਆਪਾਂ ਕੀ ਲੈਣਾ ਜਦ ਵਿਆਹ ਹੀ ਨਹੀਂ ਕਰਾਉਣਾ। ਉਹ ਬੇਟਾ ਕਮਲਨੀ ਗੁੱਟੀ ਦਾ ਹੁੰਦਾ, ਮੁੰਡਾ ਤੇਰੇ ਨਾਲ ਹੀ ਪੜਦਾ। ਮੇਰੇ ਨਾਲ ਪੜਦਾ ਕੌਣ? ਖੰਨੇ ਤੋਂ ਹੈ ਕੋਈ, ਸਹਿਜਪਾਲ। ਸਹਿਜ, ਮੈਂ ਸਮਝ ਗਈ ਪਾਪਾ। ਉਹ ਤੁਸੀਂ ਹਰ ਗੱਲ ਨੂੰ ਇੰਨਾ ਸੀਰੀਅਸ ਨਾ ਲਿਆ ਕਰੋ, ਮੈਂ ਆਪੇ ਗੱਲ ਕਰ ਲੂ ਉਹਦੇ ਨਾਲ। ਡੋਂਟ ਵਰੀ ਪਾਪਾ, ਮੈਂ ਫੇਰ ਫੋਨ ਕਰਦੀ ਹਾਂ। ਚੰਗਾ ਚੰਗਾ, ਆਪਣੀ ਮਾਂ ਨਾਲ ਗੱਲ ਕਰ ਲਾ। ਨਵੂ, ਹੈਲੋ ਨਵੂ, ਹੈਲੋ। ਕੱਟਿਆ ਗਿਆ। ਆਪ ਹੀ ਪਿਓ ਦੀ ਪ੍ਰਧਾਨਗੀਆਂ ਘੁੱਟ ਕੇ ਮਤੇ ਪਕਾ ਲਿਆ ਕਰੋ, ਮੈਂ ਤਾਂ ਰੋਟੀਆਂ ਪਕਾਉਣ ਨੂੰ ਰੱਖੀ ਆ ਬਸ। ਹੈਲੋ ਬਾਈ, ਤੂੰ ਹੀ ਚੱਲਦਾ ਫਿਰਦਾ ਜੋਤਿਸ਼ ਕੇਂਦਰ ਹੀ ਆ। ਵੈਸੇ ਐਮਏ ਤੋਂ ਬਾਅਦ ਕੀ ਸੋਚਿਆ? ਸੋਚਣਾ ਕੀ ਹੈ ਸਾਹਿਬ, ਸਿੱਧਾ ਸਵਾ ਆਸ਼ਕਈ ਦੇ ਆਫਿਸ, ਉਹਦੇ ਗ੍ਰਹਿ ਚੱਲਦੇ ਅੱਜ ਕੱਟ ਲੈ, ਉਹਦਾ ਪਾ ਕਰਕੇ ਆਪਾਂ ਜਗਾੜ ਫਿੱਟ ਕਰ ਲੈਣਾ, ਰਾਜਪਾਲ ਜਾਦਵ ਦੀ ਛੁੱਟੀ ਤੇ ਤੇਰੇ ਵੀਰ ਦਾ ਵੋ ਇੱਕ ਰਾਸ਼ਨ, ਤੇਰਾ ਵਰਤਮਾਨ ਤੁਰਿਆ ਆਉਂਦਾ। ਪਤਾ ਲੱਗ ਗਿਆ ਲੱਗਦਾ। ਹਾਂਜੀ, ਹੁਕਮ। ਹੁਕਮ ਮੰਨਣ ਵਾਲਾ ਲੱਗਦਾ ਤਾਂ ਨਹੀਂ ਤੂੰ। ਮੈਂ ਸਮਝਿਆ ਨਹੀਂ। ਸਮਝਾਉਣੀ ਆਈ ਹਾਂ, ਤੂੰ ਮੈਨੂੰ ਨਹੀਂ ਕਹਿ ਸਕਦਾ ਸੀ? ਪਾਰਾ ਚੜਿਆ ਲੱਗਦਾ, ਗੱਲ ਕੀ ਹੈ? ਹਰ ਗੱਲ ਦਾ ਕੋਈ ਤਰੀਕਾ ਹੁੰਦਾ ਸਹਿਜ, ਤੂੰ ਮੈਨੂੰ ਬਿਨਾਂ ਪੁੱਛੇ ਦੱਸੇ ਸਾਡੇ ਘਰ ਭੇਜਦਾ ਆਪਣੇ ਘਰਦਿਆਂ ਨੂੰ।
ਪੁੱਛਿਆ ਵੀ ਸੀ ਤੇ ਦੱਸਿਆ ਵੀ ਸੀ ਤੇ ਮੈਂ ਜਵਾਬ ਵੀ ਦਿੱਤਾ ਸੀ। ਆਰ ਯੂ ਸੀਰੀਅਸ? ਤੇਰਾ ਕੀ ਮਤਲਬ ਹੈ ਕਿ ਮੈਂ ਤੇਰੇ ਨਾਲ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਤੈਨੂੰ ਦੱਸਾਂ ਕਿ ਮੈਂ ਸੀਰੀਅਸ ਹਾਂ? ਮੈਂ ਵੀ ਮਜ਼ਾਕ ਨਹੀਂ ਕਰ ਰਿਹਾ, ਤੈਨੂੰ ਪਸੰਦ ਕਰਦਾ ਮੈਂ। ਹਾਂ ਮੇਰੇ 'ਚ ਕੋਈ ਕਮੀ ਆ ਤਾਂ ਦੱਸ। ਕੋਈ ਕਮੀ ਨਹੀਂ ਹੈ ਤੇਰੇ 'ਚ ਸਹਿਜ, ਤੇਰੇ 'ਚੋਂ ਹਰ ਕੁਆਲਿਟੀ ਹੈ ਜੋ ਅੱਜ ਦੀ ਕੁੜੀ ਚਾਹੁੰਦੀ ਹੈ। ਫਿਰ ਮੈਂ ਗੱਲ ਪੱਕੀ ਸਮਝਾ? ਇਹ ਉਸ ਕੁੜੀ ਲਈ ਹੈ ਜਿੰਨੇ ਵਿਆਹ ਕਰਾਉਣਾ ਹੋਵੇ। ਵਿਆਹ ਕਰਾਉਣਾ ਹੋਵੇ ਮਤਲਬ ਤੂੰ ਸੱਚੀ ਵਿਆਹ ਨਹੀਂ ਕਰਾਉਣਾ? ਕਦੇ ਵੀ ਨਹੀਂ, ਤੇ ਇਹਦੀ ਵਜ੍ਹਾ ਪੁੱਛਣ ਦੀ ਕੋਸ਼ਿਸ਼ ਵੀ ਨਾ ਕਰੀ। ਵਿਆਹ ਨਾਂ ਦੇ ਸ਼ਬਦ ਦੀ ਮੇਰੀ ਜ਼ਿੰਦਗੀ ਵਿੱਚ ਕੋਈ ਥਾਂ ਨਹੀਂ। ਕਮਲਿਓ ਜੋਸ ਵਿਗਿਆਨ ਦਾ ਮਜ਼ਾਕ ਨਹੀਂ ਉਡਾਈਦਾ। ਹਾਂ ਨਾਲੇ ਗੁਰਮੀਤ ਕੌਰ ਇਹ ਸਭ ਗ੍ਰਹਿ ਚੱਕਰ ਹੀ ਹੈ। ਹੋ ਪਟਿਆਲਾ ਸ਼ਾਹੀ ਸੂਟ ਤੇ ਹਾਏ ਦੇਸੀ ਜੁੱਤੀ ਵਾਲੀ, ਜੀਨ ਪਾਉਂਦੀ ਹੈ ਟਾਈਟ ਟਾਈਟ ਜੀ, ਟੌਪ ਪਾਉਂਦੀ ਹੈ ਗਾਲੀ। ਸਤਿ ਸ੍ਰੀ ਅਕਾਲ ਜੀ। ਜੂਨੀਅਰ ਤਾਂ ਬੁਲਾਉਣੋਂ ਹਟ ਗਏ, ਬਸ਼ਰਮ ਹੋ ਗਏ। ਲਿਆਓ ਨਵਦੀਪ ਕੌਰ ਜੀ, ਤੁਹਾਡਾ ਹੱਥ ਕੱਢੋ, ਵੇਖੀਏ ਕੀ ਕਹਿੰਦੀ ਹੈ ਲੱਕ ਲਾਈਨ। ਮੈਂ ਨਾ ਲਕੀਰਾਂ ਤੇ ਰਾਸ਼ੀਆਂ ਤੇ ਯਕੀਨ ਨਹੀਂ ਕਰਦੀ, ਕਿਸਮਤ ਆਪ ਬਣਾਉਣੀ ਪੈਂਦੀ ਹੈ। ਦੀਪੇ ਪਲੀਜ਼, ਹੁਣ ਤੂੰ ਵੀ ਇਹਨਾਂ ਚੱਕਰਾਂ ਚੋਂ ਨਿਕਲ। ਹਾਏ ਸਾਨੂੰ ਤਾਂ ਤੇਰੇ ਚੱਕਰਾਂ ਨੇ ਕਣ ਚੱਕਰ ਬਣਾ ਰੱਖਿਆ। ਰੋਸ਼ਨੀ ਦੀਦੀ, ਵੈਸੇ ਤੁਸੀਂ ਸੇਤੀ ਸੇਤੀ ਡਿਸੀਜਨ ਲੈ ਲਓ, ਇੱਕ ਪਾਸਾ ਹੋਇਆ ਚੰਗਾ। ਗੁਰਮੀਤ ਕੌਰ ਦਾ ਦੇਸੀ ਟੱਚ ਮੈਨੂੰ ਬੜਾ ਚੰਗਾ ਲੱਗਦਾ। ਸਾਡੇ ਦੇਸੀਆਂ ਦੇ ਕਾਹਦੇ ਟੱਚ ਟੁੱਚ ਹੈ, ਹੱਸ ਖੇਡ ਕੇ 2 ਸਾਲ ਨਿਕਲ ਜਾਣ ਚੰਗਾ। ਸਹੁਰੇ ਘਰ ਜਾ ਕੇ ਕਿਹਨੇ ਹੱਸਣ ਖੇਡਣ ਦੇਣਾ? ਜੇ ਸਹੁਰਿਆਂ ਦੇ ਘਰ ਜਾ ਕੇ ਰੋਣਾ ਹੀ ਹੈ ਤੇ ਨਾ ਜਾਈ ਫਿਰ। ਗੁਰਮੀਤ ਕੌਰ ਜੀ ਕਿਤੇ ਵੀ ਰਵੋ, ਆਪਾਂ ਮਾਰ ਕੇ ਨਹੀਂ ਜਾਣਾ ਚਾਹੀਦਾ। ਬਿਲਕੁਲ, ਅਰਜ਼ ਕੀਤਾ ਗੁਰਮੀਤ ਕੌਰ ਜੀ ਕਿ ਕਿਰਦਾਰ ਕੋ ਬਣਾਈਏ ਮਯਾਰੇ ਜ਼ਿੰਦਗੀ, ਮਾਹੌਲ ਸੇ ਹਯਾਤ ਕਾ ਸੌਦਾ ਨਾ ਕੀਜੀ। ਕਿਆ ਬਾਤ, ਸਰਲ ਅਰਥ ਕਰਕੇ ਸਮਝਾਇਓ ਇਹਦੇ। ਵੈਰੀ ਸਿੰਪਲ, ਲਿਵ ਯੂਰ ਓਨ ਕੈਰੈਕਟਰ ਐਂਡ ਨੈਵਰ ਕੰਪਰੋਮਾਈਜ਼। ਵਾਹ, ਆ ਸਿੰਪਲ ਹੈ, ਹੁਣ ਇਹਦੇ ਸਰਲ ਅਰਥ ਕਰ। ਮੈਂ ਕਰਦਾ ਤਰਨੋਸੀਆਂ ਪਰਨੀਪਾ ਬੀਬਾ ਨੇਤ੍ਰਿਵਾਨੀਆਂ ਲਾਟਰੀਆ ਗੁਰਮੀਤ। ਇਹ ਕੀ ਹੁੰਦਾ? ਇਹਦਾ ਮਤਲਬ ਹੈ ਕਿ ਗੁਰਮੀਤ ਕੌਰ ਬਹੁਤ ਹੀ ਬੀਬਾ ਲੜਕੀ ਹੈ, ਦੇਖੋ ਕਿਹਦੀ ਲਾਟਰੀ ਨਿਕਲਦੀ ਹੈ। ਬਸ ਬਈ ਪਿਆਰਾ ਸਿਆ, ਖਿੱਚ ਲੈ ਬੱਕੀ ਦੀਆਂ ਲਗਾਵਾਂ, ਆ ਗਿਆ ਸਾਡਾ ਕਲਾਕਾਰ ਜੰਕਸ਼ਨ। ਦਿਨ ਤੇ ਰਾਤ ਅੱਜ ਦੀ ਦਾਵਤ ਤੇਰੇ ਵੱਲ ਸਹੀ। ਪਿਆਰਿਆ ਰੋਕੀ ਬੱਕੀ ਨੂੰ ਚਾਰ ਲਾ ਦਾਣਾ ਫੱਕਾ ਮੈਂ ਆਇਆ। ਹੋਰ ਬਾਬੇ ਹੋ, ਕਿਵੇਂ ਹੋ, ਕੀ ਹਾਲ ਹੈ ਬੀਬਾ? ਇੱਕ ਗੱਲ ਦੀ ਸਮਝ ਨੀ ਆਈ ਬਾਈ ਜੀ, ਤੁਹਾਨੂੰ ਜਦੋਂ ਵੀ ਦੇਖਿਆ ਕਾਲੇ ਕੱਪੜੇ ਪਾਏ ਹੁੰਦੇ ਸੀ। ਬਸ ਕੋਈ ਜ਼ਿੰਦਗੀ 'ਚ ਰੰਗਾਂ ਦਾ ਕਾਲ ਹੀ ਪਾ ਗਿਆ, ਅਸੀਂ ਕਾਲਾ ਹੀ ਪਾ ਲਿਆ। ਤੁਹਾਡੇ ਬਾਰੇ ਬਹੁਤ ਸੁਣਦੇ ਰਹੀਦਾ ਬਾਈ ਜੀ, ਸਾਰੇ ਕਹਿੰਦੇ ਤੁਸੀਂ ਬਹੁਤ ਵਧੀਆ ਕਲਾਕਾਰ ਸੀ। ਉਦੋਂ ਕਲਾਕਾਰ ਕਹਾਉਂਦੇ ਸੀ ਪਰ ਸੀ ਨਹੀਂ। ਸੀ ਨਹੀਂ ਮਤਲਬ? ਜਿਹਨੂੰ ਚਾਹੁੰਦੇ ਸੀ ਉਹ ਛੱਡ ਕੇ ਚਲੀ ਗਈ, ਆਪਾਂ ਸਭ ਕੁਝ ਛੱਡਤਾ। ਪਿਆਰ ਪਵੇ ਫਿਰ ਟੁੱਟੇ ਬੀਬਾ, ਕਲਾਕਾਰ ਹੋਰ ਵੀ ਤਰਾਸ਼ਿਆ ਜਾਂਦਾ। ਲਾਲੀ ਦੇ ਇਸ ਲਾਲ ਰੰਗ ਨੇ ਐਸਾ ਦਿੱਤਾ ਪਿਆਰ, ਬੰਦਾ ਬਣਦੇ ਬਣਦੇ ਬਣ ਗਏ ਕਲਾਕਾਰ। ਵਾਹ ਵਾਹ ਬਾਬਾ ਜੀ, ਕਮਾਲ ਕਰਤੀ। ਇਹ ਗੱਲ ਦੱਸੋ, ਜ਼ਿੰਦਗੀ ਬਿਤਾਉਣ ਤੇ ਜ਼ਿੰਦਗੀ ਹੰਡਾਉਣ 'ਚ ਬੜਾ ਫਰਕ ਹੁੰਦਾ। ਇਹ ਲੋਕ ਜ਼ਿੰਦਗੀ ਬਿਤਾਉਣ ਆਉਂਦੇ ਨੇ, ਮੈਂ ਉਹਦਾ ਪਿਆਰ ਹੰਡਾ ਰਿਹਾ। ਬਹੁਤ ਪਿਆਰ ਕਰਦੀ ਸੀ ਉਹਨੂੰ? ਸੀ ਉਹ ਕਮਲਿਆ, ਉਹਦੀ ਮੁਹੱਬਤ ਦਾ ਦਿੱਤਾ ਇਹ ਲਾਲ ਰੰਗ ਤੇ ਮੈਂ ਅੱਜ ਵੀ ਸਾਂਭ ਕੇ ਰੱਖਿਆ ਹੋਇਆ ਹੈ। ਉਹਦੇ ਜਾਣ ਤੋਂ ਬਾਅਦ ਮੈਂ ਬਹੁਤ ਖਾਲੀ ਹੋ ਗਿਆ ਸੀ, ਪਰ ਜ਼ਿੰਦਗੀ ਹੰਡਾਉਣ ਲਈ ਇੰਨਾ ਹੀ ਕਾਫੀ ਹੈ। ਉਹ ਕਿਸੇ ਗੁਮਨਾਮ ਜੇ ਬਾਬੇ ਨੇ ਆਖਿਆ ਨਾ, ਸੱਚੇ ਆਸ਼ਿਕ ਰੁਲਦੇ ਫਿਰਦੇ, ਫੜ ਕੇ ਯਾਰ ਦਾ ਪੱਲਾ, ਚੜੀ ਖੁਮਾਰੀ ਯਾਰ ਦੇ ਨਾਂ ਦੀ, ਲੋਕੀ ਆਖਣ ਚੱਲਾ। ਉਹ ਕੋਈ ਚੱਲਿਆ ਵਾਂਗੂ ਜੀ ਕੇ ਤੇ ਵੇਖੇ, ਕੋਈ ਚਾਹ ਸ਼ਾਹ ਵੀ ਮੰਗਾਏਗਾ ਬੀਬਾ ਕੇ ਬਾਬੇ ਵਾਹ ਵਾਹ ਤੇ ਰੱਖਣੇ। ਉਹ ਬਾਬਿਆਂ ਨੂੰ ਜ਼ਿਆਦਾ ਘਾਟਾ, ਹੁਣੇ ਹਾਜ਼ਰ ਕਰ ਦਿੰਦੇ ਆ। ਉਹ ਮਿੱਠਿਆ ਡਾਕਟਰ ਰਚਨਾ ਦੀ ਕਲਾਸਿਸ ਬੜੀ ਇੰਟਰਸਟਿੰਗ ਹੈਗੀ ਆ ਨਾ? ਹਾਂ ਬਹੁਤ ਇੰਟਰਸਟਿੰਗ। ਕੀ ਗੱਲ,
कला बैठा है तू कला कर जो दिता मैनू एहो जी गल्ला ना करया कर मेरे नाल चल मान ली मैं तेरी गल कि तू व्याह नहीं करवाना पर एक गल दस मैं तेनू पसंद भी हाँ कि नहीं हाँ जा ना च जवाब दे तू पसंद है मैनू चल एक गल तो क्लीयर है आप दोवें एक दूजे पसंद करते हैं अगली पौड़ी भी चढ़ जाएंगे बहुत मुश्किल है पूछ सकता क्यों मुश्किल है मैं तेनों पहला भी कहा सी कि मैं अपने पेरेंट्स नहीं छड़ांगी देख सहज जे मेरा कोई भरा हुंदा तो गल होर होनी सी मैं तो बचपन तो सुनती आ रही हाँ कि धियां तो बेगानियां हुंदियां ने मुंडे ही अपने ने मापे धियां नूं अपना वारिस नहीं समझते ना पर मैं बना गई उन्हां दा वारिस जे तू मेरे नाल व्याह कराना चाहना तो तेनू मेरे घर रहना पड़ेगा नवदीप इदां भी कदी होया मैं जो कहना सी कहता हुण फैसला तेरे हाथ मतलब व्याह तो बाद नवदीप सहज नूं अपने घर ही रखना चाहुंदी है मेरे तां ही पल्ले पई है बड़ी अजीब शर्त रखी नवदीप ने रोशनी थोड़ी कुड़ियां दी भविखवाणी करनी बड़ी औखी है कोई तां शर्तां रखदी है ते कोई इग्नोर ही करी जांदी है तेनू तो ना अपनी ही पई रहिंदी है ओ ते सहज बेचारा टेंशन च हो ओ ए सब राहू दा चक्कर है जे तां होवे हक च फिर तां पौं बारा नहीं तां फिर आई चक्करां च पा के रखदा नाले कहीं मेरे अर्गे घण चक्कर बन के चक्कर ते चक्कर मारदे रहिंदे आ ओ की खेडां जिहा खेडी जांदा दिव्या सानू ही तां पता लगे तू डोके लैणे आ अपना काम कर ओए ओही तां कर रहे आ ओए साडा तां काम ही इही है ना खेडिए ते ना खेडण देइए सारिआं नूं खिडौणे समझदा ना तू पर सारे तेरे अर्गे नहीं हुंदे कुछ लोकां लई रिश्ते बहुत अहम हुंदे ने परम किहड़े रिश्तिआं दी गल करदा है सहज नवदीप नूं पसंद करदा है ते नवदीप चाहुंदी है कि सहज व्याह तों बाद उसदे घर उसदे पेरेंट्स नाल रहे लै इह की समस्या मैं तैयार हां उन्हां रहण लई गल सहज दी चल रही है मैं भी नवदीप नूं पसंद करदा ट्राई चलदी है मेरी प्यार ट्राईआं नाल नहीं मिलदा ओए आ ट्राई शब्द नहीं तैनूं कल्ला कर रख्या है जूनियर नूं दबाउण दी ट्राई करदा है कुड़ियां नूं फसाउण दी ट्राई करदा है बहुती लाट ना फट दी व्या फूक मार के बजा दूं चल कर ट्राई मैनू बजाउण दी देखदा अज तैनूं मैं एक गल सुन लै मेरी ध्यान नाल जे किसे दा दिल जितना है ना तां पहला बंदा बन दी ट्राई कर ओके चल रोशनी सोचता की है भाई मैं तां कहना हुणे कढ दिंदा दीवे दा तेल मैनू तेरी शर्त मंजूर है नवदीप कोई भी फैसला जल्दबाजी च नहीं लेना चाहिए सहज एक बार फिर सोच ले प्यार बिना सोचे कीता सी नवदीप इन्ना आसान नहीं है सब कुछ मैनू पता तेरे घर ते मान जाएंगे मैं मना लांगा उन्हें कोई होर शर्त है तो दस नवदीप हुण तू नवो कह सकदा माफ करना उस्ताद तू हस रहा है मुंडे की जान ते बनी है हुण ये नवदीप हुण तां हां करे अपने घर दे नाल गल किवें करू बाबे गुरदास मान ने फरमाया ना पी जे तू आशिक बनया है ते चल दिला खेड इश्क दी बाजी बीबा जे ओ कुड़ी एडा हौसला करके तैनू अपनी शर्त मना सकदी है ना तू भी कर हौसला मना कर दिया नू मैं
ਕਹਿਣ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ। ਨਵਦੀਪ ਨੂੰ ਕਿੱਦਾਂ ਕਿਹਾ ਸੀ? ਉਦੋਂ ਕਿੱਥੋਂ ਆਈ ਸੀ ਹਿੰਮਤ? ਨਵਦੀਪ ਨੂੰ ਮੈਂ ਪਿਆਰ ਕਰਦਾ। ਨਵਦੀਪ ਨੂੰ ਪਿਆਰ ਕਰਦਾ? ਵਾਹ ਵਾਹ, ਮਾਪਿਆਂ ਨੂੰ ਪਿਆਰ ਨਹੀਂ ਕਰਦਾ? ਬੀਬਾ, ਸੱਚ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਹੈ। ਜਾ ਕੇ ਕਹਿ ਦੇ ਨਿਰਸੰਕੋਚ ਆਪਣੇ ਮਾਪਿਆਂ ਨੂੰ, ਮੰਨਣਗੇ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ। ਦਿਲ ਦੀ ਗੱਲ ਨੂੰ ਮੂੰਹੋਂ ਕੱਢ, ਬਾਕੀ ਕੰਮ ਰੱਬ ਤੇ ਛੱਡ। ਇਹ ਬਾਬਿਆਂ ਨੇ ਆਪ ਆਖਿਆ, ਜੇ ਤੂੰ ਆਸ਼ਿਕ ਬਣਿਆ ਏ ਚੱਲ ਦੇ ਲਾ ਖੇਡ ਇਸ਼ਕ ਦੀ ਬਾਜ਼ੀ। ਪਾਗਲ ਹੋ ਗਿਆ ਤੂੰ? ਕਠਪੁਤਲੀ ਬਣਨਾ ਚਾਹੁੰਦਾ ਹੈ ਤੂੰ ਉਸ ਕੁੜੀ ਦੇ ਹੱਥਾਂ ਦੀ? ਭਟਕ ਗਿਆ ਤੂੰ ਸਹਿਜ, ਜਿਹੜਾ ਘਰ ਜਮਾਈ ਬਣਨ ਨੂੰ ਤਿਆਰ ਹੋ ਗਿਆ। ਪਾਪਾ, ਨਵਦੀਪ ਬਹੁਤ ਹੀ ਸਮਝਦਾਰ ਤੇ ਨੇਕ ਕੁੜੀ ਹੈ। ਉਹ ਫੇਰ ਸ਼ਰਤਾਂ ਕਿਹੋ ਜਿਹੀਆਂ ਰੱਖੀ ਜਾਂਦੀ ਹੈ? ਬਸ ਕੁਛ ਕੁ ਦਿਨਾਂ ਦੀ ਜ਼ਿੱਦ ਹੀ ਹੈ ਉਹਦੀ ਪਾਪਾ, ਫਿਰ ਇੱਥੇ ਹੀ ਰਹਾਂਗੇ ਨਾ ਆ ਕੇ। ਇਹ ਕਿਹੋ ਜਿਹੀ ਜ਼ਿੱਦ ਹੈ ਬਾਈ? ਤੇਰੇ ਕਹਿਣ ਦਾ ਮਤਲਬ ਹੈ ਕਿ ਮੈਂ ਜਾਨ ਲੈ ਕੇ ਇੱਥੋਂ ਜਾਵਾਂ ਤੇ ਤੈਨੂੰ ਉੱਥੇ ਛੱਡ ਕੇ ਖਾਲੀ ਹੱਥ ਵਾਪਸ ਆ ਜਾਵਾਂ? ਬਈ, ਇਹਦੇ ਨਾਲ ਤੋਂ ਚੰਗਾ ਕਿ ਉਹ ਜਾਨ ਲੈ ਕੇ ਆਣ ਤੇ ਤੈਨੂੰ ਇੱਥੋਂ ਲੈ ਜਾਣ। ਇਹੀ ਚਾਹੁੰਦਾ ਨਾ ਤੂੰ? ਸਮਝਣ ਦੀ ਕੋਸ਼ਿਸ਼ ਕਰ ਸਹਿਜ, ਅਸੀਂ ਰਿਸ਼ਤੇਦਾਰਾਂ ਨੂੰ ਕੀ ਮੂੰਹ ਦਿਖਾਵਾਂਗੇ? ਤੁਸੀਂ ਇੱਕ ਵਾਰੀ ਕੁੜੀ ਵੱਲੋਂ ਸੋਚ ਕੇ ਵੇਖੋ ਵੀਰੇ, ਉਹ ਘਰਦਿਆਂ ਦੀ ਕੱਲੀ ਧੀ ਹੈ, ਉਹਨਾਂ ਨੂੰ ਨਹੀਂ ਛੱਡਣਾ ਚਾਹੁੰਦੀ। ਇਹ ਕੀ ਗੱਲ ਹੋਈ? ਤੁਸੀਂ ਇੱਥੇ ਰਹਿ ਕੇ ਵੀ ਤਾਂ ਉਹਨਾਂ ਦਾ ਖਿਆਲ ਰੱਖ ਸਕਦੇ ਹੋ। ਮੈਨੂੰ ਤੁਹਾਡੇ ਵਿਆਹ ਤੋਂ ਕੋਈ ਇਤਰਾਜ਼ ਨਹੀਂ, ਪਰ ਜੋ ਤੂੰ ਕਹਿ ਰਿਹਾ ਉਹ ਕਦੇ ਨਹੀਂ ਹੋਵੇਗਾ। ਮੈਂ ਜੋ ਕਹਿਣਾ ਸੀ ਕਹਿਤਾ, ਮੇਰੇ ਵੱਲੋਂ ਨਾ ਹੈ, ਤੇ ਨਾ ਦਾ ਮਤਲਬ ਹੈ ਨਾ। ਨਵਦੀਪ ਤੇ ਸਹਿਜ ਦੀ ਸਮੱਸਿਆ ਨੇ ਤਾਂ ਸਾਡੇ ਲਈ ਬਹੁਤ ਵੱਡਾ ਚੈਲੰਜ ਖੜਾ ਕਰ ਦਿੱਤਾ। ਮਾਂ ਬਾਪ ਦਾ ਨਾ ਮੰਨਣਾ ਤਾਂ ਇੱਕ ਪੁਰਾਣੀ ਸਮੱਸਿਆ ਹੈ, ਪਰ ਨਵਦੀਪ ਦੀ ਸੋਚ ਸਾਨੂੰ ਇੱਕ ਵੱਖਰਾ ਰਾਹ ਵਿਖਾਉਂਦੀ ਹੈ। ਮੈਂ ਤਾਂ ਇਸ ਤੇ ਇੱਕ ਪਲੇ ਲਿਖਾਂਗਾ। ਇਹਨਾਂ ਨਾਲ ਕੀ ਹੋ ਰਿਹਾ ਉਹ ਤਾਂ ਤੁਸੀਂ ਲਿਖ ਲਓਗੇ, ਪਰ ਅੱਗੇ ਕੀ ਹੋਣਾ ਹੈ ਉਹਦੇ ਬਾਰੇ ਤਾਂ ਸੋਚੋ। ਕਲਾਈਮੈਕਸ ਦੇ ਬਾਰੇ ਪਤਾ ਤਾਂ ਹੋਣਾ ਚਾਹੀਦਾ ਹੈ ਨਾ? ਗਾਰਗੀ ਸਾਹਿਬ ਕਿਆ ਕਰਦੇ ਸੀ ਕਿ ਜੇ ਕਿਸੇ ਸਮੱਸਿਆ ਦੀ ਗੁੱਥੀ ਨਾ ਸੁਲਝੇ ਤਾਂ ਵਿਚਾਰ ਵਟਾਂਦਰਾ ਕਰੋ, ਡਿਬੇਟ ਕਰੋ। ਅੱਛਾ, ਇੱਕ ਗੱਲ ਦੱਸੋ, ਅਸਲ ਵਿੱਚ ਪ੍ਰੋਬਲਮ ਹੈ ਕਿੱਥੇ? ਨਵਦੀਪ ਦਾ ਸਹਿਜ ਨੂੰ ਆਪਣੇ ਨਾਲ ਰਹਿਣ ਲਈ ਕਹਿਣਾ ਜਾਂ ਕੁਛ ਹੋਰ? ਕਿਉਂ ਨਹੀਂ ਮੰਨਦੇ ਮਾਂ ਬਾਪ? ਜੇ ਇਸ ਗੱਲ ਦਾ ਜਵਾਬ ਮਿਲ ਗਿਆ ਤਾਂ ਕਲਾਈਮੈਕਸ ਵੀ ਹੱਥ ਆ ਜਾਏਗਾ। ਗਿੱਲ ਸਾਹਿਬ, ਇੱਕ ਮੇਲ ਡੋਮੀਨੇਟਡ ਸੋਸਾਇਟੀ ਹੈ, ਕਹਿਣ ਨੂੰ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਮੁੰਡੇ ਕੁੜੀਆਂ ਬਰਾਬਰ ਨੇ, ਪਰ ਇਹ ਸਿਰਫ ਕਹਿਣ ਦੀ ਗੱਲ ਹੈ। ਚਲੋ, ਸ਼ੁਰੂਆਤ ਤਾਂ ਹੋਈ ਕਿਤੋਂ, ਆਪਾਂ ਐਂ ਕਰਦੇ ਹਾਂ ਸਾਰਿਆਂ ਨੂੰ ਪੁੱਛ ਲੈਂਦੇ। ਹਾਂ ਬਾਈ, ਤੁਸੀਂ ਦੱਸੋ, ਕੁੜੀਆਂ ਨੂੰ ਬਰਾਬਰ ਦਾ ਹੱਕ ਹੈ ਜਾਂ ਨਹੀਂ? ਬੋਲੋ ਬਈ, ਬੋਲੋ ਬੋਲੋ, ਸ਼ਾਬਾਸ਼। ਸਰ, ਅਸੀਂ ਤਾਂ ਸਿਰਫ ਕਹਿੰਦੇ ਆ, ਪਰ ਰਿਐਲਿਟੀ ਤਾਂ ਕੁਛ ਹੋਰ ਹੈ ਨਾ। ਅੰਦਰੋਂ ਜੋ ਮੇਲ ਸਾਈਕੀ ਹੈ ਉਹ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਨਹੀਂ ਸਮਝਦੀ। ਇਹ ਸੰਗੀਤਾ ਦੀ ਗੱਲ ਬਿਲਕੁਲ ਸਹੀ ਹੈ ਜੀ। ਮੈਂ ਮੁੰਡਾ ਹੋਣ ਦੇ ਨਾਤੇ ਇਹ ਕਹਿ ਸਕਦਾ ਕਿ ਅਸੀਂ ਕੁੜੀਆਂ ਨੂੰ ਆਪਣੇ ਬਰਾਬਰ ਨਹੀਂ ਸਮਝਦੇ। ਪਰ ਕਿਉਂ ਨਹੀਂ ਸਮਝਦੇ? ਹੁਣ ਜਵਾਬ ਵੀ ਤੂੰ ਹੀ ਦੇ। ਇਹਦਾ ਜਵਾਬ ਤਾਂ ਜੀ ਹੈ ਨਹੀਂ ਮੇਰੇ ਕੋਲੇ। ਆਹ ਦੇਖ ਲਓ ਸਰ, ਮੁੰਡਿਆਂ ਦੀ ਸੋਚ ਮੰਨੀ ਵੀ ਜਾਂਦਾ ਤੇ ਮੁੱਕਰੀ ਵੀ ਜਾਂਦਾ। ਉਹ ਸਰ, ਸਾਡਾ ਸਮਾਜਿਕ ਤਾਣਾ ਬਾਣਾ ਹੀ ਐਸਾ ਵੀ ਕੁੜੀਆਂ ਨੂੰ ਇੱਕ ਭਾਰ ਸਮਝਿਆ ਜਾਂਦਾ, ਇੱਕ ਬੋਝ, ਸਦੀਆਂ ਤੋਂ ਆਈ ਚੱਲਿਆ ਆਉਂਦਾ ਜੀ। ਉਹ ਇਸ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ ਬਰਨਾਲੇ। ਨਹੀਂ ਬਦਲ ਸਕਤੇ ਮੇਰੇ ਭਾਈ, ਨਹੀਂ ਬਦਲ ਸਕਤੇ। ਅਬ ਮੈਂ ਜੋ ਕਹਿਣੇ ਜਾ ਰਿਹਾ ਹੂੰ ਉਸਕਾ ਕੋਈ ਬੁਰਾ ਨਾ ਬਨਾਨਾ। ਸਬਸੇ ਬੜਾ ਫਰਕ ਤੋ ਭਾਈ ਬਣਤਰ ਕਾ ਹੈ, ਫਿਜ਼ੀਕਲੀ ਹਮਾਰੇ ਸੇ ਕਮਜ਼ੋਰ ਸਹਿ ਛੋਰੀਆਂ। ਤੇ ਚ ਸਾਡਾ ਕੀ ਦੋਸ ਹੈ ਪਹਿਲਵਾਨਾ? ਜਿੱਕਣਾ ਲੀਲੀ ਸਤਰੀਆਲ ਨੇ ਬਣਾਇਆ ਓਕਣ ਹੀ ਹੋਣਾ ਨਾ, ਨਾਲੇ ਕਮਜ਼ੋਰ ਕਮਜ਼ੋਰ ਕੋਈ ਨੀ। ਸਰਤ ਲਾ ਕੇ ਭੱਜ ਲਈ ਕਿਸੇ ਦਿਨ ਮੇਰੇ ਨਾਲ। ਉਹ ਪਰ ਸੱਚ ਤਾਂ ਸੱਚ ਆ ਨਾ, ਅਸੀਂ ਜੋ ਕਰ ਸਕਦੇ ਕੁੜੀਆਂ ਨਹੀਂ ਕਰ ਸਕਦੀਆਂ। ਹਾਂ ਜੇ ਐਵੇਂ ਬਰਾਬਰੀ ਦਾ ਝੰਡਾ ਚੁੱਕਣਾ ਤਾਂ ਚੁੱਕੀ ਰੱਖੋ। ਤੇ ਜੀ ਤੂੰ ਆਪਣੀ ਤਾਂ ਕਹਿ ਲਈ, ਹੁਣ ਮੇਰੀ ਵੀ ਇੱਕ ਗੱਲ ਸੁਣ। ਜੋ ਇੱਕ ਔਰਤ ਕਰ ਸਕਦੀ ਉਹ ਤੂੰ ਕਰ ਸਕਦਾ? ਬਿਲਕੁਲ। ਬੱਚੇ ਨੂੰ ਜਨਮ ਦੇ ਸਕਦਾ? ਉਹ ਪੀੜਾਂ ਚੱਲ ਸਕਦਾ ਜੋ ਤੇਰੀ ਮਾਂ ਨੇ ਤੈਨੂੰ ਜਨਮ ਦੇਣ ਲੱਗੇ ਝੱਲੀਆਂ ਹੋਣਗੀਆਂ? ਕੁਝ ਕੁ ਕੰਮਾਂ ਲਈ ਪਰਮਾਤਮਾ ਨੇ ਸਿਰਫ ਸਾਨੂੰ ਨਿਵਾਜਿਆ। ਕੈਸੀਆਂ ਗੱਲਾਂ ਕਰਨ ਲੱਗ ਰਹੀ ਹੈ ਗਗਨ? ਅਰ ਜ਼ਮੀਨ ਅਰ ਖੇਤੀਬਾੜੀ ਨੇ ਸਾਂਭ ਲੇਂਗੇ ਤੂੰ ਕਹਿ? ਟਰੈਕਟਰ ਚਲਾ ਕੇ ਦਿਖਾ, ਕਹੀ ਕਹਿ ਗੱਲ ਕਹਿ ਰਹਿ ਕੇ ਨੱਕੇ ਮੋੜ ਕੇ ਦਿਖਾ, ਤੂੰ ਗੱਲਾਂ ਕਰਨ ਲੱਗ ਰਹੀ ਹੈ। ਤੂੰ ਵੀ ਫਿਰ 50-50 ਬਈਆਂ ਦੀਆਂ ਰੋਟੀਆਂ ਲਾ ਕੇ ਵਿਖਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਦਾ ਝਾੜੂ ਪੋਚਾ ਕਰਕੇ ਵਿਖਾ। ਨਾਨੀ ਚੇਤੇ ਆਜੂ, ਵੈਸ ਜਾ ਕੇ ਵੇਖ, ਉੱਥੇ ਮੁੰਡੇ ਕੁੜੀਆਂ ਬਰਾਬਰ ਨੇ। ਉਹ ਜਾ ਫਿਰ ਤੁਰ ਜਾ ਕੈਨੇਡਾ ਨੂੰ, ਬਣ ਜਾ ਵੈਸਟਰਨ। ਇਹਦੇ ਚ ਹੱਸਣ ਵਾਲੀ ਕੀ ਗੱਲ? ਜੋ ਅੱਜ ਵੈਸਟ ਦੇ ਵਿੱਚ ਹੋ ਰਿਹਾ ਉਹ ਅੱਜ ਅਸੀਂ ਇੱਥੇ ਵੀ ਕਰ ਸਕਦੇ ਹਾਂ। ਨਾਲੇ ਸਾਡੇ ਪੰਜਾਬੀ ਜਿਹੜੇ ਬਾਹਰ ਗਏ ਨੇ
ਉਹਨਾਂ ਨੇ ਵੀ ਤਾਂ ਬਦਲੇ ਆਪਣੇ ਆਪ ਨੂੰ। ਇਹ ਵੀ ਵਹਿਮ ਹੀ ਹੈ ਤੁਹਾਡਾ। ਮੇਰੀ ਕਜ਼ਨ ਆਈ ਸੀ ਕੈਨੇਡਾ ਤੋਂ, ਕਹਿੰਦੀ ਉਲਟਾ ਇੰਡੀਆ 'ਚ ਕੁੜੀਆਂ ਨੂੰ ਜ਼ਿਆਦਾ ਖੁੱਲ੍ਹਾ, ਬਾਹਰਲੇ ਤਾਂ ਬੜਾ ਪ੍ਰੈਸ਼ਰ ਪਾ ਕੇ ਰੱਖਦੇ ਨੇ। ਉਹ ਪਰ ਰੋਸ਼ਨੀ, ਜਿਹੜੀ ਸਮੱਸਿਆ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਤਾਂ ਉੱਥੇ ਹੈ ਹੀ ਨਹੀਂ, ਇੱਥੇ ਹੈ। ਫਰਕ ਸਿਰਫ ਇੰਨਾ ਵੀ ਉਹ ਆਪਣੇ ਆਪ ਨੂੰ ਬਦਲ ਚੁੱਕੇ ਨੇ ਤੇ ਅਸੀਂ ਆਪਣੇ ਆਪ ਨੂੰ ਬਦਲਣਾ। ਸਰ ਮੈਂ ਬੜਾ ਕਨਫਿਊਜ਼ ਹਾਂ ਜੀ, ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਿਹਦੇ ਵਿਚਾਰ ਲਿਖਾਂ ਤੇ ਕਿਹਦੇ ਨਾਂ ਲਿਖਾਂ। ਕਿਉਂ ਮੱਥਾ ਮਾਰੀ ਜਾਂਦੇ ਹੋ ਬੀਬਾ, ਹੁਣ ਅਸਲ ਮੁੱਦੇ ਤੇ ਵੀ ਆ ਜਾਈਏ। ਹੀਰ ਰਾਂਝੇ ਦਾ ਕਿੱਸਾ ਸਾਰੇ ਪਸੰਦ ਕਰਦੇ ਹਨ, ਪਰ ਕੋਈ ਨਹੀਂ ਚਾਹੁੰਦਾ ਵੀ ਹੀਰ ਸਾਡੇ ਘਰ ਜੰਮੇ। ਇਨਕਲਾਬ ਦੀ ਗੱਲ ਕਰਦੇ ਹਾਂ, ਸ਼ਹੀਦ ਭਗਤ ਸਿੰਘ ਦੇ ਸਾਰੇ ਉਪਾਸਕ ਹਾਂ, ਚਾਹੁੰਦੇ ਹਾਂ ਕਿ ਭਗਤ ਸਿੰਘ ਦੁਬਾਰਾ ਜੰਮੇ, ਪਰ ਜੰਮੇ ਗੁਆਂਢੀਆਂ ਦੇ, ਸਾਡੇ ਨਾ ਜੰਮੇ। ਰਾਂਝੇ ਨੇ ਹੀਰ ਲਈ ਤਖ਼ਤ ਹਜ਼ਾਰਾ ਛੱਡਿਆ, ਸੱਸੀ ਥਲਾਂ ਚ ਰੁਲ ਗਈ, ਇੰਦਰ ਬਾਣੀਏ ਨੇ ਬੇਗੋ ਵਾਸਤੇ ਨਹਿਰ ਚ ਛਾਲ ਮਾਰਤੀ, ਫਰਹਾਦ ਸ਼ੀਰੀ ਵਾਸਤੇ ਪਹਾੜ ਕੱਟਦਾ ਰਿਹਾ। ਗੁਰੂਦੇਵ, ਉਹ ਕਿਸੇ ਅਗਿਆਤ ਬਾਬੇ ਨੇ ਆਖਿਆ ਨਾ, ਪਿਆਰ ਗੱਲਾਂ ਨਹੀਂ ਕੁਰਬਾਨੀ ਮੰਗਦਾ, ਜ਼ਹਿਰ ਪਿਆਉਂਦਾ ਸੂਲੀ ਟੰਗਦਾ। ਪਰ ਇੱਥੇ ਪਿਆਰ ਕੀ ਮੰਗ ਰਿਹਾ? ਬਸ ਸਹਿਜ ਨੇ ਨਵਦੀਪ ਦੇ ਘਰ ਰਹਿਣ। ਓ ਬੀਬਾ, ਜੇ ਇੰਨੀ ਗੱਲ ਨਾਲ ਸਾਡੇ ਰਾਂਝੇ ਨੂੰ ਹੀਰ ਮਿਲਦੀ ਹੈ ਤਾਂ ਹੋਰ ਕੀ ਚਾਹੀਦਾ? ਇੰਨੇ ਸਸਤੇ ਚ ਪਿਆਰ ਨਹੀਂ ਕਿਤੇ ਮਿਲ ਸਕਦਾ। ਜੇ ਹਾਲੇ ਵੀ ਸੋਚੀ ਪਏ ਹੋ ਨਾ, ਤਾਂ ਫਿਰ ਬੀਬਾ ਤੁਹਾਡਾ ਪਿਆਰ ਪਿਆਰ ਨਹੀਂ, ਗੱਲਾਂ ਦਾ ਹੀ ਕੜਾ ਹੈ। ਹਾਂ, ਕਿੰਨੀ ਛੋਟੀ ਜੀ ਗੱਲ ਹੈ ਜੇ ਕੋਈ ਸਮਝੇ, ਪਰ ਅਸੀਂ ਸਮਝਣਾ ਹੀ ਨਹੀਂ ਚਾਹੁੰਦੇ। ਇੱਕ ਨਵੀਂ ਲੀਹ ਪਾਓ ਯਾਰ, ਸਮਾਜ ਤਾਂ ਹੱਦਾਂ ਬਣਾਈ ਬੈਠਾ, ਬਾਹਰ ਆਓ ਉਹਦੇ ਚੋਂ। ਆਪਣੇ ਫੈਸਲੇ ਤੇ ਡਟੇ ਰਹੋ ਨਵਦੀਪ, ਮੈਨੂੰ ਪੂਰਾ ਯਕੀਨ ਹੈ ਆਉਣ ਵਾਲਾ ਵਕਤ ਤੁਹਾਨੂੰ ਯਾਦ ਰੱਖੇਗਾ। ਠੀਕ ਹੈ ਬਾਬੇ ਨੇ, ਇਸ ਤਰ੍ਹਾਂ ਦਾ ਹੱਲ ਸਿਰਫ ਥੀਏਟਰ ਦੇ ਸਕਦਾ। ਹੈਰਾਨ ਨਾ ਹੋ, ਤੂੰ ਉਹ ਕੰਮ ਕਰ ਲੱਗਿਆ ਜੋ ਸ਼ਾਇਦ ਮੈਂ ਨਹੀਂ ਸੀ ਕਰ ਸਕਦਾ। ਸੋ ਵਿਸ਼ ਯੂ ਆਲ ਦਾ ਬੈਸਟ। ਕੀ ਗੱਲ ਹੈ, ਅੱਜ ਤੁਹਾਡੇ ਚਿਹਰੇ ਤੇ ਰੌਣਕ ਨਹੀਂ ਨਜ਼ਰ ਆ ਰਹੀ ਜਿਹਨੂੰ ਵੇਖ ਕੇ ਮੇਰਾ ਮਨ ਖਿੜਦਾ। ਐਸੀ ਕੋਈ ਗੱਲ ਨਹੀਂ ਮੰਮਾ। ਉਹ ਰਹਿਣ ਦੇ ਸਹਿਜ ਸਿਆਂ, ਮੈਂ ਸਭ ਜਾਣਦਾ। ਮੈਂ ਭਾਵੇਂ ਪੜ੍ਹਿਆ ਲਿਖਿਆ ਨਹੀਂ ਹਾਂ, ਪਰ ਮੈਂ ਸਾਰੀ ਉਮਰ ਪਹਾੜਿਆਂ 'ਚ ਰਿਹਾ। ਉਹ ਦਾਈਆਂ ਕੋਲੋਂ ਕਦੇ ਪੇਟ ਲੁਕੇ ਨਹੀਂ ਅੱਜ ਤੱਕ, ਹੈਂ, ਮੈਨੂੰ ਸਭ ਪਤਾ। ਜੇ ਤੁਹਾਡੇ ਘਰਦਿਆਂ ਨੇ ਟੋਈ ਨਾ ਦਿੱਤੀ ਤੇ ਮਾਮੇ ਦੀ ਕੁਲੀ ਕਿੱਦਣ ਕੰਮ ਆਊਗੀ, ਹੈਂ? ਕਮਲੇ ਨਾ ਹੋਣ ਤਾਂ ਐਵੇਂ ਮੂੰਹ ਲਟਕਾ ਕੇ ਨਾ ਬੈਠੋ। ਹੱਸੋ ਯਾਰ, ਮੈਂ ਹੁਣੇ ਤੁਹਾਡੇ ਵਾਸਤੇ ਕੁਝ ਖਾਣ ਨੂੰ ਭੇਜਦਾ। ਕਹਿੰਦੇ ਮਾਮਾ ਤੇ ਸਮਝਦੇ ਬਗਾਨਾ। ਸਾਰੀ ਦੁਨੀਆ ਨਾਲ ਆਪਣੇ ਬਸ ਕਰਦੇ ਪਛਾਣ ਕੇ, ਪਰ ਮੈਂ ਹੁਣ ਫੈਸਲਾ ਕਰ ਲਿਆ। ਇੱਕ ਵਾਰੀ ਫੇਰ ਸੋਚ ਲੈ, ਕਿਤੇ ਮੇਰੇ ਕਰਕੇ ਆਪਣੀ ਫੈਮਿਲੀ ਤੋਂ ਦੂਰ ਨਾ ਹੋ ਜੀ। ਮੇਰੀ ਸੋਚ ਮੁਤਾਬਕ ਕੁੜੀਆਂ ਬਰਾਬਰ ਦੀਆਂ ਹੱਕਦਾਰ ਨੇ, ਤੇ ਮੈਂ ਆਪਣੀ ਕਹਿਣੀ ਤੇ ਕਰਨੀ 'ਚ ਫਰਕ ਨਹੀਂ ਰੱਖਣਾ ਚਾਹੁੰਦਾ। ਜੇ ਮਰਦ ਘਰ ਦਾ ਵਾਰਸ ਹੈ ਤਾਂ ਔਰਤ ਵੀ ਸਿਰਜਣਹਾਰ ਹੈ। ਜੇ ਅੱਜ ਪੰਜਾਬ ਦੀ ਇੱਕ ਕੁੜੀ ਨੇ ਇੰਨਾ ਵੱਡਾ ਕਦਮ ਚੁੱਕਿਆ ਤਾਂ ਮੈਂ ਉਸਦਾ ਵਿਸ਼ਵਾਸ ਨਹੀਂ ਤੋੜਾਂਗਾ। ਤੇਰੀਆਂ ਇਹਨਾਂ ਗੱਲਾਂ ਨੇ ਮੈਨੂੰ ਹੋਰ ਵੀ ਹੌਸਲਾ ਦਿੱਤਾ ਹੈ ਸਹਿਜ। ਤੂੰ ਮੈਨੂੰ ਪਸੰਦ ਕਰਦਾ ਇਹ ਤਾਂ ਮੈਨੂੰ ਪਤਾ ਸੀ, ਪਰ ਮੇਰੇ ਲਈ ਐਡਾ ਵੱਡਾ ਸੈਕਰੀਫਾਈਸ ਕਰੇਗਾ ਇਹ ਕਦੇ ਨਹੀਂ ਸੋਚਿਆ ਸੀ। ਮੈਂ ਤੈਨੂੰ ਪਸੰਦ ਕਰਦਾ ਉਹ ਅਲੱਗ ਗੱਲ ਹੈ, ਪਰ ਗੱਲ ਹੁਣ ਸਿਰਫ ਪਸੰਦ ਹੀ ਨਹੀਂ ਰਹੀ, ਹੁਣ ਸਵਾਲ ਸਿਰਫ ਤੇਰਾ ਨਹੀਂ, ਉਹਨਾਂ ਲੱਖਾਂ ਕੁੜੀਆਂ ਦਾ ਜੋ ਆਪਣਾ ਬਰਾਬਰੀ ਦਾ ਹੱਕ ਮੰਗ ਰਹੀਆਂ ਨੇ। ਮੁਸ਼ਕਿਲਾਂ ਬਹੁਤ ਆਉਣਗੀਆਂ। ਨੋ ਪ੍ਰੋਬਲਮ, ਮੈਂ ਸਾਰਾ ਕੁਝ ਹੱਸ ਕੇ ਜਰਾਂਗਾ। ਜੇ ਤੇਰੇ ਘਰ ਦੇ ਨਾ ਮੰਨੇ ਫਿਰ ਕੀ ਕਰਾਂਗੇ? ਫਿਰ ਕੋਰਟ ਮੈਰਿਜ। ਹੋਰ ਕੋਈ ਰਾਹ ਨਹੀਂ, ਤੂੰ ਵੀ ਆਪਣੇ ਘਰਦਿਆਂ ਨੂੰ ਪੁੱਛ ਕੇ ਦੇਖ ਲੈ ਉਹ ਕੀ ਕਹਿੰਦੇ। ਮੈਂ ਇਸ ਦੀ ਇਜਾਜ਼ਤ ਨਹੀਂ ਦੇ ਸਕਦਾ, ਮੈਨੂੰ ਤੇਰੇ ਵਿਆਹ ਤੋਂ ਕੋਈ ਇਤਰਾਜ਼ ਨਹੀਂ, ਪਰ ਕੋਰਟ ਮੈਰਿਜ ਨਹੀਂ। ਜੇ ਮੈਂ ਮੁੰਡਾ ਹੁੰਦੀ? ਮੁੰਡਿਆਂ ਦੀ ਗੱਲ ਅਲੱਗ ਹੈ। ਮਤਲਬ ਤੁਸੀਂ ਵੀ ਮੁੰਡੇ ਕੁੜੀ 'ਚ ਫਰਕ ਸਮਝਦੇ ਹੋ? ਅਸੀਂ ਕਦੇ ਫਰਕ ਰੱਖਿਆ? ਮੁੰਡਿਆਂ ਵਾਂਗੂ ਪਾਲਿਆ ਤੈਨੂੰ, ਤਾਂ ਫਿਰ ਇਸ ਵਿਆਹ ਤੋਂ ਇਤਰਾਜ਼ ਕਿਉਂ? ਕੱਲ ਨੂੰ ਸਮਝੀਦਾ ਹੁੰਦਾ ਬੇਟਾ। ਤੇਰੇ ਪਾਪਾ ਠੀਕ ਕਹਿ ਰਹੇ ਨੇ ਨਵੂ, ਵੱਡਿਆਂ ਦੀ ਗੱਲ ਮੰਨੀ ਦੀ ਹੁੰਦੀ ਹੈ। ਜੇ ਮੈਂ ਤੁਹਾਡੀ ਕੱਲੀ ਧੀ ਨਾ ਹੁੰਦੀ ਤੇ ਮੰਨ ਵੀ ਲੈਂਦੀ। ਸਹਿਜ ਨੂੰ ਖੁਦ ਕੋਈ ਇਤਰਾਜ਼ ਨਹੀਂ ਹੈ, ਜਿਹੜਾ ਹੌਸਲਾ ਉਹਨੇ ਮੈਨੂੰ ਦਿੱਤਾ ਉਹ ਹੁਣ ਮੈਨੂੰ ਪੈਰ ਪਿੱਛੇ ਚੁੱਕਣ ਨਹੀਂ ਦੇਵੇਗਾ। ਸਵਾਲ ਸਿਰਫ ਮੇਰਾ ਨਹੀਂ ਹੈ,
मैं हर उस पंजाबी कुड़ी दी आवाज बनांगी जो बराबरता चाहुंदी है। ओए की है बराबरता ते पंजाब दी आवाज हैं? मैं तेरे प्यार नाल समझाई जाना, तू सिरे चढ़ी जानी। इन्नी निक्की ते छोटी गल नहीं जिन्नी तू सोच के बैठी है। तेरे इस फैसले तो बाद सड़ते की भी तू कदी सोचा तू? तुसी आराम नाल गल करो जी, बच्ची नाल। बच्ची नहीं है, बहुत वड्डी हो गई, अपने प्यो तो ही वड्डी, ताई तो मता दिंदी है मैनू। ओ की कहणगे लोग, सुखदेव सिंह ने जमींदार लाले देके घर जवाई रख लिया, उस मुंडे ने तो इहदे प्यार च आके एवें हमी भरती है। इन्ना हल्का नहीं है मेरा प्यार पापा, तुसी विश्वास करो मेरे ते। मैं तेरी ये गल नहीं मान सकता, इस गल नूं इत्थे खत्म कर दे बस। ठीक है पापा, फिर मैं सारी उम्र व्याह नहीं कराना। असी सारी उम्र तो नहीं बैठे रहना, साढ़े जाने बाद की करेंगे? पता नहीं, पर हुण मेरे कोल दो ही रस्ते ने, जां तां सहज नाल व्याह करा के इत्थे रहां, जां फिर सारी उम्र व्याह ना करा। रजिस्ट्रार साहब, आना दोनों वालों मैरिज दे एफिडेविट ने, बाकी सर्टिफिकेट भी नाल अटैच ने। तुहाडा नाम? सहजपाल सिंह, सन ऑफ सरदार अजीत सिंह। ते तुहाडा? नवदीप कौर, डॉटर ऑफ सरदार सुखदेव सिंह सिद्धू। तुहाडे गवाह केड़े ने? गवाह हाजिर ने जी, लो जी। थैंक यू जी, गवाह तो सारे इन्हां नालों भी खाले ने जी। लै परम, एक कुड़ी वाले वालों है जी। लो सर। थैंक यू, आ लो जी। मुबारकां जी, अज तो बाद तुसी कानूनी तौर ते पति पत्नी हो। लो जी, ते हुण साडे सारिया वल्लों तुहाडे लई प्यारा जिहा तोहफा। पहलवाना आया भाई, आया। आ भाई, कौन कुड़ी दा मामा? ते पा चूड़ा ले भाई। वकील साहब, हां जी, इस मौके ते अर्ज कीता जी इरशाद के मुंडे कुड़ियां एक बराबर, फर्क नहीं है कोई, गुरुआं पीरां शब्दां अंदर एहो गल परोई, तेरे इस कदम ने करने सुनने राह आबाद। रचना, इन्ना मुंडे कुड़िया ने तो बड़ी छेती क्लाइमेक्स लिख लिया, असी तो हाले भी इंटरवल ची तुरे फिरते हैं। की कह रहे हो गिल साहब, सर सोच के गल करया करो। ओए सोचा सोच दे नहीं तो इन्ना चिर कढ लिया, हुण तां रिटायरमेंट च भी 15 साल रह गए। गल सुन मेरी, अज मैनू तेरा 15 मिनटां विच जवाब चाहिदा है, हां या ना? ते जे मैं 15 मिनटां जवाब ना देवां, फेर? फेर? फेर की है, सोच के दस दी। I can wait, take your own time। वैसे भी गार्गी साहब कहंदे हुंदे सी के कुड़ियां चिड़ियां दे केस दे विच बहुत ही काली नहीं चंगी हुंदी। I can wait। सिद्धी तरह नहीं कहंदा के मैं तेनू प्यार करदा, तेरे नाल व्याह करवाना चाहना, ऐदा तां मैं भी नहीं मनन वाली। गिल्ला, गुड मॉर्निंग मैम। गिल साहब बड़ा गुस्से च गए लगदे जी। बस उन्हां दा सुभाअ इहो जिहा ही है। विचारे मंगलीक ने जी गिल साहब, उन्हें सातवें घर दे उत्ते पापी ग्रह दा वास है। सच्ची दिव्या, कोई ओ पात दस। किन्ना स्वीट हो गए तुसी। दरअसल गिल साहब नूं अपने बुद्ध दा पा करना चाहिए, हरेक बुधवार नूं 1.25 किलो मूंगी दान करया करन। हरी, सब कुछ ठीक हो जू। बाकी मैं टेवा लाया भी उन्हां दा 1 महीने दे अंदर अंदर व्याह दा शुभ लगन बनदा। एक गल दसा मैम, जेड़ी कुड़ी ने भी ना गिल साहब नाल व्याह कराया, बहुत लकी साबित होणगे गिल साहब ओहदे लई। ऐशा करूगी कुड़ी, देखो कौन ओ भगाली। एक महीने च तां मेरी शॉपिंग भी नहीं होएगी। मामला फिट है सर, समझो बन गई गल। बस हुण प्रैक्टिकल चो मेरे नंबर ठोके ला दो। ओए नंबरां दी फिक्र ना करो, वधू ला देंगे। ओए तू बंदा है के नलका? 4 फुट धरती ते बाहर, बाकी सारा विच ही है। ओ तू पहला कित्थे सी? ओए साहब ग्रह चाला गिल साहब, जड़ी गल जदों बननी ओदी बनदी है, बस मेरा ख्याल रखियो। हां आपां दोवें ही इक दूजे दा ख्याल रखांगे, बस जा हुण। सर तुसी यार नीला रंग के पाउंदे हो, हरा पाया करो, बहुत थोड़े ते भारू है। हे
हेलो चाचू, मैं नीति बोल रही हूं। आई मिस यू चाचू। क्यों दिमाग खानी है नीति, सारा दिन चाचू चाचू चाचू। खुश रह। सुखी रह। पापा कितने वीर रुको, जिथे रहो खुश रहो। पापा ने तो मैनू ओपरा बनाता, तुसी तो ना बनाओ। पापा नू समझायो वीरे, तुसी भी समझने की कोशिश करे। चाचा जी, तुसी किते नहीं जाओगे, इत्थी रहोगे। नीति पुत, कह दी सारे नू, मैं किसे नू छड़ के नहीं जा रहा। मैं ते तेरी चाची बहुत जल्दी वापस आवांगे। ओके। चल नीति। रुको बेटा। रखियो ਤੁਹਾਨੂੰ ਲੰਮੀ ਉਮਰ ਦੇਵੇ। ਬਹੁਤ ਸ਼ਗਨ ਕਰਨੇ ਸੀ ਤੁਹਾਡੇ। ਕੀ ਗੱਲ ਮੰਮਾ, ਤੁਸੀਂ ਖੁਸ਼ ਨਹੀਂ? ਖੁਸ਼ੀ ਦਾ ਸਬੱਬ ਵੀ ਨਹੀਂ ਬਣਿਆ ਬੇਟਾ। ਇਹ ਕਿਹੋ ਜਿਹਾ ਵਿਆਹ ਹੈ, ਨਾ ਸ਼ਗਨ ਮਨਾਏ, ਨਾ ਨਾਨਕੇ ਸੱਦੇ, ਨਾ ਦਾਦਕੇ ਆਏ। ਮੈਂ ਜਾਣਦਾ ਸਾਡੇ ਇਸ ਫੈਸਲੇ ਨੇ ਤੁਹਾਡਾ ਮਨ ਦੁਖਾਇਆ, ਪਰ ਸਾਡੇ ਕੋਲ ਹੋਰ ਕੋਈ ਰਾਹ ਵੀ ਨਹੀਂ ਸੀ। ਕੋਈ ਨਾ ਪੁੱਤਰਾ, ਵਾਹਿਗੁਰੂ ਭਲੀ ਕਰੇਗਾ। ਬੇਟਾ, ਸਹਿਜ ਨੂੰ ਅੰਦਰ ਲੈ ਜਾ, ਤੇਰੇ ਪਾਪਾ ਆਉਂਦੇ ਹੀ ਹੋਣਗੇ। ਗੱਲ ਸੁਣੋ, ਥੋੜੀ ਦੇਰ ਪਹਿਲਾਂ ਨਵੂ ਤੇ ਸਹਿਜ ਆਏ ਨੇ। ਮੈਨੂੰ ਪਤਾ। ਫਿਰ ਬੱਚਿਆਂ ਨੂੰ ਆਸ਼ੀਰਵਾਦ ਦੇਣ ਨਹੀਂ ਆਏ? ਮੇਰੇ ਲਈ ਇਹ ਸਭ ਇੰਨਾ ਆਸਾਨ ਨਹੀਂ। ਸਾਰੇ ਪਿੰਡ ਦੇ ਸਾਹਮਣੇ ਮੇਰੀ ਤੌੜਨੀ ਵੀ ਕੀਤੀ ਹੈ ਮੇਰੀ ਧੀ ਨੇ। ਉਸ ਮੁੰਡੇ ਨਾਲ ਵੀ ਧੱਕਾ ਕੀਤਾ ਨਮੂ ਨੇ। ਆਪਾਂ ਹੁਣ ਇਸ ਨਵੇਂ ਰਿਸ਼ਤੇ ਨੂੰ ਕਬੂਲ ਕਰੀਏ। ਕੱਲ ਨੂੰ ਪਿੰਡ ਵਾਲਿਆਂ ਨੂੰ ਸੱਦ ਕੇ ਚਾਹ ਪਾਣੀ ਪਿਆ ਦਿੰਨੇ ਆ। ਕੀ ਕਹਿੰਦੇ ਆ? ਕੀ ਗੱਲ, ਓਪਰਾ ਲੱਗਦਾ? ਹਾਲੇ ਤਾਂ ਲੱਗਦਾ, ਪਰ ਹੌਲੀ ਹੌਲੀ ਲੱਗਣੋਂ ਹਟ ਜੂਗਾ ਆਪੇ। ਕਦੀ ਸੋਚਿਆ ਇੱਕ ਕੁੜੀ ਨਵੇਂ ਘਰ ਜਾ ਕੇ ਕੀ ਮਹਿਸੂਸ ਕਰਦੀ ਹੋਊ, ਜਿੱਥੇ ਸਭ ਨਵਾਂ ਹੁੰਦਾ?
ਨਵਾਂ ਘਰ, ਨਵੇਂ ਰਿਸ਼ਤੇ, ਨਵੇਂ ਲੋਕ। ਮੈਂ ਮਹਿਸੂਸ ਕਰ ਸਕਦਾ ਮੈਂ ਐਡਜਸਟ ਕਰ ਲੂੰਗਾ ਆਪੇ। ਨਾਲੇ ਕੁਝ ਦਿਨਾਂ ਬਾਅਦ ਆਪਾਂ ਦੂਜੇ ਘਰ ਵੀ ਜਾਣਾ, ਉਹ ਵੀ ਆਪਣਾ ਹੀ ਹੈ। ਇਹ ਵੀ ਕੋਈ ਕਹਿਣ ਦੀ ਲੋੜ ਹੈ ਸਹਿਜ? ਮੈਂ ਸਮਝਦੀ ਹਾਂ, ਆਪਾਂ ਜ਼ਰੂਰ ਜਾਵਾਂਗੇ। ਨਵਦੀਪ, ਤੇਰੇ ਪਾਪਾ ਆਸਾਨੀ ਨਾਲ ਨਹੀਂ ਮੰਨਣਗੇ। ਪਿੰਡ ਦੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ। ਮੈਂ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦੀ ਸਹਿਜ। ਅੱਛਾ, ਕਿਸੇ ਦੀ ਪਰਵਾਹ ਨਹੀਂ ਕਰਦੀ? ਕਰਦੀ ਹਾਂ। ਕਿਹਦੀ? ਤੇਰੀ। ਫਿਰ ਦੂਰ ਕਿਉਂ ਬੈਠੀ ਆ, ਨੇੜੇ ਆ। ਨੋ। ਕਿਉਂ, ਕਰਫਿਊ ਲੱਗਿਆ? ਇੱਕ ਤਾਂ ਸਹੁਰੇ ਕਰਨ ਦਾ ਹੀ ਘਾਟਾ। ਲੈ ਬਈ ਅਮਲੀਆ, ਦੇਲਾ ਮੁੱਛਾਂ ਨੂੰ ਤਾਂ ਬਈ ਆ ਗਿਆ ਸੁਖਦੇਵ ਸਿੰਘ ਦਾ ਘਰ। ਹਾਂ, ਮੈਨੂੰ ਲੱਗਦਾ ਤਾਇਆ ਆਪਾਂ ਗਲਤ ਥਾਂ ਆ ਗਏ। ਓਏ, ਨਾ ਕਨਾਤਾਂ ਨਾ ਝੰਡੀਆਂ, ਬਈ ਵਿਆਹ ਵਾਲੀ ਗੱਲ ਤਾਂ ਕੋਈ ਲੱਗਦੀ ਨੀ ਇੱਥੇ। ਤਾਇਆ, ਆ ਚੱਲੀਏ ਅੰਦਰ, ਇੱਥੇ ਖੜਾ ਵਾਜੇ ਵਾਲਿਆਂ ਨੂੰ ਉਡੀਕਦਾ। ਹਲਾ, ਜੇ ਤੂੰ ਕਹਿੰਦਾ ਫਿਰ ਚੱਲ ਵੜਦੇ ਆ। ਬਹੁਤ ਬਹੁਤ ਵਧਾਈਆਂ ਬਚੰਤ ਕੌਰ, ਜੋੜੀ ਬਣੀ ਰਹੇ। ਜੇ ਵਿਆਹ ਵਰਗਾ ਵਿਆਹ ਹੁੰਦਾ ਤਾਂ ਗੀਤ ਵੀ ਗਾਉਂਦੇ। ਬੜਾ ਸੂਨ ਨਿਕਲਿਆ ਸੰਗਦੇਵ ਸਿੰਘ, ਕੱਲੀ ਕੱਲੀ ਧੀ ਸੀ ਇਹਦੀ, ਮੁਕਤ ਮੁਕਤੀ ਵਿਆਹ ਤੀ। ਕੋਈ ਨਾ ਤਾਈ, ਇਹੋ ਜੇ ਵਿਆਹ ਦੀ ਰੀਸ ਨੀ ਕੋਈ। ਸਾਰਾ ਪਿੰਡ ਆ ਗਿਆ, ਕੁੜੀ ਦੇ ਚਾਚਾ ਚਾਚੀ ਨੀ ਦੀਂਦੇ। ਨਾ ਤੂੰ ਬੜੇਵੇਂ ਲੈਣੇ ਐ। ਓਏ ਸੁਖਦੇਵ ਸਿੰਘ, ਸੁੱਕ ਹੀ ਸਾਰੀ ਜਾਣਾ। ਮੈਂ ਤਾਂ ਮੁੰਡਿਆਂ ਨੂੰ ਕਿਹਾ ਸੀ ਕਿ ਆਥਣ ਜੇ ਲੈਣ ਆ ਜਾਓ, ਮੈਂ ਇੱਥੋਂ ਤੁਰਿਆ ਨੀ ਜਾਣਾ। ਭੈੜਦਾ ਦਾਰੂ, ਉਹ ਗਾਹਾਂ ਕਿਤੇ ਮੁੰਡਾ ਜੰਨ ਲੈ ਕੇ ਝੁਕਿਆ ਯਾਰ। ਉਹ ਗੱਲਾਂ ਹੀ ਕਰੀ ਜਾਏਗਾ ਕਿ ਸ਼ਗਨ ਦੇਣ ਵੀ ਗਾਹਾਂ ਜਾਏਗਾ। ਚੱਲ ਅਮਲੀਆ, ਕਰ ਜੇਬ ਢਿੱਲੀ। ਹੁਣ ਗੱਲਾਂ ਨਾਲ ਹੀ ਸਾਰੀ ਜਾਂਦਾ ਹੈ। ਘਰ ਚ ਖੁਸ਼ੀ ਦਾ ਮਾਹੌਲ ਹੈ ਬਾਈ, ਤੂੰ ਐ ਕਿਵੇਂ ਸੁਣਜਾ ਹੋਇਆ ਬੈਠਾ? ਕੁੜੀ ਨੇ ਬੁੱਲ ਸਿਉਂ ਤੇ ਸੁਖਦੇਵ ਸਿਉਂ ਦੇ ਭਾਈ। ਕੀਕਰ ਕਾਕਾ, ਇਕੱਠਿਆਂ ਪੜ੍ਹਦੇ ਹੀ ਵਿਆਹ ਕਰਾ ਲਿਆ, ਕਰਾਇਆ ਵੀ ਕਾਗਜ਼ੀ ਆ ਕੱਚਾ ਜਿਹਾ। ਉਹ ਤਾਂ ਮੈਂ ਜਵਾਕਾਂ ਦੀ ਫੀਸ ਨੀ ਭਰਦਾ, ਪੜ੍ਹ ਲਿਖ ਕੇ ਕਰਾਉਣਾ ਤਾਂ ਇਹਨਾਂ ਨੇ ਆਹੀ ਕੁਝ ਆ। ਬਾਈ ਜੀ, ਗੱਲਾਂ ਕਰਨ ਨੂੰ ਜੀਭ ਤਾਂ ਤੁਸੀਂ ਗਿੱਠ ਦੀ ਕੱਢ ਰੱਖੀ ਹੈ ਤੇ ਨੋਟ ਪੰਜਾਂ ਦਾ ਹੀ ਕੱਢਿਆ। ਉਹ ਐਣੇ ਆ ਦੇਤਾ, ਉਹੀ ਬਹੁਤ ਆ। ਲੈ ਵੀ ਕਾਕਾ, ਵਧਾਈਆਂ ਹੋਣ, ਪੁੰਜ ਦਾ ਚੰਗਾ ਖੇਡਿਆ ਤੂੰ, ਸਾਰਾ ਕੁਝ ਤੇਰਾ ਹੀ ਆ। ਉਹ ਤੂੰ ਸ਼ਗਨ ਪਾ ਤੇ ਅੱਗੇ ਵਾਧਾ, ਇੱਥੇ ਕੀ ਫੋਟੋ ਖਿੱਚਣ ਵਾਲੇ ਨੂੰ ਉਡੀਕਦੇ? ਵੈਸੇ ਕਾਕਾ ਜੀ ਘਰ ਦੇ ਜਮੀ ਤਿਆਗ ਤੇ ਥੋੜੀ ਬਹੁਤੀ ਹੈਗੀ ਹੈ ਜੀ ਉਹਨਾਂ ਨਾਲ। ਚਾਚਾ ਜੀ, ਤੁਸੀਂ ਸ਼ਗਨ ਪਾਓ ਤੇ ਅੱਗੇ ਵਧੋ, ਤੁਸੀਂ ਕਿਉਂ ਫਿਕਰ ਕਰਦੇ ਹੋ? ਖੁਸ਼ਾਮਦੀਦ, ਖੁਸ਼ਾਮਦੀਦ, ਸਵਾਗਤ ਕਰੋ ਇਸ ਨਵੀਂ ਵਿਆਹੀ ਜੋੜੀ ਦਾ ਜ਼ੋਰਦਾਰ ਤਾੜੀਆਂ ਦੇ ਨਾਲ। ਆਪਣੇ ਅਸੀਂ ਕੱਲੇ ਕੁਝ ਨਹੀਂ ਸੀ ਕਰ ਸਕਦੇ, ਇਹ ਸਾਰਾ ਕੁਝ ਤੁਹਾਡੇ ਵਰਗੇ ਦੋਸਤਾਂ ਦੀ ਬਦੌਲਤੀ ਹੋਇਆ। ਸਾਨੂੰ ਇਹ ਖੁਸ਼ੀਆਂ ਤੁਸੀਂ ਦਿੱਤੀਆਂ ਨੇ। ਇਸ ਰੰਗ ਮੰਚ ਦੀ ਦੁਨੀਆਂ ਨੇ ਸਾਡੀ ਜ਼ਿੰਦਗੀ ਚ ਇੱਕ ਨਵਾਂ ਰੰਗ ਭਰਿਆ। ਥੈਂਕਸ ਦੋਸਤੋ। ਲਾਲੀ, ਅੱਜ ਤਾਂ ਪਿਆਰ ਕਰਨ ਵਾਲਾ ਤਾਂ ਦਿਨ ਲੱਗਦਾ। ਲਾਲੀ, ਤੂੰ ਅਚਾਨਕ, ਤੂੰ ਕਦੋਂ ਆਈ ਅਮਰੀਕਾ ਤੋਂ? ਕੱਲ ਹੀ ਉਤਰੀ ਆ ਤੇ ਸਭ ਤੋਂ ਪਹਿਲਾਂ ਇੱਥੇ ਆਈ ਆ। ਇੱਥੇ ਆਏ ਬਿਨਾਂ ਅਗਲਾ ਸਫ਼ਰ ਸ਼ੁਰੂ ਨਹੀਂ ਕਰ ਸਕਦੇ ਨਾ। ਇਹ ਤਾਂ ਹੈ, ਇਹੀ ਤਾਂ ਖਾਸੀਅਤ ਹੈ ਇਸ ਡਿਪਾਰਟਮੈਂਟ ਦੀ। ਦੁਨੀਆਂ ਚ ਕਿਤੇ ਵੀ ਹੋਵੋ, ਬਸ ਇਹ ਸੁਪਨਿਆਂ ਜਾ ਕੇ ਤੁਹਾਨੂੰ ਟੁੰਬੀ ਜਾਂਦਾ। ਤੂੰ ਠੀਕ ਹੈ ਦੀਵੇ, ਮੈਂ ਇਸ ਮਾਹੌਲ ਨੂੰ ਹਮੇਸ਼ਾ ਮਿਸ ਕਰਦੀ ਆ। ਜੋ ਇੱਥੇ ਮਿਲਦਾ ਨਾ, ਉਹ ਹੋਰ ਕਿਤੇ ਨਹੀਂ ਮਿਲਦਾ। ਬਿਲਕੁਲ ਠੀਕ ਆ ਤੂੰ। ਦੋਸਤੋ, ਇਹ ਲਾਲੀ ਹੈ ਸਾਡੀ ਸੀਨੀਅਰ, ਤੇ ਮਿਲੋ ਸਾਡੇ ਮਿੱਤਰਾਂ ਨੂੰ ਜਿਨ੍ਹਾਂ ਨੇ ਇੱਕ ਦੂਜੇ ਨੂੰ ਪਿਆਰ ਕੀਤਾ, ਸਮਾਜ ਤੇ ਘਰਦਿਆਂ ਦੇ ਵਿਰੋਧ ਦੇ ਬਾਵਜੂਦ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਮਿਸਟਰ ਐਂਡ ਮਿਸਿਸ ਸਹਿਜ, ਹੈਲੋ, ਹਾਈ, ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਜੋ ਸੀਨੀਅਰਸ ਨਹੀਂ ਕਰ ਸਕੇ, ਉਹ ਜੂਨੀਅਰਸ ਨੇ ਕਰ ਦਿਖਾਇਆ। ਬਾਕੀ ਸਾਰੇ ਕਿੱਥੇ ਨੇ? ਹੋਰ ਤਾਂ ਸਾਰੇ ਇੱਥੇ ਨੇ, ਤੂੰ ਕਿਸੇ ਖਾਸ ਬਾਰੇ ਪੁੱਛਣਾ ਤਾਂ ਦੱਸ। ਬਾਵਾ ਕਿੱਥੇ ਆ? ਹੁੰਦਾ ਤਾਂ ਇੱਥੇ ਆ, ਪਰ ਬਾਵੇ ਤੋਂ ਲਾਲੀ ਬਾਬਾ ਬਣ ਗਿਆ। ਤੂੰ ਜੇ ਉਹਨੂੰ ਨਾ ਹੀ ਮਿਲੇ ਤਾਂ ਚੰਗਾ,
क्यों बई मैं उन्हें क्यों ना मिला असि इकट्ठे पढ़ते रहे हां लाली हुण तेरे तो की लुकाउणा तेरे जान तो बाद तो बस सारा कुछ ही छट गया घरदियां नूं पढ़ाई नूं दोस्तां नूं नो प्ले नो एक्टिंग एक कमला नहीं होया बस कसर कोई नहीं मैं उन्हें कित्थे मिल सकती हां मैं क्या है ना जे ना ही मिले तो बेहतर नहीं मेरा उन्हें मिलना बहुत जरूरी है लभ लैने फिर इत्थे ही हो किते तू किते भी होवे पर हैं जरूर मैं पहुंच ही जावांगा तेरे तक सफर करता करता मैं धरती तू बदल ਇਸ ਜੋਗੀਆਂ ਗਲ ਵਿੱਚ ਪਾਲੇ ਮਾਲਾ ਰੰਗ ਲੈ ਗਏ ਸੱਜਣ ਰੰਗਲੇ ਤੇ ਥੱਲੇ ਰਹਿ ਗਿਆ ਕਾਲਾ ਹੁਣ ਇਹਨਾਂ ਕਹਿੰਦੇ ਕਿ ਦਿਲ ਵੀ ਕਾਲਾ ਹੋ ਗਿਆ ਉਹ ਵੀ ਤਾਂ ਸੜ ਕੇ ਸਵਾਹ ਹੋ ਗਿਆ ਸੀ ਪਰ ਮੈਂ ਚਿੰਗਾਰੀ ਜਿਉਂਦੀ ਰੱਖੀ ਹੈ ਜੀ ਲਾਲ ਰੰਗ ਸਲਾਮਤ ਰੱਖਿਆ ਮਿਰਜ਼ਾ ਸਾਹਿਬਾਂ ਚ ਆਹੀ ਚੁੰਨੀ ਸੀ ਨਾ ਤੇਰੇ ਸਿਰ ਤੇ ਤੈਨੂੰ ਮੇਰੇ ਤੇ ਕੋਈ ਗਿਲਾ ਨਹੀਂ ਹੋਣਾ ਚਾਹੀਦਾ ਮੈਂ ਨਹੀਂ ਪੰਜਾਬ ਦੀ ਕੁੜੀ ਸੀ ਜੋ ਆਪਣੇ ਪਿਆਰ ਲਈ ਬੋਲ ਨਹੀਂ ਸਕੀ ਤੇ ਸਮਾਜ ਦੀ ਬਲੀ ਚੜ ਗਈ ਉਹੀ ਹੀਰ ਸੀ ਜੋ ਆਪਣੇ ਬਾਪ ਦੀ ਇੱਜ਼ਤ ਲਈ ਕੁਰਬਾਨ ਹੋ ਗਈ ਮੇਰੇ ਵੱਲੇ ਚ ਨਾ ਦੇਖ ਮੈਂ ਬਰਦਾਸ਼ਤ ਨਹੀਂ ਕਰ ਸਕਾਂ ਇਹਨਾਂ ਅੱਖਾਂ ਨੇ ਇਸ ਦੁਨੀਆਂ ਨੂੰ ਕਿਵੇਂ ਬਰਦਾਸ਼ਤ ਕੀਤਾ ਤੇਰੇ ਜਾਣ ਤੋਂ ਬਾਅਦ ਇਹ ਮੈਂ ਕਿਹਨੂੰ ਦੱਸਾਂ ਕੁਛ ਗਲਤ ਨਾ ਸਮਝੀ ਇਹ ਅੱਖਾਂ ਇਹ ਦਿਲ ਤੇਰਾ ਭਲਾ ਹੀ ਸੋਚਦੇ ਨੇ ਖੈਰ ਮੇਰੀ ਛੱਡ ਤੂੰ ਦੱਸ ਤੂੰ ਖੁਸ਼ ਹੈ ਨਾ ਉਹ ਤਾਂ ਪਤਾ ਨਹੀਂ ਰੱਬ ਨੇ ਖਿਡਾਉਣਾ ਦਿੱਤਾ ਛੋਟਾ ਜਿਹਾ ਬਸ ਉਹਦੀ ਖੁਸ਼ੀ ਲਈ ਸਾਰੀ ਜ਼ਿੰਦਗੀ ਜੀ ਲੂੰਗੇ ਕੀ ਨਾ ਰੱਖਿਆ ਖਿਡੌਣੇ ਦਾ ਕੀ ਗੱਲ ਹੁਣ ਖੜਾ ਹੀ ਦੇਖੀ ਜਾਏਗਾ ਇੰਨੀ ਦੂਰੋਂ ਚੱਲ ਕੇ ਆਈ ਆ ਕੋਈ ਚਾਹ ਕਾਫੀ ਨਹੀਂ ਪਿਲਾਏਗਾ ਚੱਲ ਤੈਨੂੰ ਬੱਕੀ ਤੇ ਸੈਰ ਕਰਾਉਣਾ ਅੱਜ ਮੈਂ ਬੱਕੀ ਰੱਖ ਲਈ ਤੂੰ ਉਹ ਪਿਆਰਾ ਸਿੰਘ ਡਰਾਈਵਰ ਹੈ ਓ ਮਾਈ ਗੋਡ ਉਹ ਪਿਆਰਾ ਸਿੰਘ ਜਿਹਦੇ ਰਿਕਸ਼ੇ ਤੇ ਆਪਾਂ ਸਤਾਰਾ ਚ ਘੁੰਮਣ ਜਾਂਦੇ ਸੀ ਕਿੰਨੀਆਂ ਯਾਦਾਂ ਜੁੜੀਆਂ ਨੇ ਉਹਦੇ ਨਾਲ ਉਹਨਾਂ ਯਾਦਾਂ ਦਾ ਝੂਟਾ ਲੈਣਾ ਤੇ ਚੱਲ ਮੇਰੇ ਨਾਲ ਪਰ ਸ਼ਰਤ ਇੱਕ ਕੀ ਪੈਸੇ ਤੈਨੂੰ ਦੇਣੇ ਪੈਣੇ ਨਾ ਘੱਟ ਨਾ ਵੱਧ ਰੁਪਈਏ ਲੱਗਣਗੇ ਦਸ ਲੈ ਦਸ ਬਸ ਹੋਰ ਕੋਈ ਹੈਲਪ ਕਰਾਵਾਂ ਮਾਮਾ ਮੈਂ ਆਪੇ ਕਰ ਲੈਂਦੀ ਹਾਂ ਤੂੰ ਜਾ ਕੇ ਆਰਾਮ ਕਰ ਮੈਂ ਨਾਲ ਚੱਲਦਾ ਪਾਪਾ ਖੇਤਾਂ ਨੂੰ ਬੇਟਾ ਤੂੰ ਉੱਥੇ ਜਾ ਕੇ ਕੀ ਕਰੇਗਾ ਮੇਰਾ ਕੰਮ ਆ ਮੈਂ ਆਪੇ ਕਰ ਲਵਾਂ ਤੂੰ ਜਾ ਆਰਾਮ ਕਰ ਜਾ ਹੁਣ ਕੁਛ ਬੋਲੇਗਾ ਵੀ ਜਾਂ ਐਂ ਖੜਾ ਰਹੇਗਾ ਕੀ ਗੱਲ ਕਰਨ ਆਇਆ ਤੁਸੀਂ ਗੱਲਾਂ ਤਾਂ ਸਾਰਾ ਪਿੰਡ ਕਰਦਾ ਬਾਈ
ਟਿੱਚਰਾਂ ਕਰਦਾ ਹਰ ਕੋਈ ਸਾਨੂੰ। ਤੁਹਾਡੀ ਧੀ ਨੇ ਮੇਰੇ ਧੀ ਪੁੱਤਾਂ ਦੇ ਸਾਕਾਂ 'ਚ ਰੋੜਾ ਬੰਨਣਾ। ਖਾਨਦਾਨ ਦੀ ਇੱਜ਼ਤ ਬਾਰੇ ਤਾਂ ਜਮਾਂ ਨਹੀਂ ਸੋਚਿਆ ਤੇਰੀ ਧੀ ਨੇ। ਮਿੰਦਰਾ, ਨਵੂ ਤੇਰੀ ਵੀ ਤਾਂ ਧੀ ਹੈ। ਜੇ ਸਾਡੀ ਹੁੰਦੀ ਤਾਂ ਗਲਾ ਘੋਟ ਕੇ ਅੰਦਰ ਹੀ ਦੱਬ ਦਿੰਦੀ। ਵਿਆਹ ਤਾਂ ਕਰਾਇਆ, ਹੋਰ ਕੀਤਾ ਕੀ ਹੈ ਨਵੂ ਨੇ? ਵਿਆਹ, ਇਹਨੂੰ ਵਿਆਹ ਕਹਿੰਦੇ ਤੁਸੀਂ? ਵਿਆਹ ਹੁੰਦਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ। ਗੁਰੂ ਗ੍ਰੰਥ ਸਾਹਿਬ ਅੱਗੇ ਜਦੋਂ ਤੱਕ ਚਾਰ ਲਾਵਾਂ ਨਲੀਆਂ ਜਾਣ ਉਦੋਂ ਤੱਕ ਕੋਈ ਵਿਆਹ ਵੂ ਨਹੀਂ ਹੁੰਦਾ। ਅਸੀਂ ਨਹੀਂ ਮੰਨਦੇ ਕੋਟ ਮੈਰਜਾਂ ਮੂਰਜਾਂ ਨੂੰ। ਕਾਗਜੀ ਰਿਸ਼ਤੇ, ਕਾਗਜੀ ਕੰਮ। ਕਹੋ ਮੁੰਡੇ ਨੂੰ ਲੈ ਕੇ ਆਵੇ ਆਪਣੇ ਮਾਂ ਬਾਪ ਨੂੰ ਹਰਨ ਮਹਾਰਾਜ ਦੀ ਹਜ਼ੂਰੀ ਚ। ਹੈ ਧਰਨ ਸਿਰ ਤੇ ਹੱਥ, ਉਹਨਾਂ ਨੇ ਤਾਂ ਕੱਢਤਾ ਘਰੋਂ ਤੇ ਤੁਸੀਂ ਬਾਲ ਲਿਆ ਅੰਦਰ। ਭਾਈ ਤੁਸੀਂ ਉਸ ਮੁੰਡੇ ਨੂੰ ਘਰੇ ਬਾਹਰ ਕਿਵੇਂ ਲਿਆ? ਧੀ ਦੇ ਹੇਜ ਨੇ ਤੇਰੀ ਅੰਦਰ ਲਿਆਣ ਕਮਾਰਤੀ ਲੱਗਦੀ ਹੈ। ਕੱਢ ਉਸ ਮੁੰਡੇ ਨੂੰ ਘਰੋਂ ਬਾਹਰ, ਜਾਂ ਫਿਰ ਸਾਨੂੰ ਭੁੱਲ ਜਾ। ਕਿਹੋ ਜਿਹੀਆਂ ਗੱਲਾਂ ਕਰੀ ਜਾ ਰਿਹਾ ਤੂੰ ਮਿੰਦਰਾ? ਉਹ ਕੁਛ ਤਾਂ ਸੋਚ ਕੇ ਗੱਲ ਕਰੋ। ਸੋਚਣ ਨੂੰ ਰਹਿ ਕੀ ਗਿਆ ਬਾਈ? ਜੇ ਉਹ ਮੁੰਡਾ ਇਸ ਘਰੇ ਰਿਹਾ, ਅਸੀਂ ਤੁਹਾਡੇ ਨਹੀਂ ਆਉਂਦੇ, ਤੁਸੀਂ ਸਾਡੀ ਤਾਂ ਪੈਰ ਨਾ ਪਾਇਓ। ਚੱਲ ਰਹੀ ਪੁਰੇ ਉਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀ ਦੀ ਹੁੰਦੀ ਆ ਮਿੰਦਰਾ। ਮਿੰਦਰਾ ਦੇਖ ਲਿਆ ਤੂੰ ਆਪਣੀ ਜ਼ਿੱਦ ਪਕਾਉਣ ਦਾ ਸਿੱਟਾ? ਤੇਰੀ ਜ਼ਿੱਦ ਨੇ ਸਾਨੂੰ ਵੀ ਦੁਖੀ ਕੀਤਾ ਤੇ ਸਹਿਜ ਦੇ ਮਾਪਿਆਂ ਨੂੰ ਵੀ। ਮੇਰਾ ਭਰਾ ਮੇਰੇ ਨਾਲ ਰਿਸ਼ਤਾ ਤੋੜ ਕੇ ਚਲਾ ਗਿਆ ਤੇ ਇਸ ਮੁੰਡੇ ਨੇ ਆਪਣੇ ਮਾਂ ਪਿਓ ਵੀ ਗਵਾ ਲਏ ਨੇ। ਸਾਡੇ ਕੋਲ ਰਹਿ ਕੇ ਸਾਨੂੰ ਸੁਖੀ ਵੇਖਣਾ ਚਾਹੁੰਦੀ ਸੀ ਨਾ ਤੂੰ? ਆ ਸੁੱਖ ਮਿਲਿਆ ਸਾਨੂੰ, ਇਹ ਤਾਂ ਹਾਲੇ ਸ਼ੁਰੂਆਤ ਹੈ। ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦਾ, ਅਜੇ ਵੀ ਕੱਖ ਨਹੀਂ ਵਿਗੜਿਆ। ਚਾਹ ਨੂੰ ਲੈ ਜਾ ਤੇ ਜਾਓ ਆਪਣੇ ਘਰ। ਪਾਪਾ, ਤੁਸੀਂ ਮੈਨੂੰ ਘਰੋਂ ਕੱਢ ਰਹੇ ਹੋ? ਜਿਵੇਂ ਮਰਜ਼ੀ ਸਮਝ ਲਾ। ਮੈਂ ਇਹ ਸਭ ਕੁਝ ਕਿਹਦੇ ਲਈ ਕੀਤਾ ਪਾਪਾ? ਤੁਹਾਡੇ ਲਈ ਨਾ। ਮੈਂ ਸਾਰੀ ਦੁਨੀਆ ਛੱਡਦੀ ਤੁਹਾਡੇ ਲਈ ਤੇ ਤੁਸੀਂ ਕਹਿੰਦੇ ਹੋ ਘਰੋਂ ਬਾਹਰ ਹੋ ਜਾ। ਮੈਂ ਕਿਸੇ ਸਮਾਜ ਦੀ ਪਰਵਾਹ ਨਹੀਂ ਕਰਦੀ, ਪਰ ਮੈਂ ਕਰਦਾ। ਸਾਰਿਆਂ ਨੂੰ ਸਮਾਜ ਦੀਆਂ ਲੀਕਾਂ ਤੇ ਤੁਰਨਾ ਪੈਂਦਾ। ਮੈਂ ਫੇਰ ਕਹਿੰਦਾ ਆਪਣੇ ਘਰ ਜਾ। ਮੈਂ ਮੁੜ ਕੇ ਵਾਪਸ ਨਹੀਂ ਆਉਣਾ। ਕਰਤਾ ਨਾ ਬੇਗਾਨਾ ਮੈਨੂੰ, ਪਰ ਮੇਰਾ ਕਿਆ ਵੀ ਫਿਰ ਪੱਥਰ ਤੇ ਲਕੀਰ ਹੁੰਦਾ। ਜਾ ਰਹੀ ਹਾਂ ਮੈਂ, ਸੁਣ ਰਹੇ ਹੋ ਨਾ? ਨਹੀਂ ਆਵਾਂਗੀ ਵਾਪਸ, ਕਦੇ ਵੀ ਨਹੀਂ। ਕਿਉਂ ਨਾ ਕਹਿ ਬੇਟਾ, ਤੁਸੀਂ ਕੁਝ ਬੋਲਦੇ ਕਿਉਂ ਨਹੀਂ? ਤੂੰ ਵਿੱਚ ਨਾ ਬੋਲ, ਜਾਣਦੇ ਇਹਨਾਂ ਨੂੰ। ਠੀਕ ਹੈ ਪਾਪਾ, ਜੇ ਤੁਸੀਂ ਖੁਸ਼ ਨਹੀਂ ਤਾਂ ਮੈਂ ਇੱਥੇ ਰਹਿ ਕੇ ਕੀ ਕਰਨਾ? ਅੱਜ ਸਮਝ ਆ ਗਈ ਮੈਨੂੰ ਕਿ ਬੇਟੀ ਕਦੇ ਬੇਟਾ ਨਹੀਂ ਬਣ ਸਕਦੀ। ਚੱਲ ਸਹਿਜ। ਜੁਗ ਜੁਗ ਜੀਓ, ਤੂੰ ਤਾਂ ਸਾਨੂੰ ਭੁਲਾ ਹੀ ਦਿੱਤਾ ਸਹਿਜ। ਇਹ ਕਿਵੇਂ ਹੋ ਸਕਦਾ ਬੀਜੀ? ਦੇਖੋ ਆ ਗਏ ਨਾ ਸੀ, ਹੁਣ ਕਿਤੇ ਨਹੀਂ ਜਾਣਾ, ਬਸ ਤੁਹਾਡੇ ਕੋਲ ਹੀ ਰਹਾਂਗੇ। ਤੇਰੇ ਪਾਪਾ ਹਾਲੇ ਵੀ ਗੁੱਸੇ 'ਚ ਨੇ ਸਹਿਜ। ਜਦੋਂ ਮੈਂ ਨਿੱਕਾ ਹੁੰਦਾ ਸੀ ਪਾਪਾ ਦੇ ਗੁੱਸੇ ਤੋਂ ਤੁਸੀਂ ਬਚਾਉਂਦੇ ਸੀ ਨਾ? ਪਰ ਹੁਣ ਤੂੰ ਬੱਚਾ ਨਹੀਂ ਰਿਹਾ ਮੇਰੇ ਬੱਚੇ, ਪਾਪਾ ਨੂੰ ਤਾਂ ਤੈਨੂੰ ਹੀ ਮਨਾਉਣਾ ਪਊ। ਅਸੀਂ ਸਾਰੇ ਰਲ ਕੇ ਮਨਾ ਲਾਂਗੇ ਬੀਜੀ। ਸ਼ੈਲੀ ਬੇਟਾ, ਨਵਦੀਪ ਨੂੰ ਅੰਦਰ ਲੈ ਜਾਓ ਤੇ ਇਹਨਾਂ ਦਾ ਕਮਰਾ ਦਿਖਾ ਦਿਓ। ਜੀ ਬੀਜੀ। ਗੱਲ ਸੁਣ ਲੈ ਸਹਿਜ, ਜੇ ਤੇਰੇ ਪਾਪਾ ਕੁਝ ਕਹਿਣ ਤੇ ਅੱਗੋਂ ਬੋਲੀ ਨਾ। ਹਾਂ
देखो जी बच्चे आ गए ने ते हुण इत्थे ही रहणगे। तुसी कुछ कहो ना। ऐ कोई गल होई? अपनी मर्जी नाल आ जांदे ने, अपनी मर्जी नाल चले जांदे ने, साडा कुछ नहीं। अके कुछ कहो ना। की देखी जानी? तैनू देख रही हां। मैं तो ही हां। यही देख रही हां कि मैं तो जो जिंदगी च सोचा ओही कीता, ते तू हमेशा मेरी हां च हां मिलाई है। तेरे अंदर की है समझण दी कोशिश कर रही हां। मेरे अंदर कुछ नहीं मिलना सिवाय नवदीप दे। मैं तो मर के भी तेरा देणा नहीं दे सकती। तू सब कुछ छड़ता मेरे लिए। ओ मैं तो चंगा भला तुरया फिरदा। ओ लाली बाबा नहीं देखिया ਉਹਨੂੰ ਕਹਿੰਦੇ ਦੁਨੀਆ ਛੱਡਣਾ। ਤੇਰੇ ਤੋਂ ਗੱਲਾਂ 'ਚ ਕੋਈ ਨਹੀਂ ਜਿੱਤ ਸਕਦਾ। ਤੂੰ ਜਿੱਤ ਲੈਣਾ ਮੈਨੂੰ ਬਿਨਾਂ ਕੁਝ ਕਹੇ। ਤੁਸੀਂ ਚੰਗਾ ਨਹੀਂ ਕੀਤਾ ਨਵਦੀਪ ਨਾਲ। ਮੈਂ ਕੁਛ ਵੀ ਗਲਤ ਨਹੀਂ ਕੀਤਾ। ਮੈਂ ਜੋ ਕੁਛ ਵੀ ਕੀਤਾ ਨਵੂ ਦੀ ਭਲਾਈ ਲਈ ਕੀਤਾ। ਉਹ ਸਹੁਰੇ ਘਰ ਰਹੋ ਤਾਂ ਹੀ ਉਹਨੂੰ ਦੁਨੀਆਦਾਰੀ ਦਾ ਪਤਾ ਲੱਗੂ। ਜੇ ਉਹ ਇੱਥੇ ਰਹਿੰਦੀ ਤਾਂ ਜੀਆਂ ਕੱਲ ਉਹਨਾਂ ਦੇ ਵਿੱਚ ਫਰਕ ਪੈ ਜਾਣਾ ਸੀ। ਆਪਾਂ ਕੋਈ ਸਲਾਹ ਕਰਦੇ, ਉਹਨੂੰ ਮਨਾ ਕੇ ਕਿਸੇ ਢੰਗ ਤਰੀਕੇ ਨਾਲ ਵਿਦਾ ਕਰਦੇ। ਇਉਂ ਵੀ ਕੋਈ ਕਰਦਾ ਹੁੰਦਾ? ਮੈਂ ਕੋਈ ਦੁਸ਼ਮਣ ਨਹੀਂ ਉਹਦਾ। ਮੈਂ ਕਿਵੇਂ ਆਪਣੇ ਦਿਲ ਤੇ ਪੱਥਰ ਰੱਖ ਕੇ ਉਹਨੂੰ ਘਰੋਂ ਜਾਣ ਨੂੰ ਕਿਹਾ ਹੈ? ਨਹੀਂ ਜਾਣ। ਪਤਾ ਨਹੀਂ ਕਿਵੇਂ ਹੋਊ ਮੇਰੀ ਨਵੂ। ਉਹ ਸੁਖਦੇਵ ਸਿੰਘ ਦੀ ਧੀ ਹੈ, ਕੋਈ ਨਾ ਕੋਈ ਰਸਤਾ ਕੱਢ ਲੂ ਆਪਣੇ। ਬੀਜੀ ਨਵਦੀਪ ਪੁੱਤਰ, ਤੁਸੀਂ ਬ੍ਰੇਕਫਾਸਟ ਕੀ ਖਾਂਦੇ ਹੋ ਮੈਨੂੰ ਦੱਸ ਦਿਓ, ਮੈਂ ਉਹੀ ਬਣਾ ਦਿਆਂਗੀ। ਬੀਜੀ ਤੁਸੀਂ ਮੇਰੀ ਫਿਕਰ ਨਾ ਕਰੋ, ਅੱਜ ਤੋਂ ਇਸ ਕਿਚਨ ਦੀ ਜ਼ਿੰਮੇਵਾਰੀ ਮੇਰੀ ਹੈ। ਬਾਕੀ ਤੁਸੀਂ ਦੱਸੋ ਇਸ ਘਰ 'ਚ ਕੌਣ ਕੀ ਖਾਣਾ ਪਸੰਦ ਕਰਦਾ? ਅਜੇ ਨਹੀਂ ਬੇਟਾ, ਹੌਲੀ ਹੌਲੀ ਤੁਸੀਂ ਉਹੀ ਕਰਨਾ। ਬੀਜੀ ਜੋ ਕੱਲ੍ਹ ਤੋਂ ਕਰਨਾ ਉਹ ਅੱਜ ਤੋਂ ਕਿਉਂ ਨਹੀਂ? ਤੁਸੀਂ ਬੈਠੋ, ਮੈਂ ਚਾਹ ਲੈ ਕੇ ਆਈ। ਨੀਤੀ ਬੱਚੀ ਪਿਆਰੀ ਏ, ਮਮਾ ਦੀ ਰਾਜ ਦੁਲਾਰੀ ਏ, ਫੁਲਕੇ ਨੂੰ ਫੁਕਲਾ ਕਹਿੰਦੀ ਏ, ਚੀਚੀ ਕਰਦੀ ਰਹਿੰਦੀ ਏ। ਮੈਂ ਕਿਤੇ ਚਿੜੀ ਆ? ਚੱਲ ਨੀਤੀ ਪੁੱਤ ਰੋਟੀ ਖਾ ਕੇ। ਰੋਟੀ ਤਾਂ ਮੈਂ ਖਾ ਲਈ ਸੀ। ਮੈਂ ਖਵਾਤੀ ਸੀ ਦੀਦੀ, ਤੁਸੀਂ ਬੈਠੋ ਨਾ। ਨਹੀਂ ਨਵਦੀਪ, ਮੈਂ ਨੀਤੀ ਦੇ ਪਾਪਾ ਲਈ ਲੰਚ ਵੀ ਤਿਆਰ ਕਰਨਾ। ਲੰਚ ਤਾਂ ਰੈਡੀ ਏ ਦੀਦੀ, ਸਹਿਜ ਨੇ ਵੀਰ ਜੀ ਦੇ ਨਾਲ ਹੀ ਆਉਣਾ ਨਾ। ਆਓ ਬੈਠੋ। ਨਹੀਂ ਨਹੀਂ, ਹਾਲੇ ਮੈਨੂੰ ਹੋਰ ਬਹੁਤ ਕੰਮ ਨੇ। ਕੱਪੜੇ ਵਾਸ਼ਿੰਗ ਮਸ਼ੀਨ 'ਚ ਪਾਤੇ ਐ, ਧੋਤੇ ਹੋਏ ਪ੍ਰੈਸ ਕਰਤੇ ਐ, ਸਫਾਈਆਂ ਦਾ ਕੰਮ ਕਰਾਤਾ ਮੈਂ। ਹੁਣ ਤੁਹਾਡੇ ਕੋਲ ਕੋਈ ਬਹਾਨਾ ਨਹੀਂ। ਮੇਰੇ ਨਾਲ ਖੇਡੋ ਨਾ ਚਾਚੀ ਜੀ। ਹਾਂ ਸੱਚ, ਕੀ ਕਹਿੰਦੀ ਸੀ ਮੇਰੀ ਚਿੜੀ? ਮੈਂ ਅੰਦਰੀ ਉੱਡਣਾ ਹੈ, ਮੈਂ ਚੋਗਾ ਚੁਗਣਾ ਹੈ। ਚਿੜੀ ਨੂੰ ਹੋਰ ਕੋਈ ਕੰਮ ਨਹੀਂ। ਪਾਪਾ, ਆਪਣੇ ਨਵੇਂ ਸ਼ੋਰੂਮ ਦਾ ਨਕਸ਼ਾ ਕਿਵੇਂ ਲੱਗਿਆ ਫਿਰ? ਨਕਸ਼ਾ ਤੇ ਤੇਰਾ ਕਾਕਾ ਬਹੁਤ ਵਧੀਆ, ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਪਾਰਕਿੰਗ ਸਪੇਸ ਹੈ ਨਾ ਇਹ ਥੋੜੀ ਘੱਟ ਹੈ। ਤੇ ਮੇਰੀ ਗੱਲ ਯਾਦ ਰੱਖਿਓ ਬੇਟਾ ਜੀ, ਜੀ ਆਉਣ ਵਾਲੇ ਟਾਈਮ 'ਚ ਜੇ ਤੇਰੇ ਕੋਲ ਪਾਰਕਿੰਗ ਨਹੀਂ ਤੇਰਾ ਸ਼ੋਰੂਮ ਨਹੀਂ ਚੱਲਣਾ। ਤੇ ਤੂੰ ਭਾਵੇਂ ਆ ਰੱਗ ਭਾਵੇਂ ਆਪਾਂ ਵੀਰ ਜੀ ਸ਼ੋਰੂਮ ਨੂੰ ਘੱਟ ਕਰ ਦੇ। ਸਤਿ ਸ੍ਰੀ ਅਕਾਲ ਮਾਮਾ, ਕੀ ਹਾਲ ਚਾਲ? ਠੀਕ ਠਾਕ? ਬਸ ਵਧੀਆ ਹੈ, ਆਪਣਾ ਸੁਣਾ ਤੂੰ? ਬਸ ਠੀਕ ਠਾਕ। ਲੈ ਫਿਰ ਮਾਰ ਇੱਥੇ ਘੁੱਗੀ ਕੇਰਾ ਨਿਊ ਡਿਊਸ ਤੇ। ਮਾਰ ਦਿੰਦੇ ਹਾਂ ਮਾਰ ਦਿੰਦੇ ਹਾਂ, ਐਡੀ ਕਿਹੜੀ ਕਾਹਲੀ ਆ।
ਹੈ ਭੱਜੇ ਜਾਂਦੇ ਹਾਂ ਕਿਤੇ ਓਏ ਆਪਣੇ ਤਾਂ ਡੇਰੇ ਹੀ ਇੱਥੇ ਹੈ ਕੋਈ ਬੇਯਕੀਨੀ ਕੀ ਹੈ ਤਾਂ ਗੱਲ ਕਰ ਮਾਮਾ ਜੀ ਆ ਦਿਓ ਕਿਹੜਾ ਨੋ ਡਿਊ ਓ ਮਾਮਾ ਜੀ ਕਿਤੇ ਮਨਾ ਕਰਨ ਲੱਗ ਰਿਹਾ ਇਹੀ ਤਾਂ ਖੂਬੀ ਹੈ ਇਹਦੇ ਵਿੱਚ ਮਾਂ ਰਜਿਸਟਰਾਰ ਜਿੰਨੀ ਟੌਰ ਅੱਜ ਤਾਂ ਮਾਮਾ ਜੀ ਦੀ ਕਾਈਂਡਲੀ ਗ੍ਰਾਂਟ ਮੀ ਨੋ ਡਿਊਜ਼ ਮਾਮਾ ਜੀ ਕਰਦਿਆਂਗੇ ਐਡੀ ਕਿਹੜੀ ਕਾਲੀ ਹੈ ਆਪਾਂ ਕਿਤੇ ਭੱਜੇ ਜਾਂਦੇ ਆ ਹੈ ਮਾਮਾ ਨੋ ਡਿਊਜ਼ ਅੱਜ ਕੋਈ ਨਾ ਮੰਨੂ ਮੈਂ ਥਾਰੀ ਅੱਜ ਤਾਂ ਤੂੰ ਪਹਿਲਾਂ ਮੇਰਾ ਸਾਬ ਕਲੀਅਰ ਕਰ ਸਮਝਿਆ ਏਦਾਂ ਹੀ ਹੈ ਕਦੇ ਦਾਦੀ ਨਹੀਂ ਆ ਕਦੇ ਪੋਤੇ ਨਹੀਂ ਆ ਬੇਰਾ ਪਾਟਿਆ ਪੈਰੀ ਪੈਨੇ ਮਾਮਾ ਜੀ ਕਿਉਂ ਅੱਜ ਫੁੰਕਾਰਾ ਨਹੀਂ ਮਾਰਿਆ ਮਾਮੇ ਜ਼ਹਿਰ ਤਾਂ ਸਾਰਾ ਖਤਮ ਹੋਇਆ ਪਿਆ ਦੰਦ ਤੂੰ ਖੱਟੇ ਕਰ ਰੱਖਿਆ ਤੂੰ ਮਾਮੇ ਨੂੰ ਸਮਝਦਾ ਕੀ ਆ ਓਏ ਹੈ ਪੈਸੇ ਲਿਆ ਪਹਿਲਾਂ ਮੇਰੇ ਸਾਰੇ ਮਾਮਾ ਪੈਸੇ ਹੈ ਨਹੀਂ ਸੱਚੀ ਡਰਾਮਾ ਤੇ ਨਹੀਂ ਕਰ ਰਿਹਾ ਨਹੀਂ ਮਾਮੇ ਪੈਸੇ ਹੈ ਨਹੀਂ ਤੁਹਾਡੇ ਇਸ ਪਿਆਰ ਨੇ ਤੇ ਮਾਮੇ ਨੂੰ ਦਿਵਾਲੀਆ ਕਰਤਾ ਬੜੇ ਤੁਸੀਂ ਬਦਮਾਸ਼ ਹੁੰਦੇ ਹੋ ਡਰਾਮੇ ਵਾਲੇ ਓਏ ਮਿਠਿਆ ਚੱਲ ਹੁਣ ਚੁੱਪ ਕਰ ਰੋ ਨਾ ਓ ਮਿਠਿਆ ਹਾਂਜੀ ਓਏ ਮਿਠਿਆ ਅੱਜ ਇਹਨਾਂ ਸਾਰਿਆਂ ਨੂੰ ਵਧੀਆ ਜੀ ਚਾਹ ਬਣਾ ਕੇ ਪਿਆ ਅੱਜ ਮਾਮੇ ਵੱਲੋਂ ਇਹਨਾਂ ਸਾਰਿਆਂ ਨੂੰ ਫੇਅਰਵੈਲ ਪਾਰਟੀ ਐਂਡ ਨੋ ਡਿਊ ਓ ਮਾਮਾ ਮੇਰੀ ਤਨਖਾਹ ਦਾ ਕੀ ਬਣੂ ਦੇ ਦਿਆਂਗੇ ਦੇ ਦਿਆਂਗੇ ਅਸੀਂ ਕਿਤੇ ਭੱਜੇ ਜਾਂਦੇ ਆ ਮੈਂ ਕੱਲ ਜਾ ਰਹੀ ਹਾਂ ਚਲੀ ਤਾਂ ਤੂੰ ਬਹੁਤ ਦੇਰ ਪਹਿਲਾਂ ਹੀ ਗਈ ਸੀ ਕਾਹਨੂੰ ਮਿਲਣਾ ਸੀ ਦੁਬਾਰਾ ਚੰਗਾ ਹੁੰਦਾ ਜੇ ਨਾ ਆਉਂਦੀ ਤਾਂ ਮਿਲਣਾ ਤੇ ਵਿਛੜਨਾ ਤਾਂ ਜ਼ਿੰਦਗੀ ਦਾ ਦਸਤੂਰ ਹੈ ਕੋਈ ਹੱਸ ਕੇ ਚੱਲ ਲੈਂਦਾ ਤੇ ਕੋਈ ਮੇਰੇ ਵਾਂਗ ਚੱਲਾ ਹੋ ਜਾਂਦਾ ਪਰ ਇਹ ਚੱਲਾ ਹੁਣ ਇਹੀ ਚਾਹੁੰਦਾ ਹੈ ਕਿ ਤੂੰ ਜਿੱਥੇ ਵੀ ਰਵੇਂ ਖੁਸ਼ ਰਵੇਂ ਖੁਸ਼ੀ ਤਾਂ ਲੱਭਣੀ ਪੈਂਦੀ ਹੈ ਜ਼ਿੰਦਗੀ ਹੈ ਹੀ ਚਾਹੁੰਦਾ ਨਾ ਭੁੱਲ ਗਿਆ ਤੂੰ ਆਪ ਹੀ ਤਾਂ ਕਹਿੰਦਾ ਸੀ ਜ਼ਿੰਦਗੀ ਬਿਤਾਉਣ ਦਾ ਨਹੀਂ ਹੰਡਾਉਣ ਦਾ ਨਾ ਹੈ ਸਿਆਣੀ ਹੋ ਗਈ ਹੈ ਤੂੰ ਵੀ ਸਿਆਣਾ ਬਣ ਫੇਰ ਤੋਂ ਪਹਿਲਾਂ ਵਾਲਾ ਬਾਵਾ ਬਣ ਜਾ ਹੱਸਦਾ ਖੇਡਦਾ ਸ਼ਰਾਰਤੀ ਜੇ ਮੈਨੂੰ ਸੱਚੇ ਮਨ ਨਾਲ ਖੁਸ਼ ਦੇਖਣਾ ਚਾਹਨਾ ਤਾਂ ਮੁੜ ਕੇ ਗੱਲ ਲਾ ਲੈ ਰੰਗਾਂ ਨੂੰ ਰੰਗ ਕਰਮੀ ਕਦੇ ਰੰਗਾਂ ਨੂੰ ਨਹੀਂ ਤਿਆਗਦੇ ਪਰ ਰੰਗ ਕਰਮੀ ਨੂੰ ਵੀ ਜੀਣ ਵਾਸਤੇ ਕੋਈ ਤੇ ਬਹਾਨਾ ਚਾਹੀਦਾ ਨਾ ਮੇਰੇ ਤੋਂ ਅਗਾਂਹ ਦੇਖ ਖਾਰੇ ਕੋਈ ਤੇਰਾ ਇੰਤਜ਼ਾਰ ਕਰਦਾ ਹੋਵੇ ਕਰੇਂਗੇ ਇਹਦਾ ਜਦ ਤੂੰ ਮੇਰੀ ਚੁੰਨੀ ਰੱਖੀ ਸੀ ਮੈਂ ਪੁੱਛਿਆ ਸੀ ਕੀ ਕਰੇਂਗਾ ਮੈਨੂੰ ਤਾਂ ਗਾਂ ਵੇਖਣ ਨੂੰ ਕਹਿਤਾ ਪਰ ਹੁਣ ਤੂੰ ਆਪ ਹੀ ਪਛਾਣ ਮੁੜ ਕੇ ਨਾ ਵੇਖੀ ਜਾ ਤੇਰੇ ਨਾਲ ਹੁਣ ਅਗਲੇ ਜਨਮ ਚ ਨਿਬੜਾਂਗੇ ਬੇਟਾ ਮੈਂ ਨਵੋ ਦਾ ਪਾਪਾ ਬੋਲ ਰਿਹਾ ਸਤਿ ਸ਼੍ਰੀ ਅਕਾਲ ਪਾਪਾ ਸਤਿ ਸ਼੍ਰੀ ਅਕਾਲ ਬੇਟਾ ਬੇਟਾ ਨਵੋ ਦੀ ਮਾਂ ਕੁਛ ਠੀਕ ਨਹੀਂ ਕੀ ਹੈ ਇਹਨਾਂ ਨੂੰ ਬਸ ਬੇਟਾ ਜਦੋਂ ਦੇ ਤੂੰ ਤੇ ਨਵੋ ਗਏ ਹੋ ਉਹ ਖਾਣਾ ਪੀਣਾ ਛੱਡ ਗਈ
ਨਵੂ ਨੂੰ ਆਖੀ ਇੱਕ ਵਾਰ ਆ ਕੇ ਉਹਨੂੰ ਮਿਲ ਜਾਵੇ। ਕਿਉਂ ਫਿਕਰ ਕਰਦੇ ਹੋ ਪਾਪਾ, ਅਸੀਂ ਹੁਣੇ ਆਉਂਦੇ ਹਾਂ। ਨਵਦੀਪ, ਤੇਰੇ ਪਾਪਾ ਦਾ ਫੋਨ ਸੀ। ਕੀ ਗੱਲ ਹੋ ਗਈ ਬੇਟਾ? ਨਵਦੀਪ ਦੇ ਮਾਮਾ ਦੀ ਤਬੀਅਤ ਠੀਕ ਨਹੀਂ ਹੈ, ਕਾਫੀ ਪਰੇਸ਼ਾਨੀ ਸੀ ਪਾਪਾ, ਕਹਿੰਦੇ ਨਵਦੀਪ ਨੂੰ ਲੈ ਕੇ ਆ। ਤੇ ਤੁਸੀਂ ਦੋਵੇਂ ਜਾ ਕੇ ਮਿਲੇ ਹੋ? ਨਹੀਂ ਬੀਜੀ, ਮੈਂ ਨਹੀਂ ਜਾਣਾ, ਇਹਨਾਂ ਨੇ ਜਾਣਾ ਤੇ ਚਲੇ ਜਾਣ। ਕਿਉਂ, ਤੂੰ ਕਿਉਂ ਨਹੀਂ ਜਾਣਾ? ਤੈਨੂੰ ਤਾਂ ਬੁਲਾਇਆ ਉਹਨਾਂ ਨੇ। ਇੱਕ ਵਾਰ ਛੱਡ ਕੇ ਆ ਗਈ, ਹੁਣ ਮੈਂ ਕਦੇ ਨਹੀਂ ਜਾਣਾ ਉੱਥੇ। ਜ਼ਿੱਦ ਨਹੀਂ ਕਰੀਦੀ ਨਵਦੀਪ, ਮਾਮਾ ਸੀਰੀਅਸ ਆ ਤੇਰੇ। ਨਹੀਂ ਸਹਿਜ, ਮੇਰਾ ਘਰ ਹੁਣ ਇਹੀ ਹੈ, ਮੇਰਾ ਜੀਣ ਮਰਨ ਹੁਣ ਇੱਥੇ ਹੀ ਹੋਏਗਾ। ਮੈਂ ਉੱਥੇ ਰਹਿਣ ਦਾ ਫੈਸਲਾ ਆਪਣੇ ਲਈ ਤਾਂ ਨਹੀਂ ਲਿਆ ਸੀ ਨਾ, ਮਾਂ ਬਾਪ ਲਈ ਲਿਆ ਸੀ, ਤਾਂ ਕਿ ਮੈਂ ਉਹਨਾਂ ਦੀ ਵਾਰਿਸ ਬਣ ਸਕਾਂ, ਮੁੰਡਿਆਂ ਵਾਂਗੂ ਉਹਨਾਂ ਦੀ ਦੇਖਭਾਲ ਕਰ ਸਕਾਂ। ਪਰ ਮੈਂ ਨਹੀਂ ਸੀ ਜਾਣਦੀ ਕਿ ਇਹ ਸਮਾਜ ਤੇ ਮਾਪੇ ਕੁੜੀਆਂ ਨੂੰ ਕਦੇ ਵੀ ਪੁੱਤਾਂ ਦੀ ਥਾਂ ਨਹੀਂ ਦੇ ਸਕਦੇ। ਇਸੇ ਲਈ ਮੇਰੇ ਮਾਪਿਆਂ ਨੇ ਮੈਨੂੰ ਪਰਾਈ ਕਰ ਦਿੱਤਾ, ਇੱਕ ਵਾਰ ਨਹੀਂ ਸੋਚਿਆ ਮੈਨੂੰ ਘਰੋਂ ਕੱਢਣ ਲੱਗਿਆ। ਮੈਨੂੰ ਲੱਗਦਾ ਸੀ ਮੇਰਾ ਇਹ ਫੈਸਲਾ ਉਹਨਾਂ ਮਾਪਿਆਂ ਦਾ ਹੌਸਲਾ ਵਧਾਊ ਜਿਨ੍ਹਾਂ ਦੀਆਂ ਕੱਲੀਆਂ ਧੀਆਂ ਹੀ ਨੇ। ਪਰ ਮੈਂ ਗਲਤ ਸੀ, ਇੱਕ ਕੁੜੀ ਮੁੰਡਿਆਂ ਦੀ ਬਰਾਬਰੀ ਕਰਨ ਲੱਗੀ ਸੀ, ਪਰ ਨਹੀਂ ਕਰ ਸਕਦੀ, ਹਾਰ ਗਈ, ਹਾਰ ਗਈ ਮੈਂ, ਮੈਂ ਹਾਰ ਗਈ ਬੀਜੀ। ਬੇਟਾ ਤੁਸੀਂ ਦੋਨੋਂ ਤਿਆਰ ਹੋ ਜਾਓ, ਅਸੀਂ ਵੀ ਤੁਹਾਡੇ ਨਾਲ ਚੱਲਾਂਗੇ। ਮਾਫ ਕਰਨਾ ਪਾਪਾ, ਮੈਂ ਨਹੀਂ ਜਾਵਾਂਗੀ। ਵੱਡਿਆਂ ਦਾ ਹੁਕਮ ਮੰਨਣਾ ਤੁਹਾਡਾ ਫਰਜ਼ ਹੈ ਬੇਟਾ, ਤੇ ਇਹ ਗੱਲ ਮੈਨੂੰ ਦੁਬਾਰਾ ਕਹਿਣ ਦੀ ਲੋੜ ਨਾ ਪਵੇ। ਖਿਆਲ ਨਹੀਂ ਕੀਤਾ ਮਾਂ ਦਾ, ਪਿਓ ਨੇ ਗੁੱਸੇ ਚ ਘਰੋਂ ਜਾਣ ਨੂੰ ਕਹਿਤਾ ਤੇ ਤੂੰ ਘਰ ਛੱਡ ਕੇ ਚਲੀ ਗਈ। ਜੇ ਮੇਰੀ ਧੀ ਦੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੀ। ਇਹ ਧੀਆਂ ਵਾਲੇ ਕਦੋਂ ਤੱਕ ਮਾਫੀ ਮੰਗਦੇ ਰਹਿਣਗੇ ਸਰਦਾਰ ਸਾਹਿਬ? ਇਸ ਤਰ੍ਹਾਂ ਤਾਂ ਨਹੀਂ ਚੱਲਣਾ, ਧੀ ਨੂੰ ਪੁੱਤਾਂ ਵਾਂਗ ਪਾਲ ਤੇ ਲਿਆ ਸਰਦਾਰ ਸਾਹਿਬ, ਪਰ ਪਰਾਇਆ ਕਰਕੇ ਘਰੋਂ ਕੱਢਤਾ। ਬੜੀ ਛੋਟੀ ਜਿਹੀ ਗੱਲ ਸੀ ਸਰਦਾਰ ਸਾਹਿਬ, ਜਿਹੜੀ ਅਸੀਂ ਸਮਝ ਨਹੀਂ ਸਕੇ, ਪਰ ਉਹਨਾਂ ਲਈ ਸਮਝਣਾ ਬਹੁਤ ਔਖਾ ਹੁੰਦਾ ਹੈ ਜਿਨ੍ਹਾਂ ਦੇ ਧੀਆਂ ਨਹੀਂ ਹੁੰਦੀਆਂ। ਆਪਣੇ ਆਪ ਨੂੰ ਤਾਂ ਮੈਂ ਸਮਝਾ ਲਿਆ ਸੀ, ਪਰ ਇਹ ਸਮਾਜ ਨੂੰ ਸਮਝਾਉਣਾ ਬਹੁਤ ਔਖਾ ਸੀ ਭਾਈ ਸਾਹਿਬ। ਵੈਸੇ ਇਹ ਸਮਾਜ ਹੈ ਕੀ, ਅਸੀਂ ਹੋਈ ਹਾਂ ਨਾ, ਤੇ ਮੈਨੂੰ ਇਹ ਸਮਝਦੇ ਦੇਰ ਨਹੀਂ ਲੱਗੀ ਕਿ ਜੇ ਮੇਰੀ ਕੱਲੀ ਧੀ ਨਾ ਲਿਆ ਹੁੰਦਾ ਤੇ ਮੇਰੇ ਤੇ ਕੀ ਬੀਤ। ਇੰਨੀ ਗੱਲ ਕਹਿ ਕੇ ਤੁਸੀਂ ਮੈਨੂੰ ਨਾ ਜਿਉਂ ਜੋਗਾ ਕਰ ਦਿੱਤਾ, ਨਹੀਂ ਤਾਂ ਇਹ ਭਾਰ ਮੇਰੇ ਮਰਨ ਤੋਂ ਬਾਅਦ ਵੀ ਹੌਲਾ ਨਹੀਂ ਸੀ ਹੋਣਾ। ਮੈਂ ਲੋਕਾਂ ਤੋਂ ਡਰਦਿਆਂ ਆਪਣੀ ਧੀ ਨੂੰ ਪਲਾ ਚ ਬਗਾਨਾ ਕਰ ਦਿੱਤਾ। ਇਹ ਧੀਆਂ ਹੀ ਕਿਉਂ ਬਗਾਨੀਆਂ, ਧੀ ਵਾਰਿਸ ਨਹੀਂ ਬਣ ਸਕਦੀ, ਇਹ ਬਣ ਗਈ ਨਾ। ਤੂੰ ਕਹਿੰਦੀ ਸੀ ਨਾ ਬੇਟਾ ਤੂੰ ਹਾਰ ਗਈ, ਤੂੰ ਹਾਰੀ ਨਹੀਂ ਜਿੱਤ ਗਈ, ਹਾਰੇ ਤੇ ਅਸੀਂ। ਸਰਦਾਰ ਸਾਹਿਬ ਤੁਸੀਂ ਆਪਣੀ ਧੀ ਨੂੰ ਨਹੀਂ ਸਮਝ ਸਕੇ ਤੇ ਮੈਂ ਆਪਣੇ ਪੁੱਤ ਨੂੰ, ਪਰ ਸਹਿਜ ਨੇ ਨਵਦੀਪ ਨੂੰ ਸਹੀ ਸਮਝਿਆ ਤੇ ਉਹਨੂੰ ਅਸਲ ਵਿੱਚ ਬਰਾਬਰੀ ਦਾ ਹੱਕ ਦਿੱਤਾ। ਮੈਂ ਤੇ ਬਸ ਇਹੋ ਹੀ ਕਹਿੰਦਾ ਰਹਿ ਗਿਆ ਮੇਰਾ ਸ਼ੇਰ ਪੁੱਤ, ਮੇਰਾ ਸ਼ੇਰ ਪੁੱਤ, ਪਰ ਕਹਿਣੀ ਤੇ ਕਰਨੀ ਚ ਬਹੁਤ ਫਰਕ ਹੁੰਦਾ ਭਾਈ ਸਾਹਿਬ। ਇਹੋ ਗੱਲ ਮੈਂ ਪਹਿਲਾਂ ਸਮਝ ਗਿਆ ਸੀ ਤੇ ਮੈਨੂੰ ਪਤਾ ਸੀ ਕਿ ਤੁਸੀਂ ਵੀ ਸਾਰੇ ਸਮਝ ਆਓਗੇ। ਉਹ ਠੀਕ ਕਹਿ ਰਹੇ ਹਾਂ ਪੁੱਤਰਾ, ਜੇ ਆਉਣ ਵਾਲੇ ਸਮੇਂ ਚ ਕੁੜੀਆਂ ਨੂੰ ਬਰਾਬਰੀ ਨਹੀਂ ਦਿੱਤੀ ਨਾ ਤੇ ਇਹ ਗੱਡੀ ਚੱਲਣੀ ਨਹੀਂ। ਲਓ ਬੇਟਾ ਜੀ, ਅੱਜ ਤੋਂ ਤੇਰੇ ਘਰ ਨੇ ਦੋ
जिथे मर्जी रहो। इकली नवदीप दे दो घर किवें होए बई? मेरे भी तो होए ना। फिर तो भाई ये साडा भी घर हो गया। आ लो बैठे हैं अपने मुंडे दे घरे, करो सेवा। लिया भी काढ़नी वाला दूध किथे रखे है? पापा हाँ जी, ये घर थोड़ा है। हाँ जी बेटा जी। फिर असी क्यों पियाईए? आ बैठे हैं, सानू पियाओ। लवो। कूरना नहीं मेरे पुत नू, हुण बनिया असल मायने च मेरा पुत। उस दानी है की वेखदी है? कुड़मणी तेरी बीमार पई है, सेवा कर, दूध पिया। भाई अपना ही घर है। ना तुसी जाओ ना इन्हां ने जाना, वो असी करांगे सेवा, क्योंकि रुत नवयां दी आई है। चल बिनवू। सरदार साहब, लोकी एवें मुंदियां बटाई जांदे ने, असली मिलनी ता आ हुंदी है। ते व्याह सिर्फ मुंडे कुड़ी दा नहीं हुंदा, दो परवाना दा मेल हुंदा, जो असल च अज होया। ये की करदा? क्यों संगदी है? मुंडा बनना के कुड़ी? रचना, तू मुंडे दी मां बनी है नाटक च, ते मैं मुंडे दा प्यो, हुण सारी उम्र नाटक ही खेडी जावांगे? यार रियल लाइफ बारे भी कुछ सोचा है? गार्गी साहब क्या करते सी कि नाटक ते रियल लाइफ च ज्यादा फर्क नहीं हुंदा? अंडरस्टैंड? पग बड़ी फबदी है तेरे, बनिया कर। बन लांगे, पूनी करा दया करेंगी। करा देंगे। क्यों जचदा ना फिर मालवे दा जट्ट? अज जचदा है, जचदा है। ਕਲੀਨਰ ਚਾਹੀਦਾ ਤਾਂ ਹੈ ਗੱਡੀ ਦੇ ਨਾਲ। ਲੈ ਚੱਲ ਫਿਰ। ਕਿਰਾਏ ਪੱਠੇ ਪੈ ਗਏ ਲੱਗਦੇ ਆ। ਉਸਤਾਦ ਜੀ, ਕਾਲਾ ਕੁੜਤਾ ਪਜਾਮਾ ਕਿੱਥੇ ਤੁਹਾਡਾ? ਕਿਉਂ ਤੂੰ ਕੀ ਕਰਨਾ ਵਾ? ਹੁਣ ਬਾਬਾ ਬਣਨ ਦੀ ਵਾਰੀ ਮੇਰੀ ਹੈ। ਦਿਲ ਨਹੀਂ ਛੱਡੀਦਾ ਹੁੰਦਾ ਚੱਲਿਆ? ਹੋ ਸਕਦਾ ਕੋਈ ਤੇਰਾ ਵੀ ਇੰਤਜ਼ਾਰ ਕਰ ਰਿਹਾ ਹੋਵੇ, ਵੇਖ ਲੈ ਅੱਗੇ ਪਿੱਛੇ। ਹਾਏ ਦੀਪੇ, ਲੁੱਕ ਐਟ ਮੀ, ਕਿਸ ਤਰ੍ਹਾਂ ਦੀ ਲੱਗ ਰਹੀ ਆ? ਓਏ ਛੋਟੀ ਜੀ, ਛੋਟੇ ਵਾਲੇ ਧਿਆਨ ਹੀ ਨਹੀਂ ਗਿਆ ਤੀ ਸਾਡਾ। ਗੁਰਮੀਤ ਕੌਰ ਜੀ, ਸ਼ਾਹ ਗਏ ਤੁਸੀਂ ਸਾਡੇ ਤੇ। ਸਭ ਗ੍ਰਹਿਆਂ ਦਾ ਚੱਕਰ ਹੈ। ਸਹੀ ਗੱਲ ਹੈ ਤੇਰੀ, ਜਿਹੜੀ ਗੱਲ ਜਦੋਂ ਬਣਨੀ ਆ ਉਹਦੀ ਬਣਦੀ ਹੈ। ਆਜੋ ਵੀ ਸਾਰੇ ਸਟੇਜ ਤੇ, ਸਰ ਸਭ ਰੈਡੀ ਹੈ ਜੀ। ਓਕੇ, ਕਿਸੇ ਨੂੰ ਕੋਈ ਕਨਫਿਊਜ਼ਨ? ਨੋ ਸਰ। ਗੁੱਡ, ਆਪਾਂ ਜਿਹੜਾ ਇਹ ਨਾਟਕ ਤਿਆਰ ਕੀਤਾ ਹੈ, ਉਸ ਨੂੰ ਪੰਜਾਬ ਦੇ ਹਰ ਸ਼ਹਿਰ ਹਰ ਪਿੰਡ ਵਿੱਚ ਜਾ ਕੇ ਖੇਡਾਂਗੇ। ਯੈਸ ਸਰ। ਆਓ ਫਿਰ ਗੱਲ ਕਰੀਏ ਹੱਕ ਦੀ, ਤੇ ਗੱਲ ਕਰੀਏ ਸੱਚ ਦੀ, ਤੇ ਖੇਡੀਏ ਨਾਟਕ ਇੱਕ ਪੂਰੀ ਪੰਜਾਬ।